ਲੌਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰਿਆਂ ਦਾ ਸਵਾਗਤ ਕਰਦੇ ਹੋਏ ਗੱਲ ਨੂੰ ਅੱਗੇ ਵਧਾਉਣੇ ਆ। ਪਟਿਆਲਾ ਤੋਂ ਡਾਕਟਰ ਹਰਕੀਰਤ ਸਿੰਘ ਸਿੱਧੂ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ, ਸਾਂਝ ਪੈ ਗਈ ਹੈ, ਫਤਿਹ ਬੁਲਾ ਕੇ ਗੱਲ ਨੂੰ ਅੱਗੇ ਤੋਰਦੇ। ਜੀ ਡਾਕਟਰ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹਨੇ ਸੁਣ ਰਹੇ ਰੇਡੀਓ। ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਕੀਮਤੀ ਟਾਈਮ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਦੇ ਲੇਖੇ ਲਾਉਣੇ ਹੋ ਹਰੇਕ ਹਫ਼ਤੇ, ਕਈ ਵਾਰ ਹਫ਼ਤੇ ਚ ਦੋ ਵਾਰੀ ਵੀ ਹਾਜ਼ਰੀ ਦੀ ਤੁਹਾਡੀ ਦੀ ਜ਼ਰੂਰਤ ਸਾਨੂੰ ਪੈ ਜਾਂਦੀ ਹੈ, ਸੋ ਇਸ ਗੱਲੋਂ ਤੁਹਾਡੇ ਰਿਣੀ ਆ। ਜੀ ਧੰਨਵਾਦ ਜੀ ਬਹੁਤ ਬਹੁਤ। ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ ਹਰ ਗੱਲ ਦਿਲ ਨਾਲ ਜੁੜੀ ਹੁੰਦੀ ਹੈ, ਦਿਲ ਹੋਣਾ ਚਾਹੀਦਾ ਜ਼ਬਾਨ, ਹਨਾ, ਤੇ ਦਿਲ ਚ ਕੀ ਰੱਖਿਆ, ਦਿਲ ਚ ਕੁਛ ਵੀ ਨੀ ਰੱਖਿਆ, ਬਾਬਾ ਕੁਛ ਹੁੰਦਾ ਦਿਲ ਦੇ ਭੇਤ ਗੁੱਝੇ, ਪਰ ਜੇ ਮੈਡੀਕਲ ਸਾਇੰਸ ਦੇ ਮੁਤਾਬਕ ਦੇਖਿਆ ਜਾਵੇ ਜੀ, ਦਿਲ ਦੇ ਨਾਲੋਂ ਦਿਮਾਗ ਕਿਤੇ ਅਹਿਮ ਹੁੰਦਾ, ਤੇ ਦਿਮਾਗ ਨੂੰ ਬਿਮਾਰੀਆਂ ਵੀ ਸ਼ਾਇਦ ਵੱਧ ਲੱਗਦੀਆਂ ਕਿਉਂਕਿ ਸੋਚਣ ਦਾ ਕੰਮ ਸਭ ਤੋਂ ਵੱਧ ਉਹਦਾ ਹੁੰਦਾ। ਇਹ ਬਿਮਾਰੀਆਂ ਤਾਂ ਬਹੁਤ ਸਾਰੀਆਂ ਹੋਣਗੀਆਂ, ਬਚਾਅ ਦੇ ਤਰੀਕੇ ਮੈਨੂੰ ਲੱਗਦਾ ਥੋੜੇ ਹੋਣਗੇ, ਕਿਵੇਂ ਬਚਿਆ ਜਾ ਸਕਦਾ, ਸਿੱਧ ਪੱਧਰਾ ਤਰੀਕਾ ਜੇ ਆਪਾਂ ਅਪਣਾਉਣ ਦੀ ਕੋਸ਼ਿਸ਼ ਕਰੀਏ ਕਿ ਦਿਮਾਗ ਦੀਆਂ ਬਿਮਾਰੀਆਂ ਤੋਂ ਬਚਣਾ ਕਿਵੇਂ। ਜੀ ਜੇ ਤੁਸੀਂ ਦਿਮਾਗ ਦੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਦਿਨੋ ਦਿਨ ਜਿਹੜੀ ਦਿਮਾਗ ਦੀ ਸਭ ਤੋਂ ਵੱਡੀ ਬਿਮਾਰੀ ਵੱਧਦੀ ਜਾ ਰਹੀ ਹੈ, ਡਿਪਰੈਸ਼ਨ ਜੀ, ਟੈਨਸ਼ਨ, ਜਿਹੜਾ ਜਿਹਦਾ ਕਾਰਨ ਵੀ ਹੁੰਦਾ ਤੇ ਕਈ ਵਾਰੀ ਕਾਰਨ ਲੈਸ ਵੀ, ਜਿਵੇਂ ਆਪਾਂ ਕਹਿ ਦਈਏ ਵੀ ਕੌਜ਼ਲੈਸ ਹੈ, ਵੀ ਬੰਦਾ ਘਰ ਬਾਰ ਠੀਕ ਹੈ ਜੀ, ਫਾਈਨੈਂਸ਼ੀਅਲੀ ਵੀ ਕੋਈ ਪ੍ਰੋਬਲਮ ਨੀ, ਬੱਚਿਆਂ ਦੇ ਵਾਸਤੇ ਵੀ ਕੋਈ ਪ੍ਰੋਬਲਮ ਨੀ, ਏਦਾਂ ਦੇ ਪੇਸ਼ੈਂਟ ਵੀ ਹੁਣ ਵੇਖਣ ਵਿਚ ਮਿਲਦੇ ਆ, ਜੋ ਕਿਤੇ ਨਾ ਕਿਤੇ ਜਾ ਕੇ ਘਾਟ ਪੈਦਾ ਹੁੰਦੀ ਹੈ ਬ੍ਰੇਨ ਦੀ, ਜਦੋਂ ਘਾਟ ਆਉਂਦੀ ਹੈ ਤਾਂ ਫਿਰ ਏਦਾਂ ਦੀਆਂ ਜਿਹੜੀਆਂ ਵਿਦਆਊਟ ਆਪਾਂ ਕਹਿ ਦਈਏ ਕੌਜ਼ ਜਿਹੜੀ ਪ੍ਰੋਬਲਮ ਬ੍ਰੇਨ ਦੀ, ਜਿਹਨੂੰ ਆਪਾਂ ਡਿਪਰੈਸ਼ਨ ਦਾ ਨਾਂ ਦਿੱਤਾ, ਇਹ ਆਪਣਾ ਘਰ ਕਰਦੀ ਹੈ, ਤੇ ਇਹ ਆਪਾਂ ਕਹਿ ਦਈਏ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਤਾਲਮੇਲ ਨਹੀਂ ਬਣਦਾ ਆਪਣੇ ਬ੍ਰੇਨ ਦਾ, ਜਿਵੇਂ ਕੌਨਸ਼ੀਅਸ ਅਨਕੌਨਸ਼ੀਅਸ ਦੋ ਬ੍ਰੇਨ ਆ ਆਪਣੇ, ਤੇ ਉਹ ਉਹਨਾਂ ਦਾ ਤਾਲਮੇਲ ਨਹੀਂ ਰਹਿੰਦਾ ਤਾਂ ਉਦੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ, ਤੇ ਕਈ ਵਾਰੀ ਕੀ ਹੁੰਦਾ ਐਂਗਜ਼ਾਇਟੀ ਵਰਗੀਆਂ, ਜਿਵੇਂ ਆਪਾਂ ਦਿਮਾਗ ਦੀ ਨਰਵਸਨੈਸ, ਡਿਪਰੈਸ਼ਨ ਨਾਲ ਕਈ ਚੀਜ਼ਾਂ ਨੂੰ ਲੈ ਕੇ ਆਪਾਂ ਚੱਲਾਂਗੇ, ਵੀ ਇੱਕ ਤਾਂ ਇਹ ਕੌਜ਼ਲੈਸ ਦੀ ਗੱਲ ਕੀਤੀ, ਫਿਰ ਕੌਜ਼ ਹੁੰਦਾ ਵੀ ਕਿਸੇ ਨੂੰ ਸ਼ੌਕ ਲੱਗ ਗਿਆ ਮਨ ਦਾ ਵੀ ਕਿਸੇ ਦੀ ਡੈਥ ਹੋ ਗਈ, ਜਾਂ ਕਿਤੇ ਉਹਨੂੰ ਘਾਟਾ ਪੈ ਗਿਆ ਕਿਸੇ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਜਾਂ ਕਿਤੇ ਇੱਕ ਸਿੱਧੂ ਸਾਹਿਬ ਦੇ ਵਿੱਚ ਕਾਰਨ ਹੋਰ ਬਣ ਜਾਂਦਾ ਵੀ ਆਪਾਂ ਦਵਾਈਆਂ ਲੈ ਲੈਂਦੇ ਹਾਂ, ਨੀਂਦ ਨੀ ਆਉਂਦੀ, ਨੀਂਦ ਦੀਆਂ ਦਵਾਈਆਂ ਜਿਹੜੀਆਂ, ਜਾਂ ਆਪਾਂ ਟੈਂਪਰੇਰੀ ਸੈਡੇਸ਼ਨ ਦਾ ਕੋਈ ਨਸ਼ਾ, ਉਸ ਤੋਂ ਬਾਅਦ ਡਿਪਰੈਸ਼ਨ ਜਿਹੜਾ ਉਹ ਹੋਣਾ ਸ਼ੁਰੂ ਹੁੰਦਾ, ਸਿਰ ਭਾਰਾ ਹੋਣਾ ਸ਼ੁਰੂ ਹੁੰਦਾ, ਇਹ ਤਾਂ ਸਿਮਟਮਸ ਆ ਗਏ ਡਿਪਰੈਸ਼ਨ ਦੇ। ਡਿਪਰੈਸ਼ਨ ਦੇ ਵਿੱਚ ਕਈ ਬੰਦੇ ਜਿਹੜੇ ਉਹ ਸੋਚਦੇ ਆ, ਨੈਗੇਟਿਵ ਸੋਚਦੇ ਆ, ਕਈ ਤਾਂ ਇੱਥੋਂ ਤੱਕ ਵੀ ਪਹੁੰਚ ਜਾਂਦੇ ਜੀ ਅਸੀਂ ਤਾਂ ਸੁਸਾਈਡ ਕਰਨਾ, ਤੇ ਕਈ ਕਰ ਵੀ ਲੈਂਦੇ, ਕਈ ਬਚ ਜਾਂਦੇ ਆ। ਸੋ ਇਹ ਜਿਹੜੇ ਰੀਜ਼ਨ ਹੁੰਦੇ ਆ, ਇੱਕ ਦਿਲ ਨਾਲ ਵੀ ਜੁੜਿਆ ਹੁੰਦਾ ਵੀ ਦਿਲ ਨੂੰ ਜਿਵੇਂ ਆਪਾਂ ਕਹਿ ਦਈਏ ਵੀ ਠੇਸ ਲੱਗੀ ਜਾਂ ਦਿਲ ਨੂੰ ਸਦਮਾ ਲੱਗਿਆ, ਤੇ ਉਹ ਸਿੱਧਾ ਬ੍ਰੇਨ ਨਾਲ ਆਉਂਦੇ ਵੀ ਲੱਗਿਆ ਤਾਂ ਦਿਲ ਨੂੰ ਸਦਮਾ, ਬ੍ਰੇਨ ਹੈ ਬੇਸਿਕਲੀ ਤਾਂ ਡਿਪਰੈਸ਼ਨ, ਬ੍ਰੇਨ ਦੀ ਪ੍ਰੋਬਲਮ, ਤੇ ਬ੍ਰੇਨ ਨੂੰ ਆਪਾਂ ਤੰਦਰੁਸਤ ਰੱਖਣ ਵਾਸਤੇ ਇੱਕ ਤਾਂ ਆਪਾਂ ਨੂੰ ਸਿਸਟੇਮੈਟਿਕਲੀ ਜਿਹੜਾ ਆਪਣਾ ਟਾਈਮ ਟੇਬਲ ਸ਼ਡਿਊਲ ਆ, ਜਿਹੜਾ ਸਕੈਜੂਲ ਆਪਣੀ ਜਿਹੜੀ ਰੋਜ਼ ਦੀ ਲਾਈਫ ਦਾ, ਉਹ ਬਣਾਉਣਾ ਜ਼ਰੂਰੀ ਹੈ ਬਣਾਉਣਾ, ਕਿਉਂਕਿ ਡਿਪਰੈਸ਼ਨ ਤੋਂ ਬਚਣ ਵਾਸਤੇ ਜਦੋਂ ਤੁਸੀਂ ਤੁਹਾਨੂੰ ਸ਼ੁਰੂ ਹੁੰਦਾ ਤਾਂ ਇਹ ਆਪਾਂ ਉਦਾਸੀ, ਡਿਸਟ੍ਰੈਸ, ਜਿਵੇਂ ਨੀਂਦ ਘੱਟ ਆਉਣਾ ਜਾਂ ਸੁਪਨੇ ਆਈ ਜਾਣਾ, ਜਾਂ ਜੇ ਇਹ ਸ਼ੁਰੂ ਹੁੰਦਾ ਤੁਸੀਂ ਨੈਚੁਰਲ ਥੈਰੇਪੀ ਦੇ ਤਰੀਕੇ ਨਾਲ ਇਹਨੂੰ ਠੀਕ ਕਰੋ। ਪਰ ਜੇ ਆਪਾਂ ਕੋਈ ਡਿਪਰੈਸ਼ਨ ਦੀ ਏਦਾਂ ਦੀ ਪੱਕੀ ਟੈਬਲੇਟ ਲਾ ਲਈ ਤਾਂ ਉਹ ਅੱਗੇ ਜਾ ਕੇ ਖਤਰਨਾਕ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੀ ਹੈ, ਫਿਰ ਉਹਨੂੰ ਸਵੀਅਰ ਡਿਪਰੈਸ਼ਨ ਕਰੋਨਿਕ ਹੋ ਗਿਆ ਜਦੋਂ, ਤੇ ਉਹ ਨਿੱਕੇ ਨਿੱਕੇ ਸਿਮਟਮ ਹੈ ਜਿਹੜੇ ਉਹ ਪੇਸ਼ੈਂਟ ਨੂੰ ਸਤਾਉਂਦੇ ਰਹਿੰਦੇ ਆ, ਤੇ ਡਰ ਵੀ ਮਨ ਦੇ ਵਿੱਚ ਪੈਦਾ ਹੁੰਦਾ। ਸੋ ਸਭ ਤੋਂ ਵੱਡਾ ਇਹ ਜਦੋਂ ਡਿਪਰੈਸ਼ਨ ਸ਼ੁਰੂ ਹੁੰਦਾ, ਇਹਦੇ ਸਿਮਟਮਸ ਆ ਜਿਹੜੇ ਆ ਗਏ ਤੁਹਾਡੇ ਵਿੱਚ, ਤੁਹਾਡਾ ਇਕੱਲਾ ਰਹਿਣ ਨੂੰ ਜੀ ਕਰਦਾ, ਜਾਂ ਤੁਸੀਂ ਬਾਹਰ ਜਾਣ ਤੋਂ ਡਰਦੇ ਹੋ, ਤੇ ਇੱਦਾਂ ਜਦੋਂ ਆਪਾਂ ਇਹਨਾਂ ਦੇ ਸਿਮਟਮਸ ਦਾ ਟ੍ਰੀਟਮੈਂਟ, ਹੋਮਿਓਪੈਥੀ ਦੇ ਵਿੱਚ ਇਹਦੇ ਸਿਮਟੋਮੈਟਿਕਲੀ ਬੜਾ ਵਧੀਆ ਟ੍ਰੀਟਮੈਂਟ ਹੈ ਜੀ। ਇੱਕ ਮੈਂ ਇੱਕ ਵਾਰੀ ਆਰਟੀਕਲ ਵੀ ਲਿਖਿਆ ਸੀ ਡਿਪਰੈਸ਼ਨ ਦਾ ਹੋਮਿਓਪੈਥੀ ਇਲਾਜ, ਉਹਦੇ ਚ ਬਹੁਤ ਲੰਮਾ ਆਰਟੀਕਲ ਹੈ ਵੀ ਜਿਹਦੇ ਆਪਾਂ ਇਹਦੇ ਸਿਮਟਮ ਤਾਂ ਕਾਫੀ ਨੇ, ਤੇ ਇਹ ਆਪਾਂ ਕਿਹੜੀ ਕਿਹੜੀ ਡਿਜ਼ੀਜ਼ ਤੋਂ, ਕਿਹੜੇ ਕਿਹੜੇ ਸਿਮਟਮ ਤੋਂ, ਜਿਵੇਂ ਹੁਣ ਪੇਸ਼ੈਂਟ ਹੈ, ਪੇਸ਼ੈਂਟ ਸੋਚਦਾ ਜੀ ਮੈਨੂੰ ਬਾਹਰ ਜਾਣ ਲੱਗੇ ਡਰ ਲੱਗਦਾ, ਗੱਡੀ ਨੀ ਚਲਾਉਂਦਾ ਜੀ, ਐਕਸੀਡੈਂਟ ਦਾ ਡਰ ਲੱਗਦਾ, ਕੋਠੇ ਤੇ ਨੀ ਚੜਦਾ, ਪਾਣੀ ਨੇੜੇ ਨੀ ਜਾਂਦਾ, ਕਈ ਜਿਹੜੇ ਪਹਾੜਾਂ ਚ ਨੀ ਜਾਂਦੇ, ਤੇ ਕਈਆਂ ਨੂੰ ਬਾਥਰੂਮ ਤੋਂ ਡਰ ਲੱਗਦਾ ਜੀ, ਬਾਥਰੂਮ ਦੀ ਕੁੰਡੀ ਨੀ ਲਾਉਂਦੇ ਜੀ। ਸੋ ਏਦਾਂ ਹੀ ਹਨੇਰੇ ਤੋਂ ਡਰ,
ਇੱਕ ਹੁੰਦਾ ਜੀ ਡਿਪਰੈਸ਼ਨ ਤੋਂ ਨਾਲ ਹੁੰਦਾ ਹੈਲੂਸੀਨੇਸ਼ਨ ਡਿਪਰੈਸ਼ਨ ਦਾ ਇੱਕ ਪਾਰਟ ਹੈ ਡਿਲੀਰੀਅਮ ਇਹਦਾ ਇੱਕ ਪਾਰਟ ਹੈ ਡਿਲਿਊਜ਼ਨ ਇਹਨੂੰ ਤਿੰਨਾਂ ਨੂੰ ਆਪਾਂ ਲਵਾਂਗੇ ਵਹਿਮ ਭਰਮ ਵਹਿਮ ਭਰਮ ਵੀ ਪੇਸ਼ੈਂਟ ਜਿਹੜਾ ਹੈ ਜਦੋਂ ਡਿਪਰੈਸ਼ਨ ਹੁੰਦਾ ਉਹ ਕਰਨ ਲੱਗ ਜਾਂਦਾ ਵੀ ਮੇਰੇ ਪਿੱਛੇ ਕੋਈ ਤੁਰਿਆ ਆ ਰਿਹਾ ਮੈਂ ਗਲੀ ਚ ਜਾ ਰਿਹਾ ਜਾਂ ਵਾਰ ਵਾਰ ਕੁੰਡਾ ਚੈੱਕ ਕਰੀ ਜਾਊਗਾ ਓਸੀਡੀ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਇਹਦੇ ਵਿੱਚ ਕੁੰਡਾ ਚੈੱਕ ਕਰੂ ਪੇਸ਼ੈਂਟ ਵਾਰ ਵਾਰ ਹੱਥ ਧੋਈ ਜਾਂਦਾ ਡਾਕਟਰ ਸਾਹਿਬ ਬਿਲਕੁਲ ਓਸੀਡੀ ਦੀ ਪ੍ਰੋਬਲਮ ਹੀ ਹੋ ਸਕਦੀ ਹੈ ਕਿਉਂਕਿ ਆ ਜਿਹੜੀ ਗੱਲ ਤੁਸੀਂ ਕੀਤੀ ਨਾ ਹੱਥ ਧੋਣ ਵਾਲੀ ਮੇਰੇ ਪਿੰਡ ਵੀ ਇੱਕ ਮੁੰਡਾ ਸੀ ਦਿਮਾਗ ਤਾਂ ਸਾਡੇ ਪਿੰਡ ਵਾਲਿਆਂ ਦਾ ਖੈਰ ਮੈਨੂੰ ਲੱਗਦਾ ਮੇਰੇ ਹੀ ਸਾਰਿਆਂ ਤੋਂ ਘੱਟ ਹੋਊਗਾ ਬਾਕੀਆਂ ਦੇ ਤਾਂ ਸੁੱਖ ਵਾਹਵਾ ਚੱਲਦੇ ਨੇ ਸੁੱਖ ਨਾ ਉਹਨੂੰ ਕਹਿੰਦੇ ਥੋੜਾ ਜਿਹਾ ਲੋੜ ਜਾ ਚੱਕ ਕੇ ਡਾਕਟਰ ਦੇ ਆਪਣੇ ਤਾਂ ਫਿਰ ਧਨੌਲੇ ਦੱਸ ਪਾ ਦਿੰਦੇ ਆ ਉੱਥੇ ਪਤਾ ਨੀ ਹਜੇ ਤੱਕ ਉਹ ਬਿਜਲੀਆਂ ਲਾਉਣ ਦੇ ਉੱਤੇ ਵੀ ਮੈਂ ਤੁਹਾਡੇ ਤੋਂ ਇਹ ਪੁੱਛੂਗਾ ਉੱਥੇ ਬਿਜਲੀਆਂ ਲਵਾ ਦੀਆਂ ਉਹਦੇ ਉਸ ਤੋਂ ਬਾਅਦ ਉਹ ਠੀਕ ਨੀ ਹੋਇਆ ਮੁੰਡਾ ਤੇ ਜੇ ਕੋਈ ਉਹਨੇ ਮੰਜੇ ਤੇ ਬੈਠ ਜਾ ਕਰੇ ਤਾਂ ਵੀ ਉਹ ਮੰਜਾ ਧੋਣ ਲੱਗ ਜਾ ਕਰੇ ਹੱਥ ਤਾਂ ਉਹ ਆਪ ਤਾਂ 15-20 ਹਜ਼ਾਰ ਧੋਂਦਾ ਹੀ ਸੀਗਾ ਜੇ ਪਾਣੀ ਵੀ ਫੜਾਉਣਾ ਫਿਰ ਵੀ ਕਿਹਾ ਕਰੇ 5-20 ਹਜ਼ਾਰ ਧੋ ਕੇ ਆ ਜਾਂਦਾ ਸਰ ਧੋਇਆ ਕਰੋ ਇਹ ਵੀ ਇਸੇ ਦੇ ਨਾਲ ਹੀ ਜੁੜੀ ਵੀ ਕੋਈ ਬਿਮਾਰੀ ਹੋ ਸਕਦੀ ਹੈ ਨਾਲੇ ਬਿਜਲੀ ਲਾਉਣ ਬਾਰੇ ਵੀ ਦੱਸਿਓ ਸਿੱਧੂ ਸਾਹਿਬ ਜਿਹੜਾ ਬੰਦਾ ਵਾਰ ਵਾਰ ਬਿਨਾਂ ਮਤਲਬ ਤੋਂ ਹੱਥ ਧੋਈ ਜਾਂਦਾ ਇੱਕ ਵਾਰ ਜਦੋਂ ਇਹ ਮੇਰਾ ਆਰਟੀਕਲ ਇਹ ਕਈ ਸਾਲ ਪਹਿਲਾਂ ਇਹ ਆਰਟੀਕਲ ਨਾ ਜੀ ਅਜੀਤ ਪੇਪਰ ਚ ਛਪਿਆ ਸੀਗਾ ਜੀ ਤੇ ਉਦੋਂ ਪੇਸ਼ੈਂਟ ਕਈ ਪੇਸ਼ੈਂਟਾਂ ਨੇ ਅਪਰੋਚ ਕੀਤੀ ਜੀ ਪੇਸ਼ੈਂਟ ਆਏ ਵੀ ਇਹਦਾ ਇਲਾਜ ਹੋ ਸਕਦਾ ਜੀ ਤੇ ਇਹਦੇ ਵਿੱਚ ਇੱਦਾਂ ਜੀ ਜਦੋਂ ਸਿਮਟਮਸ ਆਪਾਂ ਲੈਂਦੇ ਹਾਂ ਸਾਡੀ ਦਵਾਈ ਸਿਮਟਮਸ ਤੇ ਚੇਂਜ ਹੋ ਜਾਂਦੀ ਜਿੱਦਾਂ ਤੁਸੀਂ ਗੱਲ ਕੀਤੀ ਹੱਥ ਧੋਣ ਦੀ ਇੱਕ ਪੇਸ਼ੈਂਟ ਜਿਹੜਾ ਜਿਹਨੂੰ ਕੱਲਾ ਡਿਪਰੈਸ਼ਨ ਸਟਾਰਟ ਹੈ ਕਈ ਪੇਸ਼ੈਂਟ ਕੱਲਾ ਰੋਂਦੇ ਹੀ ਹੈ ਹੱਥ ਨਹੀਂ ਧੋਂਦੇ ਉਹਨਾਂ ਨੂੰ ਰੋਣਾ ਹੀ ਆਈ ਜਾਂਦਾ ਵਾਰ ਵਾਰ ਤੇ ਇੱਦਾਂ ਹੀ ਕੁਛ ਪੇਸ਼ੈਂਟ ਹੁੰਦੇ ਆ ਜਿਹੜੇ ਹੱਥ ਹੀ ਵਾਰ ਵਾਰ ਧੋਈ ਜਾਂਦੇ ਹੱਥ ਧੋਂਦੇ ਆ ਤੇ ਉਹਨਾਂ ਨੂੰ ਕਿਸੇ ਨੇ ਟੱਚ ਕਰ ਲਿਆ ਹੱਥ ਮਿਲਾ ਲਿਆ ਤਾਂ ਉਹਨਾਂ ਨੇ ਭੱਜਣਾ ਜੀ ਹੱਥ ਧੋੜੀਏ ਵੀ ਨਹੀਂ ਤਾਂ ਮੈਨੂੰ ਕੋਈ ਬਿਮਾਰੀ ਨਾ ਲੱਗ ਜੇ ਉਹਨਾਂ ਦੇ ਡਿਪਰੈਸ਼ਨ ਇਹ ਹੁੰਦਾ ਵੀ ਮੈਨੂੰ ਕੋਈ ਬਿਮਾਰੀ ਲੱਗ ਜੂਗੀ ਵੀ ਇਹਨੂੰ ਇਨਫੈਕਸ਼ਨ ਆ ਮੈਨੂੰ ਤਾਂ ਹੋਊਗੀ ਜੇ ਕਿਸੇ ਦੇ ਹੱਥ ਮੈਂ ਉਹ ਗੱਲ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸੀ ਇਹਦੇ ਵਿੱਚੋਂ ਹੀ ਵੀ ਇੱਕ ਬਜ਼ੁਰਗ ਨੂੰ ਉਦੋਂ ਲੈ ਕੇ ਆਏ ਇੱਧਰ ਮਲੇਰਕੋਟਲੇ ਕੋਲ ਕੋਈ ਪਿੰਡ ਸੀਗਾ ਤੇ ਉਹ ਕਹਿੰਦੇ ਜੀ ਡਿਪਰੈਸ਼ਨ ਸਟਾਰਟ ਕਿੱਥੋਂ ਹੋਇਆ ਉਹਦੀ ਸਾਰੀ ਹਿਸਟਰੀ ਲਈ ਤੇ ਲੈ ਕੇ ਉਹਦੀ ਮੈਂ ਜਦੋਂ ਮੈਡੀਸਨ ਕੱਢੀ ਤਾਂ ਉਹਨੂੰ ਮੈਨੂੰ ਥੋੜੀ ਮਿਹਨਤ ਕਰਨੀ ਪਈ ਉਹ ਸਿੰਪਟਮਸ ਕਾਫੀ ਉਲਝੇ ਹੋਏ ਸੀ ਉਹ ਕਹਿੰਦੇ ਜੀ ਇਹਨੂੰ ਸਡਨ ਡਿਪਰੈਸ਼ਨ ਹੋਇਆ ਸਡਨ ਇਹ ਪ੍ਰੋਬਲਮ ਆਈ ਵੀ ਇਹ ਉਸ ਤੋਂ ਪਹਿਲਾਂ ਚੰਗੇ ਭਲੇ ਸੀ ਤੇ ਇਹਨਾਂ ਨੇ ਜਾਣਾ ਸੀ ਸ਼ਹਿਰ ਤਾਂ ਅੱਡੇ ਤੇ ਖੜੇ ਉੱਥੇ ਇੱਕ ਜਦੋਂ ਬੱਸ ਦੀ ਵੇਟ ਕਰ ਰਹੇ ਸੀ ਤਾਂ ਇਹਨਾਂ ਦੇ ਨੇੜੇ ਅੱਡੇ ਦੇ ਬੈਕ ਸਾਈਡ ਤੇ ਕਿਤੇ ਨਾ ਕੋਈ ਜਾਨਵਰ ਦੀ ਕੁੱਤੇ ਦੀ ਡੈਥ ਹੋਈ ਸੀ ਤੇ ਉਹਦੀ ਸਮੈਲ ਜਿਵੇਂ ਹਵਾ ਆਈ ਤੇ ਉਹਨਾਂ ਨੂੰ ਆਈ ਹਨਾ ਜੀ ਤੇ ਉਹਨਾਂ ਨੂੰ ਇੰਨੀ ਕੁ ਗੱਲ ਤੋਂ ਐਂ ਲੱਗਿਆ ਵੀ ਮੈਨੂੰ ਇਹ ਨਾ ਹੁਣ ਬਿਮਾਰੀ ਹੋਊ ਇਹਦੇ ਤੋਂ ਕੋਈ ਵੀ ਮੈਂ ਨੇੜੇ ਦੀ ਇਹਦੇ ਟੱਪਿਆ ਉਹ ਸ਼ਹਿਰ ਜਾਣ ਦੀ ਬਜਾਏ ਵਾਪਸ ਘਰੇ ਗਏ ਜਾ ਕੇ ਉਹਨਾਂ ਨੇ ਨਹਾਇਆ ਨਹਾ ਕੇ ਤੇ ਉਹਨਾਂ ਨੇ ਆਪਣੇ ਕੱਪੜੇ ਲਾਤੇ ਜੀ ਉਹਨਾਂ ਨੇ ਜਦੋਂ ਆਪਣੇ ਕੱਪੜੇ ਉਤਾਰੇ ਚੇਂਜ ਕੀਤੇ ਚੇਂਜ ਕਰਕੇ ਤੇ ਉਹਨਾਂ ਨੂੰ ਉਸ ਦਿਨ ਤੋਂ ਬਾਅਦ ਇਹ ਬਿਮਾਰੀ ਹੋ ਗਈ ਜੀ ਵੀ ਜਦੋਂ ਬਾਹਰ ਜਾਂਦੇ ਸੀ ਤਾਂ ਨੇੜੇ ਹੁੰਦੀ ਕੋਈ ਗੰਦਗੀ ਵਾਲੀ ਚੀਜ਼ ਜਾਂ ਕਿਸੇ ਨੇ ਟੱਚ ਕਰ ਲਿਆ ਤਾਂ ਉਹਨਾਂ ਨੇ ਆਪਦਾ ਘਰੇ ਆ ਕੇ ਉਹਨਾਂ ਨੇ ਆਪਦਾ ਨਹਾਉਣਾ ਜੀ ਫਿਰ ਵਾਰ ਵਾਰ ਨਹਾਈ ਜਾਣਾ 10-10-15 ਵਾਰ ਨਹਾਉਣਾ ਸੋ ਏਦਾਂ ਦੀ ਜਿਹੜੀ ਪ੍ਰੋਬਲਮ ਹੈ ਇਹਦੇ ਵਿੱਚ ਆਪਾਂ ਨੂੰ ਸਿਮਟਮ ਲੈਣ ਦੀ ਲੋੜ ਹੈ ਉਹ ਜਦੋਂ ਕੌਜ਼ ਲੱਭਿਆ ਵੀ ਕੌਜ਼ ਏਦਾਂ ਦਾ ਸੀਗਾ ਤਾਂ ਉਹ ਇੱਕ ਬ੍ਰੇਨ ਨੂੰ ਡਿਵੈਲਪ ਆਪਾਂ ਕਹਿ ਦਈਏ ਸਟਰੈਂਥ ਦੇਣ ਵਾਲੀ ਜਿਹੜੀ ਮੈਡੀਸਨ ਹੈ ਕਿਉਂਕਿ ਨੈਗੇਟਿਵ ਸੋਚ ਵੀ ਮਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਦੂਜੀਆਂ ਦਵਾਈਆਂ ਦੀ ਉਹ ਹੈਲਪ ਲਈ ਗਿਆ ਤਾਂ ਉਹਦੇ ਨਾਲ ਵੱਧਦੇ ਵੱਧਦੇ ਸਿਮਟਮ ਜਿਹੜੇ ਉਹ ਇਨਕਰੀਜ਼ ਹੁੰਦੇ ਗਏ ਤੇ ਫਿਜ਼ੀਕਲੀ ਵੀ ਫਿਰ ਫਰਕ ਪੈਂਦਾ ਕਿਉਂਕਿ ਫਿਜ਼ੀਕਲੀ ਵੀ ਹੱਥ ਪੈਰ ਸੌਣ ਲੱਗ ਜਾਂਦੇ ਤੇ ਕਈ ਅੱਗੇ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਇਹ ਚੀਜ਼ ਆਪਣੇ ਤੇ ਅਟੈਕ ਕਰਦੀ ਹੈ ਜੀ ਸੋ ਇਹ ਪਰਟੀਕੁਲਰ ਸਿਮਟਮਸ ਜਿਹੜੇ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਹੋਮਿਓਪੈਥੀ ਦੇ ਨਾਲ ਜੇ ਇਹਨੂੰ ਤਾਲਮੇਲ ਕਰੀਏ ਇਹਨਾਂ ਦਾ ਮਿਲਾਈਏ ਤਾਂ ਇਹ ਸਿਮਟਮ ਬੇਸਡ ਪੈਥੀ ਹੈ ਇੱਕ ਸਿਮਟਮ ਤੇ ਦਵਾਈ ਚੇਂਜ ਹੋ ਜਾਣੀ ਹੈ ਜਿਵੇਂ ਹੁਣ ਪੇਸ਼ੈਂਟ ਆਇਆ ਉਹਦਾ ਦਿਲ ਕਰ ਰਿਹਾ ਜੀ ਮੈਂ ਇਕੱਲਾ ਨੀ ਰਹਿਣਾ ਜੀ ਕੋਈ ਨਾ ਕੋਈ ਕੋਲ ਹੋਵੇ ਇੱਕ ਪੇਸ਼ੈਂਟ ਆਇਆ ਜੀ ਮੇਰੇ ਕੋਲ ਕੋਈ ਨਾ ਕੋਈ ਬੈਠਾ ਰਹੇ ਉਹਨੂੰ ਡਰ ਲੱਗਦਾ ਤੇ ਇੱਕ ਹੁੰਦਾ ਕੰਪਨੀ ਡਿਜ਼ਾਇਰ ਕਰਦਾ ਕਿ ਮੇਰੇ ਕੋਲ ਜਿਹੜਾ ਪੇਸ਼ੈਂਟ ਕੋਈ ਨਾ ਕੋਈ ਆਪਣਾ ਬੰਦਾ ਰਹੇ ਵੀ ਮੈਨੂੰ ਕਿਸੇ ਚੀਜ਼ ਦਾ ਖਤਰਾ ਹੈ ਇੱਕ ਪੇਸ਼ੈਂਟ ਜਿਹੜਾ ਕੁੰਡੀ ਵਾਰ ਵਾਰ ਚੈੱਕ ਕਰਦਾ ਉਹਨੂੰ ਇਹ ਹੈ ਵੀ ਬਾਹਰਲੇ ਪਾਸੋਂ ਕੋਈ ਐਂਟਰ ਨਾ ਹੋ ਜਾਏ ਕਮਰੇ ਚ ਕਈ ਪੇਸ਼ੈਂਟ ਇੱਦਾਂ ਦੇ ਜੀ ਆਪਣੀ ਜਿਹੜੀ ਆਹ ਸਵਿੱਚ ਨੀ ਬਿਜਲੀ ਦਾ ਛੱਡਦੇ ਉਹਨਾਂ ਨੂੰ ਐਂ ਲੱਗਦਾ ਮੈਨੂੰ ਤਾਂ ਕਰੰਟ ਲੱਗ ਜੋ ਨੈਗੇਟਿਵ ਖਿਆਲ ਆ ਗਏ ਸੋ ਏਦਾਂ ਕਈ ਪੇਸ਼ੈਂਟ ਇੱਦਾਂ ਆਉਂਦੇ ਮੈਂ ਤਾਂ ਗੱਡੀ ਨੀ ਚਲਾਉਂਦਾ ਜੀ ਸਕੂਟਰ ਤੇ ਨੀ ਜਾਂਦਾ ਮੈਨੂੰ ਐਂ ਲੱਗਦਾ ਐਕਸੀਡੈਂਟ ਤਾਂ ਹੋਊਗਾ ਹੀ ਹੋਊਗਾ ਜੀ ਹੁਣ ਪੇਸ਼ੈਂਟ ਮਾੜਾ ਜਿਹਾ ਕਿਤੇ ਗੈਸ ਬਣ ਗਈ ਉਹਦੇ ਨਾਲ ਗੈਸ ਨਾਲ ਛਾਤੀ ਦੇ ਵਿੱਚ ਦਰਦ ਹੋਇਆ ਡਾਕਟਰ ਕੋਲ ਭੱਜ ਜਾਂਦੇ ਜੀ ਮੈਨੂੰ ਤਾਂ ਹਾਰਟ ਅਟੈਕ ਹੋਊਗਾ ਕਿਉਂਕਿ ਨੈਗੇਟਿਵ ਸੋਚਾਂ ਜਿਹੜੀਆਂ ਇਹ ਸਿਮਟਮਸ ਭਾਰੂ ਹੋ ਜਾਂਦੇ ਆ ਆਪਣੀ ਜਿਹੜਾ ਸਰੀਰ ਦੇ ਉੱਤੇ ਆਪਣੇ ਖਾਸ ਕਰਕੇ ਬ੍ਰੇਨ ਦੇ ਉੱਤੇ ਇਹਦੇ ਨਾਲ ਅੱਗੇ ਜਿਹੜੀਆਂ ਜਿਵੇਂ ਮੈਮਰੀ ਦਾ ਲੋਸ ਮੈਮਰੀ ਵੀਕ ਉਹ ਜਿਹੜੇ ਦਵਾਈਆਂ ਦੇ ਸਾਈਡ ਇਫੈਕਟ ਵੀ ਹੋ ਜਾਂਦੇ
ਕਈ ਵਾਰ ਤਾਂ ਪੇਸ਼ੈਂਟ ਅੱਗੇ ਜਾ ਕੇ ਜਦੋਂ ਏਜ ਫੈਕਟਰ ਦੇ ਹਿਸਾਬ ਨਾਲ ਡਿਪਰੈਸ਼ਨ ਆਉਂਦਾ ਜ਼ਿਆਦਾ ਇਹਦੇ ਵਿੱਚ ਤਾਂ ਬਜ਼ੁਰਗ ਕਈ ਵਾਰੀ ਇੰਨਾ ਸਟ੍ਰੈਸ ਕਈ ਵਾਰੀ ਲਿਆ ਹੁੰਦਾ ਕਈ ਕਈ ਸਾਲਾਂ ਦਾ ਉਹ ਚਾਈਲਡਿਸ਼ ਬਿਹੇਵੀਅਰ ਕਰਨ ਲੱਗ ਜਾਂਦੇ ਬੱਚਿਆਂ ਵਾਂਗੂ ਜਿਵੇਂ ਐਕਟ ਕਰਦਾ ਬੰਦਾ ਉਦਾਂ ਦੀਆਂ ਪ੍ਰੋਬਲਮਸ ਵੀ ਇਹਦੇ ਉੱਤੇ ਪਹੁੰਚਦੀਆਂ ਪਹੁੰਚਦੀਆਂ ਕਈ ਵਾਰ ਬੰਦੇ ਪੇਸ਼ੈਂਟ ਪਾਗਲਪਨ ਤੱਕ ਵੀ ਪਹੁੰਚ ਜਾਂਦੇ ਵੀ ਕਿਸੇ ਨੂੰ ਕੁੱਟਣਾ ਮਾਰਨਾ ਚੀਜ਼ਾਂ ਸਿੱਟਣੀਆਂ ਇਹ ਸਵੀਅਰ ਅੱਗੇ ਡਿਪਰੈਸ਼ਨ ਦੇ ਪਾਰਟ ਨੇ ਹਿਸਟੀਰੀਆ ਦੇ ਪੇਸ਼ੈਂਟ ਹੁੰਦੇ ਆ ਹਿਸਟੀਰੀਆ ਵੀ ਟੋਪਿਕ ਜਿਹੜਾ ਇਹਦੇ ਇਹਦਾ ਹੀ ਪਾਰਟ ਹੈ ਸੋ ਇਹਦੇ ਵਿੱਚ ਪੇਸ਼ੈਂਟ ਨੂੰ ਕਈ ਵਾਰੀ ਕੀ ਹੁੰਦਾ ਹਾਈਪਰਮੈਨੀਆ ਹੁੰਦਾ ਹਾਈਪਰਮੈਨੀਆ ਮਤਲਬ ਬੰਦੇ ਨੂੰ ਗੁੱਸਾ ਚੜ ਗਿਆ ਜੀ ਬਹੁਤ ਜ਼ਿਆਦਾ ਆਪਣੇ ਪਿੰਡਾਂ ਚੋਂ ਕਹਿ ਦਿੰਦੇ ਜੀ ਬਲੱਡ ਵੱਧ ਗਿਆ ਇਹਦਾ ਪਰ ਹੁੰਦਾ ਇੱਕ ਪਾਰਟ ਆਫ ਦਾ ਡਿਪਰੈਸ਼ਨ ਹੀ ਹੈ ਜਦੋਂ ਇਹ ਆਪਾਂ ਨੂੰ ਕੋਈ ਨਾ ਕੋਈ ਚੀਜ਼ ਆਪਾਂ ਮਨ ਦੇ ਵਿੱਚ ਸਪਰੈਸ ਕਰੀ ਗਏ ਦਬਾਈ ਗਏ ਉਹ ਕਿਤੇ ਨਾ ਕਿਤੇ ਜਾ ਕੇ ਤੇ ਏਦਾਂ ਦੇ ਸਿਮਟਮ ਵੀ ਨਿਕਲਣੇ ਸ਼ੁਰੂ ਹੋ ਜਾਂਦੇ ਆ ਜੀ ਡਾਕਟਰ ਸਾਹਿਬ ਇੱਕ ਸਵਾਲ ਥੋੜਾ ਜਿਹਾ ਹਟਮਾ ਆਪਣੇ ਕੋਲ ਆਇਆ ਜੀ ਪਹਿਲਾਂ ਜਵਾਬ ਦੇ ਦਈਏ ਪਹਿਲਾਂ ਲੱਗਦੇ ਹੱਥ ਜੀ ਇੱਕ ਸਰੋਤਿਆਂ ਨੇ ਇਹ ਪੁੱਛਿਆ ਕਿ ਮੋਤੀਆ ਦਾ ਇਲਾਜ ਕੀ ਹੈਗਾ ਆਪਰੇਸ਼ਨ ਤੋਂ ਬਿਨਾਂ ਮੋਤੀਆ ਏਦਾਂ ਹੈ ਜੀ ਜਿਹੜਾ ਚਿੱਟਾ ਮੋਤੀਆ ਕੈਟਰੈਕਟ ਹੈ ਇੱਕ ਹੁੰਦਾ ਜੀ ਕਾਲਾ ਮੋਤੀਆ ਕਾਲੇ ਮੋਤੀਏ ਦਾ ਤਾਂ ਤਕਰੀਬਨ ਜਿਹੜਾ ਓਪਰੇਟ ਹੀ ਕਰਾਉਣਾ ਪੈਂਦਾ ਤੇ ਚਿੱਟੇ ਮੋਤੀਏ ਦਾ ਕਾਫੀ ਹੱਦ ਤੱਕ ਜਿਹੜਾ ਹੋਮਿਓਪੈਥੀ ਦੇ ਵਿੱਚ ਟ੍ਰੀਟਮੈਂਟ ਹੈਗਾ ਬਟ ਇਹਦੇ ਨਾਲ ਤੁਸੀਂ ਕੁਛ ਦੇਸੀ ਵੀ ਕਰ ਸਕਦੇ ਹੋ ਘਰੇ ਜਿਹੜਾ ਆਪਣਾ ਨੁਸਖਾ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਇਹਦੇ ਲਈ ਜਿਹੜੀ ਆਪਣੀ ਕਹਿੰਦੇ ਫਟਕੜੀ ਹੁੰਦੀ ਹੈ ਫਟਕੜੀ ਨੂੰ ਖਿੱਲ ਕਰ ਲਓ ਤਵੇ ਦੇ ਉੱਤੇ ਚਿੱਟੀ ਫਟਕੜੀ ਨੂੰ ਉਹ ਜਦੋਂ ਖਿੱਲ ਕਰ ਲਈ ਤਾਂ ਉਹਨੂੰ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਤੇ ਉਹਨੂੰ ਕੱਪੜ ਛਾਣ ਕਰ ਲਓ ਉਹਨੂੰ ਕੱਪੜ ਛਾਣ ਕਰਕੇ ਸੁਰਮਚੂ ਦੇ ਨਾਲ ਅੱਖਾਂ ਚ ਪਾਉਣਾ ਇਹਨੂੰ ਸਵੇਰੇ ਸ਼ਾਮ ਕੁਛ ਦਿਨ ਪਾ ਲਓ ਤੇ ਜਦੋਂ ਪਾਓਗੇ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਪਾਣੀ ਨਿਕਲੂਗਾ ਧਾਗੇ ਜੇ ਬਣ ਕੇ ਨਿਕਲਣਗੇ ਤੇ ਉਹਦੇ ਨਾਲ ਹੌਲੀ ਹੌਲੀ ਜਿਹੜੀ ਲੇਅਰ ਬਣੀ ਹੋਈ ਹੈ ਮੋਤੀ ਦੀ ਕੈਟਰੈਕਟ ਦੀ ਉਹ ਲੈ ਜਾਂਦੀ ਹੈ ਜੀ ਕਈ ਵਾਰੀ ਤੇ ਜੇ ਇਹਦੇ ਨਾਲ ਫਰਕ ਪੈਣ ਲੱਗਿਆ ਇਹਨੂੰ ਤੁਸੀਂ ਰੈਗੂਲਰ ਯੂਜ਼ ਕਰ ਸਕਦੇ ਬਾਕੀ ਸਿਮਟਮਸ ਦੇ ਆਧਾਰ ਤੇ ਹੋਮਿਓਪੈਥੀ ਚ ਕੁਛ ਕੁ ਮੈਡੀਸਨ ਹੈਗੀਆਂ ਨੇ ਜਿਹੜੀਆਂ ਦਿੱਤੀਆਂ ਜਾਣ ਤਾਂ ਮੋਤੀਆ ਜਿਹੜਾ ਹੌਲੀ ਹੌਲੀ ਜਿਹੜਾ ਉਹ ਲੈ ਜਾਂਦਾ ਜਿਹੜਾ ਲੇਅਰ ਬਣੀ ਫੜਕੜੀ ਖਿੱਲ ਕਰਕੇ ਪਾਉਣ ਨਾਲ ਡਾਕਟਰ ਸਾਹਿਬ ਕੋਈ ਹੋਰ ਵੀ ਫਾਇਦਾ ਹੁੰਦਾ ਅੱਖਾਂ ਨੂੰ ਜਿਹਨੂੰ ਮੋਤੀਆ ਨਹੀਂ ਉਹ ਵੀ ਪਾ ਸਕਦਾ ਜੀ ਇਹਦੇ ਵਿੱਚ ਥੋੜਾ ਅੱਖਾਂ ਦੀ ਰੋਸ਼ਨੀ ਜਿਹੜੀ ਪਰ ਲੈਣੀ ਚਿੱਟੀ ਹੈ ਅੱਖਾਂ ਦੀ ਰੋਸ਼ਨੀ ਤੇ ਵੀ ਇਫੈਕਟ ਪੈਂਦਾ ਬਟ ਸਭ ਤੋਂ ਵੱਧ ਜਿਹੜਾ ਇਹ ਕੈਟਰੈਕਟ ਵਾਸਤੇ ਜੀ ਕਿਉਂਕਿ ਜਿਹੜਾ ਕੈਟਰੈਕਟ ਆਪਾਂ ਮੋਤੀ ਦੀ ਗੱਲ ਕੀਤੀ ਹੈ ਇਹ ਪਰਟੀਕੁਲਰ ਇਹਦੇ ਵਾਸਤੇ ਇਹ ਵਧੀਆ ਦੇਸੀ ਫਾਰਮੂਲਾ ਹੈ ਜੀ ਤੇ ਕਈ ਤਾਂ ਪੁਰਾਣੇ ਵੈਦ ਵੀ ਕਹਿ ਦਿੰਦੇ ਹੁੰਦੇ ਸੀ ਵੀ ਥੋੜਾ ਜਿਹਾ ਨਿੰਬੂ ਲੈ ਕੇ ਤੇ ਉਹ ਚ ਸ਼ਹਿਦ ਪਾ ਕੇ ਵੀ ਅੱਖਾਂ ਚ ਪਾਉਣਾ ਜੀ ਤੇ ਇਕੱਲਾ ਸ਼ਹਿਦ ਵੀ ਪਾ ਸਕਦੇ ਇਹਦੇ ਵਾਸਤੇ ਅੱਖਾਂ ਦੀ ਰੋਸ਼ਨੀ ਵਾਸਤੇ ਅੱਖਾਂ ਨੂੰ ਚਮਕ ਵਾਸਤੇ ਬੜੀ ਵਧੀਆ ਚੀਜ਼ ਹੈ ਜਨਰਲੀ ਅੱਖਾਂ ਦਾ ਟੋਨਿਕ ਬੜਾ ਵਧੀਆ ਜੀ ਬਾਹਰੋਂ ਆਏ ਆ ਜਿਵੇਂ ਅੱਖਾਂ ਦੇ ਵਿੱਚ ਧੂੜ ਮਿੱਟੀ ਪਈ ਹੈ ਤਾਂ ਤੁਹਾਡੇ ਜੇ ਆਪਣੀ ਬਰਨਿੰਗ ਹੋ ਰਹੀ ਹੈ ਥੋੜੀ ਜਿਵੇਂ ਰੜਕਣੀ ਹੈ ਤਾਂ ਗੁਲਾਬ ਜਲ ਪਾ ਲਓ ਜੀ ਗੁਲਾਬ ਜਲ ਘਰ ਚ ਰੱਖਿਆ ਹੋਇਆ ਥੋੜੀਆਂ ਦੋ ਦੋ ਬੂੰਦਾਂ ਅੱਖਾਂ ਚ ਬਹੁਤ ਪਾਣੀ ਨਿਕਲ ਕੇ ਤੇ ਅੱਖਾਂ ਫਰੈਸ਼ ਹੋ ਜਾਂਦੀਆਂ ਜੇ ਧੁੱਪ ਚੋ ਆਏ ਤਾਂ ਵੀ ਤੇ ਫਿਰ ਆਪਾਂ ਜਦੋਂ ਸਾਹਿਬ ਗੱਲ ਕਰ ਰਹੇ ਸੀ ਬਿਜਲੀਆਂ ਦੀ ਉਹ ਬਿਜਲੀਆਂ ਦੀ ਗੱਲ ਏਦਾਂ ਵੀ ਉਹ ਟ੍ਰੀਟਮੈਂਟ ਜਿਹੜਾ ਹੁੰਦਾ ਉਹ ਜਿਹੜਾ ਐਕਿਊਟ ਦੇ ਵਿੱਚ ਪੇਸ਼ੈਂਟ ਹੈਗਾ ਉਹਨੂੰ ਕਈ ਵਾਰੀ ਸੈੱਟ ਬੈਠ ਜਾਂਦਾ ਪਰ ਅੱਗੇ ਜਾ ਕੇ ਉਸ ਚੀਜ਼ ਦੇ ਸਾਈਡ ਇਫੈਕਟ ਵੀ ਹੁੰਦੇ ਆ ਕਿਉਂਕਿ ਉਹ ਇੱਕ ਤਰ੍ਹਾਂ ਆਪਾਂ ਬ੍ਰੇਨ ਨੂੰ ਸ਼ੌਕ ਦਿੰਦੇ ਆ ਹਨਾ ਤੇ ਉਹ ਸ਼ੌਕ ਦੇਣਾ ਕੋਈ ਇੱਕ ਆਪਾਂ ਜੈਨੂਅਨ ਟ੍ਰੀਟਮੈਂਟ ਨੀ ਕਹਿੰਦੇ ਇੱਕ ਮਨੁੱਖੀ ਟ੍ਰੀਟਮੈਂਟ ਵਧੀਆ ਜਿਵੇਂ ਇਹ ਨੈਚੁਰਲ ਟ੍ਰੀਟਮੈਂਟ ਨਹੀਂ ਹੈ ਉਹ ਇੱਕ ਹੈਗਾ ਟੈਂਪਰੇਰੀ ਟ੍ਰੀਟਮੈਂਟ ਤੇ ਕੁਛ ਦੇਰ ਬਾਅਦ ਫਿਰ ਜਦੋਂ ਅਟੈਕ ਹੁੰਦਾ ਪੇਸ਼ੈਂਟ ਨੂੰ ਸਵੀਅਰ ਅਟੈਕ ਹੁੰਦਾ ਇਹ ਜਾਂ ਜਿਹੜਾ ਬਿਮਾਰੀ ਆਪਣਾ ਰੂਪ ਚੇਂਜ ਕਰ ਲੈਂਦੀ ਹੈ ਵੀ ਜਿਵੇਂ ਪਹਿਲਾਂ ਤਾਂ ਉਹਨੂੰ ਦੌਰੇ ਟਾਈਪ ਪੈਂਦੇ ਆਪਣੇ ਜਿਵੇਂ ਇਹਦੇ ਡਿਪਰੈਸ਼ਨ ਦੇ ਫਿਰ ਪੇਸ਼ੈਂਟ ਨੂੰ ਇੱਕ ਅੰਦਰੂਨੀ ਡਿਪਰੈਸ਼ਨ ਹੋ ਜਾਂਦਾ ਬੋਲਣੋਂ ਹਟ ਜਾਂਦਾ ਪੇਸ਼ੈਂਟ ਜਾਂ ਇਕੱਲਾ ਬੈਠਾ ਰਹਿੰਦਾ ਸੋਚ ਜਾਂਦਾ ਕੁਛ ਨਾ ਕੁਛ ਤੇ ਉਹ ਜਦੋਂ ਏਦਾਂ ਦੀ ਗੱਲ ਹੁੰਦੀ ਹੈ ਪੇਸ਼ੈਂਟ ਆਪਦੀ ਜੇ ਤਾਂ ਗੱਲ ਬਾਹਰ ਕੱਢਦਾ ਮੂੰਹ ਨਾਲ ਦੱਸ ਦਿੰਦਾ ਤਾਂ ਉਹ ਬਹੁਤ ਵਧੀਆ ਜਿਹੜੇ ਚੁੱਪ ਰਹਿਣ ਵਾਲੇ ਪੇਸ਼ੈਂਟ ਹੁੰਦੇ ਆ ਡਿਪਰੈਸ਼ਨ ਦੇ ਵਿੱਚ ਉਹ ਥੋੜੇ ਖਤਰਨਾਕ ਕੰਮ ਹੋ ਜਾਂਦਾ ਵੀ ਉਹ ਚੁੱਪ ਚ ਕੀਤੇ ਉਹਦਾ ਕਈ ਵਾਰੀ ਜ਼ਿੰਦਗੀ ਖਤਮ ਕਰ ਲੈਂਦੇ ਆ ਉਹਦੀ ਤੇ ਉਹਨਾਂ ਦਾ ਦਿਲ ਕਰਦਾ ਵੀ ਮੈਂ ਹੁਣ ਲਾਈਫ ਦੇ ਵਿੱਚ ਜਿਉਂ ਨਹੀਂ ਸਕਦਾ ਜੇ ਰਿਹਾ ਤਾਂ ਮੇਰਾ ਕੱਲ ਨੂੰ ਮੈਨੂੰ ਪਤਾ ਨੀ ਕੀ ਹੋਊਗਾ ਡਿਪਰੈਸ਼ਨ ਦੇ ਵਿੱਚ ਏਦਾਂ ਦੇ ਪੇਸ਼ੈਂਟ ਕੋਈ ਨਾ ਕੋਈ ਨਸ਼ੇ ਦਾ ਸੇਵਨ ਵੀ ਕਰਨ ਲੱਗ ਜਾਂਦੇ ਆ ਤੇ ਉਹ ਨਸ਼ਾ ਵੀ ਕਿਤੇ ਨਾ ਕਿਤੇ ਜਾ ਕੇ ਅੱਗੇ ਵੱਧਦਾ ਤੇ ਇਹਦੇ ਵਿੱਚ ਜ਼ਿਆਦਾ ਪੇਸ਼ੈਂਟ ਜਿਹੜੇ ਆ ਨਾ ਸਿੱਧੂ ਸਾਹਿਬ ਮੈਡੀਕਲ ਨਸ਼ੇ ਦਾ ਵਰਤੋਂ ਜ਼ਿਆਦਾ ਕਰਦੇ ਆ ਏਦਾਂ ਦੇ ਪੇਸ਼ੈਂਟ ਉਹਨਾਂ ਨੂੰ ਐਂ ਹੁੰਦਾ ਵੀ ਆ ਗੋਲੀਆਂ ਕਾਲੀਆਂ ਐਲਪ੍ਰੈਕਸ ਜਾਂ ਡੈਜ਼ੇਪਾਮ ਵਰਗੇ ਡਾਕਟਰ ਕੋਈ ਨਾ ਕੋਈ ਆਰ ਐਮ ਪੀ ਜਿਹੜੇ ਪਿੰਡਾਂ ਚ ਬੈਠੇ ਉਹ ਕਹਿੰਦੇ ਆਹ ਖਾਲਿਆ ਕਰ ਥੋੜੀ ਜੀ ਉਹ ਇੱਕ ਦੀ ਥਾਂ ਦੇ ਉੱਤੇ ਕਲੀ ਕਲੀ ਖਾਣ ਲੱਗ ਜਾਂਦੇ ਇਹੋ ਜਿਹੇ ਬਹੁਤ ਸਾਰੇ ਕੇਸ ਆਪਣੇ ਸਾਹਮਣੇ ਆਉਂਦੇ ਆ ਜੀ ਸਿੱਧੂ ਸਾਹਿਬ ਇਹ ਬੜੀ ਖਤਰਨਾਕ ਚੀਜ਼ ਹੈ ਮੈਂ ਇੱਕ ਮੇਰਾ ਅੱਗੇ ਮਿੱਤਰ ਸੀਗਾ ਉਹ ਸਾਡੀ ਨੌਲੇਜ ਚ ਆਇਆ ਉਹ ਰੋਜ਼ ਦੀਆਂ 50 ਖਾਣ ਲੱਗ ਗਿਆ ਜੀ ਹੌਲੀ ਹੌਲੀ ਨਾਲੇ ਐਜੂਕੇਟਡ ਬੰਦਾ ਪੜਿਆ
ਠੀਕ ਆ ਤੇ ਉਹ ਫਿਰ ਹੌਲੀ ਹੌਲੀ ਪੰਜ ਪੰਜ ਚਾਰ ਚਾਰ ਕਰਕੇ ਘਟਾ ਕੇ ਤੇ ਉਹ ਲਾਈਨ ਤੇ ਲਿਆਂਦਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਹ ਲਿਵਰ ਤੇ ਇਫੈਕਟ ਕਰ ਚੁੱਕੀਆਂ ਤੇ ਕਿਡਨੀ ਤੇ ਇਫੈਕਟ ਕਰ ਚੁੱਕੀਆਂ ਦੇਖੋ ਉਹਨਾਂ ਨੇ ਹੌਲੀ ਹੌਲੀ ਉਹਦਾ ਲਿਵਰ ਦੇ ਵਿੱਚ ਸਰੋਸਿਸ ਕਰਕੇ ਲਿਵਰ ਨੂੰ ਗਲਣਾ ਸ਼ੁਰੂ ਕਰਤਾ ਸੀਗਾ ਸੋ ਏਦਾਂ ਦੇ ਨਸ਼ਿਆਂ ਤੋਂ ਜਿਹੜਾ ਬਹੁਤ ਦੂਰ ਰਹਿਣਾ ਚਾਹੀਦਾ ਕਿਉਂਕਿ ਗੋਲੀਆਂ ਜਿਹੜੀਆਂ ਉਹਨਾਂ ਦਾ ਨਸ਼ਾ ਤਾਂ ਬਹੁਤ ਹੀ ਮਾੜਾ ਤੇ ਇਹਦੇ ਵਿੱਚ ਤੁਸੀਂ ਇਹਨੂੰ ਜੇ ਕੋਈ ਹੈਗਾ ਉਹਦਾ ਭੈਣ ਭਰਾ ਲੱਗਿਆ ਹੋਇਆ ਤਾਂ ਉਹਨੂੰ ਬੜੀ ਨੈਚੁਰਲ ਤਰੀਕੇ ਨਾਲ ਤੁਸੀਂ ਯੋਗੇ ਦੀ ਹੈਲਪ ਕਰਕੇ ਤੁਸੀਂ ਉਹਨੂੰ ਐਕਸਰਸਾਈਜ਼ ਸਮਝਾਓ ਤੁਸੀਂ ਉਹਨੂੰ ਕਹੋ ਵੀ ਸੈਰ ਤੇ ਜਾ ਇੱਕ ਜੇ ਇੱਦਾਂ ਦਾ ਕੋਈ ਨਸ਼ਾ ਛੱਡਣਾ ਚਾਹੇ ਉਹਦੇ ਵਾਸਤੇ ਸਿੱਧੂ ਸਾਹਿਬ ਬਹੁਤ ਵਧੀਆ ਚੀਜ਼ ਹੈ ਵੀ ਹਰੇਕ ਘਾਹ ਦੇ ਉੱਤੇ ਨਾ ਸਵੇਰੇ ਸਵੇਰੇ ਜੋ ਤਰੇਲ ਜੀ ਪਈ ਹੁੰਦੀ ਛੋਟੀ ਛੋਟੀ ਜਾਂ ਸਵੇਰ ਦੇ ਟਾਈਮ ਹਨਾ ਉਹਦੇ ਤੇ ਸੈਰ ਕਰਨੀ ਬੜੀ ਫਾਇਦੇਮੰਦ ਹੈ ਜੀ ਤੇ ਪਾਣੀ ਵੱਧ ਤੋਂ ਵੱਧ ਪੀਓ ਤੇ ਇੱਕ ਸੇਬ ਖਾਓ ਜੀ ਇੱਦਾਂ ਦੇ ਕੋਈ ਨਸ਼ੇ ਛੱਡਣ ਦਾ ਉਹ ਇੱਕ ਇਮਿਊਨਿਟੀ ਡਿਵੈਲਪ ਕਰਦਾ ਮਨ ਨਹੀਂ ਕਰਦਾ ਸੁਣਿਆ ਸੀ ਕਹਿੰਦੇ ਕਿ ਸੇਬ ਜੇ ਖਾਂਦੇ ਹੋ ਤੁਸੀਂ ਰੋਜ਼ਾਨਾ ਤਾਂ ਸ਼ਰਾਬ ਪੀਣ ਨੂੰ ਵੀ ਦਿਲ ਕਰਨੋਂ ਹਟ ਜਾਂਦਾ ਕਹਿੰਦੇ ਜੀ ਅਮਰੂਦ ਤੇ ਸੇਬ ਜਿਹੜਾ ਇਹਦੇ ਨਾਲ ਹੌਲੀ ਹੌਲੀ ਇਹ ਇੱਕ ਐਂਟੀਡੋਟ ਹੈ ਤੁਹਾਡੇ ਮਨ ਦੇ ਵਿੱਚ ਇੱਕ ਜਿਹੜਾ ਵਹਿਮ ਵਸਿਆ ਹੋਇਆ ਤੁਹਾਡੇ ਇਹ ਵਹਿਮ ਹੈਗਾ ਵੀ ਮੈਂ ਇਹ ਛੱਡ ਹੀ ਨਹੀਂ ਸਕਦਾ ਮੈਨੂੰ ਨੀਂਦ ਨਹੀਂ ਆਉਣੀ ਮੈਂ ਛੱਡਤਾ ਤਾਂ ਪਤਾ ਨਹੀਂ ਕੀ ਹੋਜੂ ਤੇ ਮੈਨੂੰ ਸੁਪਨੇ ਆਉਣਗੇ ਜੀ ਮਾੜੇ ਸੁਪਨੇ ਆਉਣਗੇ ਕਈ ਬੰਦੇ ਹੈਗੇ ਜਿਹੜੇ ਰੋਜ਼ ਦੀ ਡਰਿੰਕ ਹਾਫ ਜਾਂ ਉਸ ਤੋਂ ਵੱਧ ਕਰਦੇ ਆ ਤਾਂ ਉਹ ਕੁਦਰਤੀ ਇੱਕ ਦਿਨ ਕਿਤੇ ਨਾ ਪੀਣ ਤਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜੀ ਤੇ ਸੁਪਨੇ ਆਈ ਜਾਂਦੇ ਆ ਸੋ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਵੀ ਤੁਸੀਂ ਇਹਦਾ ਟ੍ਰੀਟਮੈਂਟ ਬੜੇ ਤਰੀਕੇ ਨਾਲ ਤੁਸੀਂ ਹੋਮਿਓਪੈਥੀ ਵਰਗਾ ਨੈਚੁਰਲ ਟ੍ਰੀਟਮੈਂਟ ਕਰਾ ਕੇ ਤੇ ਨਾਲ ਆਪਣੀ ਡਾਇਟ ਬੈਲੈਂਸ ਹੈ ਜਿਹੜਾ ਕਿਸੇ ਅੱਛੇ ਡਾਇਟੀਸ਼ੀਅਨ ਤੋਂ ਜਾਂ ਜਿਵੇਂ ਆਪਾਂ ਤਾਂ ਦੱਸ ਦਿੰਦੇ ਹਾਂ ਵੀ ਆਹ ਚੀਜ਼ਾਂ ਖਾਣੀਆਂ ਇਹਦੇ ਸੇਬ ਤੇ ਅਮਰੂਦ ਸਭ ਤੋਂ ਵਧੀਆ ਚੀਜ਼ ਹੈ ਅਮਰੂਦ ਜਿਹੜਾ ਬੈਸਟ ਤੋਂ ਬੈਸਟ ਚੀਜ਼ ਹੈ ਜਿਹਨੂੰ ਡਿਜ਼ਾਇਰ ਨੂੰ ਘਟਾਉਣ ਵਾਸਤੇ ਜੀ ਡਾਕਟਰ ਸਾਹਿਬ ਆਪਣੇ ਸਰੋਤੇ ਜੁੜਿਆ ਜੀ ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ ਨਾਲ ਜੀ ਸਾਡੇ ਨਾਲ ਇੱਕ ਸਰੋਤੇ ਦੋਸਤ ਸ਼ਾਮਲ ਹੋਏ ਆ ਜੀ ਤੇ ਗੱਲਬਾਤ ਉਹਨਾਂ ਦੇ ਨਾਲ ਵੀ ਆਪਾਂ ਜਾਰੀ ਰੱਖਦੇ ਹਾਂ ਹਾਂਜੀ ਸਵਾਗਤ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਨਾਮ ਸਤਿੰਦਰ ਜੀ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਬਾਈ ਜੀ ਮੈਂ ਡਾਕਟਰ ਸਾਹਿਬ ਨੂੰ ਪਤਾ ਕਰਨਾ ਮੇਰੀ ਵਾਈਫ ਦਾ ਜਿਹੜਾ ਗਲਾ ਉਹ ਇਨਫੈਕਸ਼ਨ ਕਈ ਵਾਰ ਹੋ ਜਾਂਦੀ ਹੈ ਕਈ ਵਾਰ ਤਾਂ ਮਹੀਨੇ ਚ ਦੋ ਵਾਰ ਹੋ ਜਾਂਦੀ ਹੈ ਕਈ ਮਹੀਨੇ ਚ ਇੱਕ ਵਾਰ ਇਹਦਾ ਕੀ ਰੀਜ਼ਨ ਹੋ ਸਕਦਾ ਜੀ ਜ਼ਰੂਰ ਡਾਕਟਰ ਸਾਹਿਬ ਪੁੱਛਦੇ ਜੀ ਜੀ ਜਿਹਦੇ ਤੋਂ ਸਰ ਜਿਹੜਾ ਗਲਾ ਖਰਾਬ ਹੋਣਾ ਇਹਦੇ ਰੀਜ਼ਨ ਜਿਹੜੇ ਨੇ ਕੁਛ ਕੁ ਇਹਦੇ ਵਿੱਚ ਐਕਿਊਟ ਜਿਹੜਾ ਪੁਰਾਣਾ ਇਹਦੇ ਵਿੱਚ ਕਰੋਨਿਕ ਇਹਨਾਂ ਨੂੰ ਟੌਨਸਲਾਈਟਸ ਵੀ ਹੋ ਸਕਦਾ ਜੀ ਟੌਨਸਲ ਮਤਲਬ ਗਲੇ ਪੈਣਾ ਤੇ ਉਹਦੇ ਨਾਲ ਖਾਣ ਪੀਣ ਦੇ ਨਾਲ ਦਰਦ ਵੀ ਹੁੰਦਾ ਤੇ ਕਈ ਵਾਰ ਵੈਸੇ ਭਾਰਾਪਨ ਰਹਿੰਦਾ ਤੇ ਉਹ ਇਹਨਾਂ ਨੂੰ ਐਗਜ਼ਾਮਿਨ ਜ਼ਰੂਰ ਕਰਾਉਣਾ ਚਾਹੀਦਾ ਤੇ ਜਾਂ ਫਿਰ ਕਈ ਵਾਰੀ ਗਲੇ ਚ ਜਨਰਲ ਇਨਫੈਕਸ਼ਨ ਵੀ ਹੋ ਸਕਦੀ ਹੈ ਤੇ ਜਾਂ ਫਿਰ ਇਹਨਾਂ ਦਾ ਥਾਇਰੋਇਡ ਵੀ ਹੋ ਸਕਦਾ ਕਈ ਵਾਰੀ ਗਲਾ ਜਦੋਂ ਭਾਰਾਪਣ ਜਾਂ ਗਲੇ ਦੇ ਵਿੱਚ ਖਰਾਸ਼ ਰਵੇ ਲਗਾਤਾਰ ਜਾਂ ਗਲੇ ਦੇ ਵਿੱਚ ਤੁਹਾਨੂੰ ਇਰੀਟੇਸ਼ਨ ਹੁੰਦੀ ਹੈ ਜਰਾ ਵਾਰ ਵਾਰ ਬੈਠਦਾ ਵੀ ਹੈ ਗਲਾ ਤਾਂ ਉਹਦੇ ਲਈ ਇਹਨਾਂ ਨੂੰ ਐਗਜ਼ਾਮਿਨ ਕਰਾਉਣ ਦੀ ਲੋੜ ਹੈ ਤੇ ਬਾਕੀ ਇਹਨਾਂ ਨੂੰ ਖੱਟੀਆਂ ਤੇ ਤਲੀਆਂ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਤੇ ਇੱਕ ਫਟਕਾ ਸੋਰੀ ਜਿਹੜੀ ਆਪਣੀ ਹੈਗੀ ਆ ਮਲੱਠੀ ਇਹਨਾਂ ਵਾਸਤੇ ਬਹੁਤ ਵਧੀਆ ਮਲੱਠੀ ਸ਼ਹਿਦ ਮਿਲਾ ਕੇ ਉਹ ਗਲਾ ਬੈਠਾ ਵੀ ਹੋਵੇ ਉਹਦੇ ਲਈ ਵਧੀਆ ਤੇ ਬਾਕੀ ਇਹਨਾਂ ਦੇ ਸਿਮਟਮ ਦੇਖ ਕੇ ਤੇ ਇਹਨਾਂ ਨੂੰ ਮੈਡੀਸਨ ਪ੍ਰੋਵਾਈਡ ਹੋ ਸਕਦੀ ਹੈ ਤੇ ਇਹ ਗਲਾ ਇਹਨਾਂ ਦਾ ਕਰੋਨਿਕ ਪੁਰਾਣਾ ਵੀ ਹੋਵੇ ਤਾਂ ਠੀਕ ਹੋ ਸਕਦਾ ਜੀ ਇੱਥੇ ਸਿੱਧੂ ਸਾਹਿਬ ਮੈਂ ਜੀ ਜੀ ਕਾਫੀ ਸਾਲ ਹੋ ਗਏ ਤੇ ਉਹਦੇ ਨੂੰ ਜੇ ਡਾਕਟਰ ਕੋਲ ਜਾਂਦੇ ਐਂਟੀਬਾਇਓਟਿਕਸ ਦੇਖਦੇ ਤੇ ਉਹਦੇ ਨਾਲ ਉਹਦੇ ਤਾਂ ਫਿਰ ਹੋ ਜਾਂਦਾ ਤੇ ਫਿਰ ਦੁਬਾਰਾ ਪੂਰੇ ਟਾਈਮ ਦਾ ਹੋ ਜਾਂਦਾ ਜੀ ਸਕੂਲ ਦੀ ਪੋਸੀਬਿਲਟੀ ਹੈ ਫਿਰ ਇਹਨਾਂ ਨੂੰ ਕਰੋਨਿਕ ਇਨਫੈਕਸ਼ਨ ਹੈ ਜੀ ਬਿਲਕੁਲ ਇਨਫਲਾਮੇਸ਼ਨ ਤੇ ਇਨਫੈਕਸ਼ਨ ਉਹਨਾਂ ਦੇ ਗਲੇ ਚ ਹੈਗੀ ਜਿਹੜੀ ਐਂਟੀਬਾਇਓਟਿਕ ਡਾਕਟਰ ਦੇ ਕੇ ਉਹਨੂੰ ਟੈਂਪਰੇਰੀ ਠੀਕ ਕਰ ਦਿੰਦਾ ਤੇ ਇਹਨਾਂ ਨੂੰ ਤੁਸੀਂ ਨਾ ਇੱਕ ਤਾਂ ਮਲੱਠੀ ਵਾਲਾ ਅਲਟਰਨੇਟਲੀ ਕਦੀ ਕਦੀ ਹਲਦੀ ਦੇਣੀ ਸ਼ੁਰੂ ਕਰੋ ਤੇ ਹਲਦੀ ਕੋਸੇ ਦੇ ਪਾਣੀ ਨਾਲ ਦੇ ਦਿਆ ਕਰੋ ਜਾਂ ਥੋੜੇ ਜਿਹੇ ਦੁੱਧ ਕੋਸੇ ਨਾਲ ਦੇ ਦਿਆ ਕਰੋ ਉਹ ਇੱਕ ਐਂਟੀਬਾਇਓਟਿਕ ਬੜਾ ਤਗੜਾ ਹੁੰਦਾ ਤੇ ਬਾਕੀ ਤੁਸੀਂ ਇਹਦਾ ਹੋਮਿਓਪੈਥਿਕ ਟ੍ਰੀਟਮੈਂਟ ਕਰਾਓ ਇਹ ਜਿਹੜਾ ਪੁਰਾਣੀ ਤੋਂ ਪੁਰਾਣੀ ਇਹਨਾਂ ਨੂੰ ਕਰੋਨਿਕ ਇਨਫੈਕਸ਼ਨ ਵਾਰ ਵਾਰ ਕਿਉਂ ਹੁੰਦੀ ਹੈ ਉਹ ਇਹਨਾਂ ਦੀ ਇਮਿਊਨਿਟੀ ਵੀਕ ਹੈ ਕਿਉਂਕਿ ਜੇ ਆਪਣਾ ਇਮਿਊਨ ਸਿਸਟਮ ਵੀਕ ਹੈ ਤਾਂ ਇਨਫੈਕਸ਼ਨ ਕੋਈ ਵੀ ਜਾਂ ਬੈਕਟੀਰੀਆ ਬਾਹਰਲਾ ਆਪਾਂ ਨੂੰ ਤਾਂ ਇਫੈਕਟ ਕਰਦਾ ਆਪਣੀ ਬਾਡੀ ਤੇ ਜੀ ਸੋ ਇਹਦਾ ਤੁਸੀਂ ਪ੍ਰੋਪਰ ਜਿਹੜਾ ਸਿੰਟੋਮੈਟਿਕਲੀ ਟ੍ਰੀਟਮੈਂਟ ਜੇ ਹੋ ਗਿਆ ਤਾਂ ਜਿਹੜਾ ਵਾਰ ਵਾਰ ਹੁੰਦਾ ਉਹ ਹਟ ਜੂਗਾ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਜੁੜਨ ਦੇ ਵਾਸਤੇ ਜੀ ਡਾਕਟਰ ਸਾਹਿਬ ਆਪਾਂ ਅੱਗੇ ਨੂੰ ਚੱਲੀਏ ਜੀ ਸਿੱਧੂ ਸਾਹਿਬ ਮੈਂ ਕਿੱਥੇ ਗਲੇ ਦੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਵਿੱਚੋਂ ਕਿਉਂਕਿ ਮੇਰੇ ਨਾਲ ਬੜੇ ਸਿੰਗਰ ਵੀ ਅਟੈਚ ਨੇ ਜਿਹੜੇ ਮੇਰੇ ਕੋਲ ਮੈਡੀਸਨ ਲੈਣ ਆਉਂਦੇ ਆ ਤੇ ਉਹਨਾਂ ਵਾਸਤੇ ਬੜੀਆਂ ਵਧੀਆ ਪਰਟੀਕੁਲਰ ਸਿੰਗਰ ਵਾਸਤੇ ਵੀ ਮੈਡੀਸਨ ਹੁੰਦੀਆਂ ਵੀ ਜਿਹੜੇ ਗਾਉਂਦੇ ਆ ਜੇ ਕੀਰਤਨ ਕਰਦੇ ਬੰਦੇ ਜਾਂ ਜ਼ਿਆਦਾ ਬੋਲਦੇ ਉਹਨਾਂ ਦਾ ਗਲਾ ਬੈਠ ਕੇ ਤਾਂ ਪਰਟੀਕੁਲਰ ਇੱਕ ਦੋ ਮੈਡੀਸਨ ਨੇ ਬਸ ਉਹ ਥੋੜਾ ਜਿਹਾ ਸਿਮਟਮ ਇੱਧਰ ਉੱਧਰ ਕਰਕੇ ਜੋ ਮੈਡੀਸਨ ਜਿਹੜੀਆਂ ਕਲੀਅਰ ਕਰਕੇ ਦੇ ਦਿੱਤੀਆਂ ਜਾਂਦੀਆਂ ਤੇ ਉਹਦੇ ਨਾਲ ਕਈ ਵਾਰੀ ਗਲਾ ਬੈਠਾ ਹੋਵੇ ਨਾ ਜੀ ਤੇ ਤੁਸੀਂ ਘੰਟਾ ਕੁ ਪਹਿਲਾਂ ਵੀ ਆਪਦੇ ਜਿੱਥੇ ਤੁਸੀਂ ਪਰਫਾਰਮ ਕਰਨਾ ਜਾਂ ਤੁਸੀਂ ਸਪੀਕਰ ਹੋ ਤੁਸੀਂ ਲੈਕਚਰ ਦੇਣਾ ਤੇ ਉਹ ਦੋ ਤਿੰਨ ਡੋਜ਼ ਜਿਹੜੀਆਂ ਲੈ ਲਓ ਤਾਂ ਬੜਾ ਵਧੀਆ ਰਿਜ਼ਲਟ ਮਿਲ ਜਾਂਦਾ ਜੀ ਕਈ ਵਾਰ ਜੀ
ਔਰ ਡਾਕਟਰ ਸਾਹਿਬ ਤੁਸੀਂ ਗਲੇ ਦੀ ਗੱਲ ਕੀਤੀ ਹੈ, ਕਈ ਵਾਰੀ ਗਾਇਕਾਂ ਨੂੰ ਕੁਛ ਨਾ ਕੁਛ ਹੋ ਜਾਂਦਾ, ਫਿਰ ਸਰਟੀਫਿਕੇਟ ਲੈਂਦੇ ਆ ਜੀ, ਉਹ ਟੀਕਾ ਜਾਂ ਜਿਹੜਾ ਇੰਜੈਕਸ਼ਨ ਹੈ ਉਹ ਲੈ ਕੇ ਸਟੇਜ ਤੇ ਚੜਦੇ ਆ, ਇਹੋ ਜਿਹਾ ਵੀ ਕਈ ਵਾਰੀ ਉਹਨਾਂ ਦੇ ਨਾਲ ਹਾਲ ਹੋ ਜਾਂਦਾ ਮੌਕੇ ਦੇ ਉੱਤੇ, ਫਿਰ ਕੋਈ ਹੋਰ ਸਾਧਨ ਨਹੀਂ ਹੁੰਦਾ ਜਦੋਂ ਗਲਾ ਖਰਾਬ ਹੋ ਜਾਵੇ ਜੀ ਉਹਦੇ ਵਿੱਚ ਇਹ ਸਾਈਡ ਇਫੈਕਟ ਕਿਤੇ ਨਾ ਕਿਤੇ ਜਾ ਕੇ ਫਿਰ ਛੇਤੀ ਛੇਤੀ ਬੈਠਣਾ ਸ਼ੁਰੂ ਹੋ ਜਾਂਦਾ। ਇਹ ਜਿਹੜੀਆਂ ਏਦਾਂ ਦੀਆਂ ਇੰਜੈਕਸ਼ਨ ਜਿਹੜੇ ਟੈਂਪਰਰੀ ਟ੍ਰੀਟਮੈਂਟ ਹੁੰਦੇ ਨਾ ਜੀ, ਉਹ ਜਿਹੜੇ ਉਹ ਆਪਾਂ ਨੂੰ ਘੱਟ ਤੋਂ ਘੱਟ ਲੈਣੇ ਚਾਹੀਦੇ ਆ, ਕਿਉਂਕਿ ਉਹਦੇ ਨਾਲ ਕਈਆਂ ਨੂੰ ਨੌਲੇਜ ਨਹੀਂ ਹੁੰਦੀ ਜੀ, ਇਹਦੇ ਬਾਰੇ ਇਲਮ ਨਹੀਂ ਹੈਗਾ ਵੀ ਹੋਮਪੈਥੀ ਜੇ ਇੰਨੀ ਫਾਸਟ ਕੰਮ ਕਰਨ ਵਾਲੀ ਦਵਾਈ ਹੈਗੀ ਹੈ, ਕਿਉਂਕਿ ਕਈ ਬਿਮਾਰੀਆਂ ਵਾਸਤੇ ਜਿਹੜੀ ਇਹ ਇੰਨੀ ਨਹੀਂ ਵੀ ਆਪਾਂ ਸੋਚੀਏ ਕਿ ਤਾਂ ਅੱਜ ਕਾਦੀ ਤਾਂ ਪੰਜ ਸੱਤ ਦਿਨ ਬਾਅਦ ਹੀ ਅਸਰ ਸ਼ੁਰੂ ਕਰੂਗੀ। ਕਈ ਜਿਹੜੀਆਂ ਅਕਿਊਟ ਡਿਜ਼ੀਜ਼ ਨੇ ਉਹਨਾਂ ਵਿੱਚ ਛੇਤੀ ਕੰਮ ਕਰਨ ਵਾਲੀਆਂ ਦਵਾਈਆਂ ਵੀ ਹੈਗੀਆਂ, ਸੋ ਜਿਵੇਂ ਹੁਣ ਡੇਂਗੂ ਦੇ ਵਿੱਚ ਪਲੇਟਲੈਟ ਸੈੱਲ ਲੱਗੇ, ਡੇਂਗੂ ਹੁਣ ਸਟਾਰਟ ਹੋ ਜਾਣਾ ਜੀ, ਤੇ ਡੇਂਗੂ ਦਾ ਮੱਛਰ ਹੁਣ ਆਉਣਾ ਸ਼ੁਰੂ ਹੋ ਜਾਣਾ ਜਦੋਂ ਬਰਸਾਤਾਂ ਹੋਈਆਂ ਤੇ ਜਾਂ ਜਦੋਂ ਕੂਲਰ ਬੰਦ ਹੋਏ ਪਾਣੀ ਖੜੇ, ਤਾਂ ਉਹਦੇ ਵਿੱਚ ਪਲੇਟਲੈਟ ਸੈੱਲ ਇਨਕਰੀਜ਼ ਕਰਨ ਵਾਸਤੇ ਬੜੀ ਵਧੀਆ ਮੈਡੀਸਨ ਹੈ। ਇਹਦੇ ਉੱਤੇ ਆਪਾਂ ਜਦੋਂ ਸਟਾਰਟ ਹੋਇਆ ਡੇਂਗੂ ਉੱਤੇ ਵੀ ਆਪਾਂ ਟਾਕ ਕਰਾਂਗੇ, ਆਪਣੇ ਭੈਣ ਭਰਾਵਾਂ ਨੂੰ ਦੱਸਾਂਗੇ ਉਸ ਤੋਂ ਪਹਿਲਾਂ ਹੀ ਅਗਾਊਂ ਬਚਾਅ ਕਿਵੇਂ ਕਰਨਾ। ਤੇ ਜੇ ਕਿਸੇ ਨੂੰ ਹੁੰਦਾ ਤਾਂ ਉਹਦੇ ਲਈ ਪਲੇਟਲੈਟ ਸੈੱਲ ਜਿਹੜੇ ਇਨਕਰੀਜ਼ ਕਰਨ ਵਾਲੀ ਬੜੀ ਐਕਸਲੈਂਟ ਮੈਡੀਸਨ ਹੈ, ਉਹ ਇੱਕ ਫਾਰਮੂਲਾ ਮੈਂ ਬਣਾਇਆ ਹੋਇਆ, ਮੈਂ ਕੁਝ ਸਾਲਾਂ ਤੋਂ ਉਹਦਾ ਕਰਕੇ ਸਰ ਤੇ ਫਿਰ ਉਹਨੂੰ ਦਿੱਤਾ ਕਈ ਪੇਸ਼ੈਂਟਸ ਨੂੰ, ਬੜੇ ਕਾਫੀ ਪੇਸ਼ੈਂਟਸ ਨੂੰ ਦਿੱਤਾ ਤੇ ਉਹ ਤਕਰੀਬਨ ਬੜਾ ਕਾਮਯਾਬ ਹੈ। ਦੋ ਤੋਂ ਚਾਰ ਛੇ ਘੰਟਿਆਂ ਦੇ ਪਲੇਟਲੈਟ ਸੈੱਲ ਜਿਹੜੇ ਇਨਕਰੀਜ਼ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਜੇ ਆਪਾਂ ਅਲਟਰਨੇਟਲੀ ਹੋਰ ਵਿਅਕਤੀ ਬਾਰੇ ਕਿਸੇ ਬਾਰੇ ਸੋਚੀ ਹੋਈ ਇਨੀਸ਼ੀਏਟਿਵ ਨਹੀਂ ਕੰਮ ਕਰ ਸਕਦੀ ਜੀ। ਜੀ ਔਰ ਆਪਾਂ ਜਿਹੜੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਨਾਲ ਨਾਲ ਦਿਮਾਗ ਦੀਆਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਆ ਜਿਹੜੀਆਂ ਕਿਤੇ ਨਾ ਕਿਤੇ ਬਹੁਤ ਘਾਤਕ ਸਿੱਧ ਹੋਣਗੀਆਂ। ਹਾਂਜੀ ਹਾਂਜੀ, ਆਪਾਂ ਹੁਣ ਅੱਗਾ ਥੋੜੇ ਜਿਹੇ ਚੱਲਾਂਗੇ ਜੀ, ਆਪਾਂ ਬੱਚਿਆਂ ਵੱਲ ਚੱਲੀਏ ਵੀ ਜਿਹੜੀਆਂ ਬ੍ਰੇਨ ਦੀਆਂ ਬੱਚਿਆਂ ਨੂੰ ਜਿਹੜੀਆਂ ਪ੍ਰੋਬਲਮ ਆਉਂਦੀਆਂ, ਬੱਚੇ ਜਿਹੜੇ ਡਿਪਰੈਸ਼ਨ ਚ ਕਦੋਂ ਹੁੰਦੇ ਆ, ਸਟ੍ਰੈਸ ਚ ਕਦੋਂ ਆਉਂਦੇ ਆ, ਜਦੋਂ ਉਹਨਾਂ ਨੂੰ ਇੱਕ ਤਾਂ ਏਜ ਹੁੰਦੀ ਆ ਵੀ ਤੁਸੀਂ ਜਦੋਂ ਉਹਨਾਂ ਨੂੰ ਇੱਕ ਲਾਈਨ ਚੁਣ ਕੇ ਦਿੰਦੇ ਹੋ, ਕਈ ਵਾਰੀ ਉਹਨਾਂ ਨੂੰ ਆਪਣੇ ਮਾਂ ਬਾਪ ਦੇ ਹਿਸਾਬ ਨਾਲ ਲਾਈਨ ਚੁਣਨੀ ਪੈਂਦੀ, ਉਹਨਾਂ ਦਾ ਸ਼ੌਂਕ ਹੁੰਦਾ ਇੰਜੀਨੀਅਰਿੰਗ ਦੇ ਵਿੱਚ। ਉਹਨਾਂ ਨੂੰ ਨਾਲ ਲੈ ਲਈਏ ਤੇ ਫਿਰ ਗੱਲ ਅੱਗੇ ਤੋਰਦੇ ਆ। ਸੋ ਇੱਕ ਹੋਰ ਸਰੋਤੇ ਨੇ ਜੀ ਸਾਡੇ ਨਾਲ, ਸਵਾਗਤ ਉਹਨਾਂ ਦਾ ਕਰਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ ਜਿਹੜਾ ਐਸਟਮਾ ਹੁੰਦਾ ਉਹ, ਮੇਰੀ ਉਮਰ ਤਾਂ 35 ਸਾਲ ਆ ਪਰ ਮੇਰਾ ਮੈਨੂੰ ਵੀ ਹੈਗਾ, ਤੇ ਜਿਹੜਾ ਛੋਟਾ ਬੇਟਾ ਉਹਨੂੰ 5 ਸਾਲ ਦਾ, ਉਹਨੂੰ ਵੀ ਐਸਟਮਾ, ਉਹਦਾ ਇਲਾਜ ਸੈਂਟਰ ਦੇ ਵਿੱਚ ਹੋ ਜਾਂਦਾ ਜਾਂ ਉਹ ਐਸਟਮੋਲ ਪੰਪ ਦਿੰਦੇ ਆ ਡਾਕਟਰ, ਤਾਂ ਕਿ ਉਹ ਸਾਰੀ ਉਮਰ ਲੈਣ ਨੂੰ ਮਿੰਟਾਂ ਲੈਣਾ ਪੈਂਦਾ ਜੀ। ਡਾਕਟਰ ਸਾਹਿਬ ਐਸਟਮਾ ਜੀ ਜੀ ਸਿੱਧੂ ਸਾਹਿਬ, ਇਹ ਇੱਕ ਭਾਜੀ ਨੇ ਜਿਹੜੀ ਗੱਲ ਕੀਤੀ ਹੈ, ਆਮ ਧਾਰਨਾ ਹੈ ਵੀ ਆਮ ਜਿਹੜੇ ਡਾਕਟਰ ਕਹਿ ਦਿੰਦੇ ਆ ਚੈਸਟ ਵਾਲੇ ਵੀ ਇਹ ਤਾਂ ਇੱਕ ਵਾਰੀ ਲੱਗ ਗਿਆ ਜੀ, ਜਿਹੜਾ ਇਨਹੇਲਰ ਹੈ ਜਿਹੜਾ ਪੰਪ ਹੈ ਇਹਨੂੰ ਤੁਸੀਂ ਸਾਰੀ ਉਮਰ ਨਹੀਂ ਛੱਡ ਸਕਦੇ, ਇੱਕ ਆਟੋਮਿਊਨ ਡਿਜ਼ੀਜ਼ ਹੈ ਜੀ, ਤੁਹਾਡੀ ਇਮਿਊਨਿਟੀ ਵੀਕ ਹੈ, ਜਦੋਂ ਇਹ ਤੁਹਾਨੂੰ ਉਦੋਂ ਹੀ ਲੈਣਾ ਪੈਂਦਾ ਤਾਂ ਹੀ ਤੁਹਾਨੂੰ ਜਿਹੜੇ ਬੈਕਟੀਰੀਅਲ ਇਨਫੈਕਟ ਕਰਦੇ, ਕਈਆਂ ਨੂੰ ਮੋਸਟਲੀ ਜ਼ਿਆਦਾ ਵੈਦਰ ਚੇਂਜ ਦੀ ਪ੍ਰੋਬਲਮ ਆਉਂਦੀ ਹੈ ਜਾਂ ਧੂੜ ਮਿੱਟੀ ਨਾਲ ਹਾਰਵੈਸਟਿੰਗ ਸੀਜ਼ਨ ਉੱਤੇ ਜਾਂ ਪਰਟੀਕੁਲਰ ਕੋਈ ਐਲਰਜੀ ਹੁੰਦੀਆਂ ਨੇ ਚੀਜ਼ਾਂ ਤੋਂ, ਤੇ ਇਹਦੇ ਵਿੱਚ ਅਲਟਰਨੇਟ ਜੇ ਤੁਸੀਂ ਹੋਮਿਓਪੈਥੀ ਵੱਲ ਜਾਣਾ ਚਾਹੁੰਦੇ ਹੋ, ਇੱਕ ਦਮ ਤਾਂ ਨਹੀਂ ਫਰਕ ਪੈਣਾ, ਜਿਵੇਂ ਆਪਾਂ ਕਹਿ ਦਈਏ ਕਿ ਹੁਣੇ ਸਟਾਰਟ ਕੀਤੀ ਦਵਾਈ ਤਾਂ ਕਈ ਵਾਰੀ ਪੇਸ਼ੈਂਟ ਕਹਿੰਦੇ ਜੀ ਸਾਨੂੰ ਜਿਹੜਾ ਵਾਰ ਵਾਰ ਕਈਆਂ ਨੂੰ ਫੇਰ ਫੀਵਰ ਹੁੰਦਾ ਇਹਦੇ ਨਾਲ ਮਿਲਦੀ ਜੁਲਦੀ, ਏਦਾਂ ਹੀ ਚੈਸਟ ਐਲਰਜੀ ਹੋ ਗਈ, ਅਸਥਮਾ ਹੋ ਗਿਆ, ਬ੍ਰੌਂਕੀਅਲ ਇਨਫੈਕਸ਼ਨ ਹੋ ਗਈ, ਐਲਰਜੀ ਹੋ ਗਈ ਪੁਰਾਣੀ, ਇੱਕਦਮ ਨਹੀਂ ਫਰਕ ਪਊਗਾ, ਪਰ ਇਹਨੂੰ ਹੌਲੀ ਹੌਲੀ ਜਿਹੜਾ ਫਰਕ ਪੈਣਾ ਸ਼ੁਰੂ ਹੋਣਾ ਹੈ ਜਦੋਂ ਤੁਹਾਡੀ ਇਮਿਊਨਿਟੀ ਪੂਰੀ ਬਿਲਟ ਅਪ ਹੋਗੀ ਤਾਂ ਇਹ ਪੂਰਾ ਜੜ ਤੋਂ ਖਤਮ ਹੋ ਸਕਦਾ, ਤੇ ਸਾਰੀ ਉਮਰ ਵਾਲੀ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਤੇ ਉਹ ਛੁੱਟ ਸਕਦਾ ਜੀ, ਕਿਉਂਕਿ ਵਾਰ ਵਾਰ ਇਨਫੈਕਸ਼ਨ ਹੋਣ ਤੋਂ ਜਿਹੜੀ ਆ ਹੋਮਪੈਥੀ ਨਾਲ ਇਮਿਊਨਿਟੀ ਸਟਰੋਂਗ ਇੱਕ ਵਾਰ ਤੁਹਾਡੀ ਹੋਊਗੀ, ਤਾਂ ਸੀਜ਼ਨਲ ਕਿਤੇ ਹੋ ਗਿਆ ਅਲੱਗ ਚੀਜ਼ ਆ, ਤੁਹਾਨੂੰ ਇੱਕ ਦੋ ਦਿਨ ਮੈਡੀਸਨ ਲੈਣੀ ਪੈ ਜੇ, ਪਰ ਜਿਹੜੀ ਰੈਗੂਲਰ ਹੈ ਉਹ ਤੁਹਾਡੀ ਪ੍ਰੋਬਲਮ ਜਿਹੜੀ ਹੈ, ਕਿਉਂਕਿ ਐਲਰਜੀ ਵਾਸਤੇ ਐਲਰਜੀ ਕੋਈ ਵੀ ਹੈ, ਭਾਵੇਂ ਉਹ ਖਾਣ ਪੀਣ ਦੀ ਐਲਰਜੀ ਹੈ, ਵੀਟ ਐਲਰਜੀ ਹੈ, ਨਟਸ ਐਲਰਜੀ ਹੈ ਜਾਂ ਏਦਾਂ ਦੀਆਂ ਐਲਰਜੀਜ਼ ਨੇ ਐਸਥਮਾ ਦੀਆਂ, ENT ਦੀਆਂ, ਉਹਦੇ ਵਾਸਤੇ ਸਭ ਤੋਂ ਐਕਸਲੈਂਟ ਮੈਡੀਸਨ ਇਹ ਮੰਨੀ ਗਈ ਹੈ ਜੀ। ਜੀ ਤੇ ਇੱਕ ਸਿੱਧੂ ਸਾਹਿਬ ਮੈਂ ਤਾਂ ਦੱਸਣਾ ਚਾਹੂੰਗਾ, ਕਈ ਵਾਰੀ ਆਪਣੇ ਜਿਹੜੇ ਭੈਣ ਭਰਾ ਸੁਣ ਰਹੇ ਨੇ ਉਹਨਾਂ ਦੇ ਮਨ ਚ ਇਹ ਹੁੰਦਾ ਵੀ ਆਪਾਂ ਨੂੰ ਇੱਕਦਮ ਇਹ ਦਵਾਈ ਛੱਡਣੀ ਪੈ ਜਾਣੀ ਹੈ, ਇੱਕ ਪਾਸਾ ਜਿਹੜਾ ਉਹ ਲੈਂਦੇ ਉਹ ਛੱਡਣਾ ਪੈ ਜਾਣਾ ਤਾਂ ਸਾਨੂੰ ਤਾਂ ਬਹੁਤ ਡੇਂਜਰਸ ਹੋ ਜੂਗਾ, ਇੱਦਾਂ ਦੀ ਗੱਲ ਨਹੀਂ ਹੈ, ਤੁਸੀਂ ਹੋਮਪੈਥੀ ਸਟਾਰਟ ਕਰਕੇ ਉਹਨੂੰ ਹੌਲੀ ਹੌਲੀ ਬੰਦ ਕਰ ਸਕਦੇ ਹੋ, ਤੁਹਾਨੂੰ ਜਦੋਂ ਕਿਤੇ ਐਮਰਜੈਂਸੀ ਪ੍ਰੋਬਲਮ ਆਉਂਦੀ ਹੈ ਤੁਸੀਂ ਉਹ ਲੈ ਸਕਦੇ ਹੋ, ਤੇ ਉਹਨੂੰ ਹੌਲੀ ਹੌਲੀ ਆਪਾਂ ਸਕਿਪ ਕਰਦੇ ਕਰਦੇ ਜਿਵੇਂ ਦਿਨਾਂ ਦਾ ਫਰਕ ਪੈਂਦਾ ਜਾਊਗਾ ਕੁਛ ਟਾਈਮ ਜਦੋਂ ਆਪਾਂ ਮੈਡੀਸਨ ਚਲਾਉਂਦੇ ਹਾਂ, ਉਸ ਤੋਂ ਬਾਅਦ ਜਿਵੇਂ ਕੁਛ ਰੋਜ਼ ਲੈਂਦੇ ਆ ਉਹਨਾਂ ਨੂੰ ਇੱਕ ਦੋ ਦਿਨ ਛੱਡ ਕੇ, ਹਫ਼ਤਾ ਛੱਡ ਕੇ, ਏਦਾਂ ਜ਼ਰੂਰਤ ਪੈਂਦੀ ਜਮਾਂ ਹੀ ਹਟ ਜਾਂਦੀ ਹੈ ਜੀ। ਜੀ
ਤੇ ਅਗਲੀ ਗੱਲ ਆਪਾਂ ਕਰੀਏ ਜੀ ਕਿ ਜਿਹੜੀਆਂ ਮਾਈਗ੍ਰੇਨ ਹੈ ਇੱਕ ਇਹ ਵੀ ਦਿਮਾਗ ਦੀ ਬਿਮਾਰੀ ਹੋਈ ਹੈ ਡਾਕਟਰ ਸਾਹਿਬ ਜਾਂ ਇਹ ਕੋਈ ਹੋਰ ਕਿਸੇ ਪਾਸੋਂ ਬ੍ਰੇਨ ਨਾਲ ਰਿਲੇਟਡ ਹੈ ਇੱਕ ਸੀ ਤੁਸੀਂ ਮੈਂ ਥੋੜਾ ਜਿਹਾ ਪਹਿਲਾਂ ਬੱਚਿਆਂ ਦੇ ਡਿਪਰੈਸ਼ਨ ਬਾਰੇ ਜਾ ਰਿਹਾ ਸੀ ਉਹ ਬਹੁਤ ਪ੍ਰੋਬਲਮ ਕਾਫੀ ਵੱਧ ਰਹੀ ਹੈ ਉਹਦੇ ਵਿੱਚ ਏਦਾਂ ਹੁੰਦਾ ਵੀ ਬੱਚੇ ਜਦੋਂ ਆਪਣੇ ਮਨ ਪਾਉਂਦੇ ਚੀਜ਼ਾਂ ਨਹੀਂ ਕਰਨੀਆਂ ਚਾਹੁੰਦੇ ਆ ਪੇਰੈਂਟਸ ਉਹਨਾਂ ਨੂੰ ਦਬਾ ਕੇ ਰੱਖਦੇ ਆ ਉੱਥੇ ਬੱਚੇ ਛੋਟੇ ਬੱਚਿਆਂ ਨੂੰ ਡਿਪਰੈਸ਼ਨ ਸ਼ੁਰੂ ਹੋ ਜਾਂਦਾ ਉਹਨਾਂ ਦੀ ਮਰਜ਼ੀ ਦਾ ਮਾਹੌਲ ਘਰ ਦੇ ਵਿੱਚ ਹੈ ਨੀ ਹਸਬੈਂਡ ਵਾਈਫ ਦੇ ਵਿੱਚ ਜਿੱਥੇ ਆ ਡਿਫਰੈਂਸ ਉਹ ਡੇਲੀ ਜਿਹੜੇ ਝਗੜੇ ਹੁੰਦੇ ਉਹ ਬੱਚੇ ਤੇ ਡਿਪਰੈਸ਼ਨ ਦੇ ਕਾਰਨ ਬਣ ਕੇ ਤੇ ਉਹ ਸਟੱਡੀ ਦੇ ਵਿੱਚ ਪਿੱਛੇ ਰਹਿ ਜਾਂਦੇ ਆ ਤੇ ਡਿਵੈਲਪ ਜਿਹੜੀ ਆ ਉਹਦੀ ਬਾਡੀ ਵੀ ਡਿਵੈਲਪ ਜਿਹੜੀ ਆ ਬ੍ਰੇਨ ਡਿਵੈਲਪ ਹੈ ਉਹ ਪੂਰਾ ਨਹੀਂ ਹੋ ਪਾਉਂਦਾ ਕਈ ਵਾਰੀ ਉਹ ਚਿੜਚਿੜੇ ਹੋਣੇ ਸ਼ੁਰੂ ਹੋ ਜਾਂਦੇ ਇਰੀਟੇਟ ਹੁੰਦੇ ਆ ਤੇ ਉੱਥੇ ਜਿਹੜਾ ਉਹਨਾਂ ਨੂੰ ਗੁੱਸਾ ਬਹੁਤ ਜਿਵੇਂ ਆਪਾਂ ਕਹਿ ਦਈਏ ਚੜ੍ਹਦਾ ਤੇ ਸੁਭਾਅ ਜਿਹੜਾ ਆਪਣੇ ਨਾਲ ਹੋਰ ਜੁੜ ਗਏ ਜੀ ਆਪਾਂ ਥੋੜਾ ਪੌਜ਼ ਲੈਂਦੇ ਤੇ ਇੱਥੇ ਉਹਨਾਂ ਨੂੰ ਨਾਲ ਜੋੜਦੇ ਆ ਹਾਂਜੀ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੋ ਸਿੱਧੂ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਐਕਚੁਲੀ ਮਿਸ ਕਰ ਗਿਆ ਉਹ ਜਿਹੜੀ ਐਲਰਜੀ ਵਾਲੀ ਮੈਡੀਸਨ ਤੁਸੀਂ ਦੱਸੀ ਹੋਏਗੀ ਮੈਂ ਲਾਸਟ ਪਾਰਟ ਹੀ ਸੁਣ ਸਕਿਆ ਮੈਨੂੰ ਤੇ ਮੇਰੇ ਬੱਚੇ ਨੂੰ ਦੋਨਾਂ ਨੂੰ ਐਕਚੁਲੀ ਪ੍ਰੋਬਲਮ ਹੈ ਸਾਡੀ ਮਾਤਾ ਨੂੰ ਅਸਥਮੈਟਿਕ ਪ੍ਰੋਬਲਮ ਸੀਗੀ ਤੇ ਸ਼ਾਇਦ ਉਹਨਾਂ ਤੋਂ ਹੀ ਸਾਨੂੰ ਸ਼ੁਰੂ ਹੋਇਆ ਸਾਨੂੰ ਜਿੱਦਾਂ ਮੌਸਮ ਚੇਂਜ ਹੁੰਦਾ ਹੈਗਾ ਡਸਟ ਜਾਂ ਪੱਤਿਆਂ ਦੇ ਦੂਰ ਜਾਂਦਾ ਤੇ ਸਾਨੂੰ ਸਾਹ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਸਾਨੂੰ ਬੱਚਾ ਤਾਂ ਮੇਰੇ ਨੂੰ ਪੱਫ ਦੇਣਾ ਪੈਂਦਾ ਉਹਨੂੰ ਤੋਂ ਮੈਂ ਤੇ ਫਿਰ ਥੋੜਾ ਜਿਹਾ ਮੇਰੇ ਗਲੇ ਦੇ ਉੱਤੇ ਜਿੱਦਾਂ ਨਜ਼ਲਾ ਜੰਮਣਾ ਸ਼ੁਰੂ ਹੋ ਜਾਂਦਾ ਫਿਰ ਥੋੜਾ ਜਿਹਾ ਉਹ ਮੇਰੇ ਲੰਗ ਸਪਾਈਕ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਉਹ ਮੈਡੀਸਨ ਤੁਸੀਂ ਦੱਸੀ ਸੀ ਉਹਦੇ ਰਿਲੇਟਡ ਦੱਸੀ ਸੀਗੀ ਜੀ ਸੁਣੋ ਫਿਰ ਤੁਸੀਂ ਏਅਰ ਤੇ ਸੁਣ ਲਓ ਜੀ ਜਿਹੜਾ ਸਰ ਦੁਆਰਾ ਇਹਦੇ ਵਿੱਚ ਆਪਾਂ ਇਹਨਾਂ ਨੂੰ ਮੈਡੀਸਨ ਹੋਮਿਓਪੈਥਿਕ ਦੱਸੀ ਸੀ ਵੀ ਅਲਟਰਨੇਟ ਜਿਹੜਾ ਤੁਸੀਂ ਹੋਮਿਓਪੈਥਿਕ ਵੱਲ ਜਾਓ ਕਿਉਂਕਿ ਤੁਹਾਡੀ ਸਿਮਟਮ ਲਿਸਟ ਹੀ ਲੈਣੀ ਪਊਗੀ ਜੀ ਕਿਉਂਕਿ ਤੁਹਾਡੇ ਸਿਮਟਮ ਕਲੀਅਰ ਕਰਕੇ ਜਿੱਦਾਂ ਸੁਣ ਨਹੀਂ ਸਕਿਆ ਜੀ ਨੀ ਕੋਈ ਗੱਲ ਨੀ ਜੀ ਤੁਸੀਂ ਭਾਜੀ ਜਿਵੇਂ ਕਿਹਾ ਵੀ ਤੁਹਾਨੂੰ ਹੈਰੀਡਿਟਰੀ ਹੈ ਮਾਤਾ ਜੀ ਤੋਂ ਆਈ ਹੋਈ ਹੈ ਤੁਹਾਨੂੰ ਹੋਗੀ ਅੱਗੇ ਬੱਚੇ ਨੂੰ ਹੋਗੀ ਤਾਂ ਇੱਥੇ ਮੈਡੀਸਨ ਚੇਂਜ ਹੋ ਜਾਂਦੀ ਹੈ ਤੁਹਾਨੂੰ ਕੱਲਿਆਂ ਨੂੰ ਹੈ ਤੁਹਾਨੂੰ ਕਿਹੜੇ ਚੀਜ਼ ਤੋਂ ਹੈ ਕਿਹੜੇ ਵੈਦਰ ਤੋਂ ਹੈ ਕਿਹੜੀ 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 ਖਾਣ ਵਾਲੀ ਚੀਜ਼ ਤੋਂ ਜਾਂ ਕਿਹੜੀ ਕਿਹੜੀ ਐਟਮੋਸਫੇਅਰ ਤੋਂ ਜਾਂ ਘਰ ਦੇ ਉਹਦੇ ਡਸਟ ਤੋਂ ਠੰਡ ਤੋਂ ਗਰਮੀ ਤੋਂ ਉਹਦੇ ਹਿਸਾਬ ਨਾਲ ਇਹ ਕੁਛ ਮੈਡੀਸਨ ਚੇਂਜ ਹੋ ਜਾਂਦੀਆਂ ਨੇ ਇਹਦੀ ਥੋੜੀ ਹਿਸਟਰੀ ਲੈਣੀ ਪੈਂਦੀ ਹੈ ਉਹਦੇ ਹਿਸਾਬ ਨਾਲ ਜਦੋਂ ਆਪਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਾਂਗੇ ਹੌਲੀ ਹੌਲੀ ਬੰਦ ਹੁੰਦਾ ਹੁੰਦਾ ਪਫ ਜਿਹੜਾ ਇਹ ਟੋਟਲੀ ਤੁਸੀਂ ਇਹਨੂੰ ਜਿਹੜਾ ਇਹ ਖਤਮ ਕਰ ਸਕਦੇ ਹੋ ਬੰਦ ਕਰ ਸਕਦੇ ਹੋ ਤੇ ਤੁਸੀਂ ਇਹਦੇ ਤੋਂ ਜਿਹੜਾ ਫਰਦਰ ਜਿਹੜਾ ਫਿਊਚਰ ਦੇ ਵਿੱਚ ਵੀ ਇਹਦੇ ਤੋਂ ਬਚਾਅ ਹੋ ਸਕਦਾ ਜੀ ਹਾਂਜੀ ਮੇਰਾ ਤਾਂ ਚਲੋ ਮੇਰਾ ਤਾਂ ਹੁੰਦਾ ਜੀ ਸੀਜ਼ਨਲੀ ਜਿੱਦਾਂ ਹੁਣ ਗਰਮੀਆਂ ਸ਼ੁਰੂ ਹੋਈਆਂ ਨੇ ਜੀ 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 ਹੈਗਾ ਬੱਚੇ ਨੂੰ ਵੀ ਤਕਰੀਬਨ ਉਦੋਂ ਹੀ ਹੁੰਦਾ ਹੈਗਾ ਪਰ ਬੱਚੇ ਦੀ ਹਿਸਟਰੀ ਇਹ ਸੀਗੀ ਇਹ ਛੋਟਾ ਹੁੰਦਾ ਜਦੋਂ ਬੇਬੀ ਸੀ ਇਹਨੂੰ ਨਾ 10 ਦਿਨ ਇਹਨਾਂ ਨੇ ਹਾਸਪਿਟਲ ਰੱਖਿਆ ਸੀ ਜੀ ਆਕਸੀਜਨ ਲੈਵਲ ਘੱਟ ਗਿਆ ਸੀਗਾ ਉਦੋਂ ਫਿਰ ਉਹਨੂੰ ਪਫ ਦੇਣਾ ਐਵਰੀ 4 ਆਵਰ ਲਈ ਉਹ ਦੇਣਾ ਸ਼ੁਰੂ ਕੀਤਾ ਸੀਗਾ ਐਲਬੋ ਐਲਬੋਲੀਨ ਕਰਕੇ ਕੁਛ ਮੈਡੀਸਨ ਹੈਗੀ ਐਲਬੋਲ ਉਹ ਐਕਚੁਲੀ ਉਹਨੂੰ ਉਹ ਜਿਹੜੀ ਬਲਗਮ ਆ ਉਹਨੂੰ ਲਿਕਵੀਫਾਈ ਕਰ ਦਿੰਦੀ ਆ ਮੇਰੇ ਖਿਆਲ ਹਾਂਜੀ 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 ਇਸ ਤਰ੍ਹਾਂ ਸੁਣੋ ਜੀ ਫਿਰ ਡਾਕਟਰ ਸਾਹਿਬ ਤੋਂ ਜੇ ਜਰੂਰ ਜੀ ਜੀ ਡਾਕਟਰ ਸਾਹਿਬ ਇਹ ਜਿਹੜਾ ਇਹਨਾਂ ਦਾ ਉਹੀ ਮੈਂ ਗੱਲ ਫਿਰ ਕਹੂੰਗਾ ਵੀ ਇਹਨਾਂ ਦੀ ਹਿਸਟਰੀ ਲੈ ਕੇ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਊਗਾ ਹੌਲੀ ਹੌਲੀ ਜਿਹੜੀ ਜਦੋਂ ਉਹ ਮੈਡੀਸਨ ਤਾਂ ਬੰਦ ਹੋਊਗੀ ਤੇ ਬਾਅਦ ਚ ਫਿਰ ਜਿਹੜੀ ਹੋਮਿਓਪੈਥੀ ਵੀ ਬੰਦ ਹੋ ਜੂਗੀ ਜੀ ਇਹ ਵੀ ਕਿਤੇ ਬੰਦਾ ਸੋਚ ਲੈਂਦਾ ਕਿਤੇ ਸਾਰੀ ਉਮਰ ਨਾ ਕਹਾਣੀ ਪਵੇ ਏਦਾਂ ਦਾ ਕੁਛ ਨੀ ਹੈ ਜਦੋਂ ਇਹ ਟੋਟਲੀ ਕਿਉਰ ਹੋ ਗਿਆ ਤਾਂ ਫਿਰ ਕਿਤੇ ਜਾ ਕੇ ਕਦੀ ਕੁਦਰਤੀ ਕਿਤੇ ਆਪਣੀ ਵਿਲ ਪਾਵਰ ਤੋਂ ਸੋਰੀ ਇਮਿਊਨਿਟੀ ਵੀਕ ਹੁੰਦੀ ਹੈ ਕਿਤੇ ਮਾੜੀ ਮੋਟੀ ਹੁੰਦੀ ਹੈ ਤਾਂ ਇਹ ਤੁਸੀਂ 2-4-5 ਦਿਨ ਹਫ਼ਤਾ ਜਿਹੜੀ ਹੈ ਦੁਬਾਰਾ ਇਹਨੂੰ ਹੋਮਿਓਪੈਥੀ ਨੂੰ ਯੂਜ਼ ਕਰ ਲਓ ਤਾਂ ਉਹਦੇ ਨਾਲ ਦੁਬਾਰਾ ਤੁਸੀਂ ਠੀਕ ਹੋ ਜਾਇਆ ਕਰੋਗੇ ਤਾਂ ਸਾਰੀ ਉਮਰ ਵਾਲੀ ਜਿਹੜੀ ਮੈਡੀਸਨ ਰੈਗੂਲਰ ਉਹ ਤੁਸੀਂ ਛੱਡ ਸਕਦੇ ਹੋ ਉਹਨੂੰ ਸਕਿਪ ਕਰ ਸਕਦੇ ਹੋ ਜੀ ਬੱਚਿਆਂ ਦੀਆਂ ਜਿਹੜੀਆਂ ਆਪਾਂ ਬਿਮਾਰੀਆਂ ਦੇ ਬਾਰੇ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਜੀ ਜੀ ਸਾਹਿਬ ਉਹ ਜਿਹੜੇ ਆਪਾਂ ਡਿਪਰੈਸ਼ਨ ਦੀ ਗੱਲ ਕਰ ਰਹੇ ਸੀ ਇੱਕ ਤਾਂ ਆਪਾਂ ਪਹਿਲਾਂ ਗੱਲ ਕੀਤੀ ਬੱਚਿਆਂ ਦੇ ਡਿਪਰੈਸ਼ਨ ਜਿਹੜੀ ਛੋਟੀ ਉਮਰ ਦੇ ਵਿੱਚ ਘਰਾਂ ਦਾ ਮਾਹੌਲ ਠੀਕ ਨਹੀਂ ਹੁੰਦਾ ਤਾਂ ਫਿਰ ਜਿਹੜਾ ਸੈਕੰਡ ਪਾਰਟ ਆਉਂਦਾ ਜੀ ਜਦੋਂ ਬੱਚਾ ਡਿਵੈਲਪ ਹੁੰਦਾ 10th ਗ੍ਰੇਡ ਕਰਦਾ ਤਾਂ ਉਸ ਤੋਂ ਬਾਅਦ ਉਹਦੀ ਲਾਈਨ ਚੁਣਨੀ ਹੁੰਦੀ ਹੈ ਤਾਂ ਉਹ ਲਾਈਨ ਜਿਹੜੀ ਕਈ ਵਾਰੀ ਗਲਤ ਚੁਣੀ ਜਾਂਦੀ ਹੈ ਵੀ ਆਪਾਂ ਉਹਨੂੰ ਬਣਾਉਣਾ ਚਾਹੁੰਦੇ ਹਾਂ ਜੀ ਡਾਕਟਰ ਤੇ ਬੱਚਾ ਇੰਜੀਨੀਅਰ ਬਣਨਾ ਚਾਹੁੰਦਾ ਉਹਦਾ ਇੰਟਰਸਟ ਕੰਪਿਊਟਰ ਵਾਲੇ ਪਾਸੇ ਹੈ ਜਾਂ ਉਹਦਾ ਸਿਵਲ ਇੰਜੀਨੀਅਰਿੰਗ ਵਾਲੇ ਪਾਸੇ ਮਕੈਨੀਕਲ ਵਾਲੇ ਪਾਸੇ ਹੈ ਜਾਂ ਕਈ ਵਾਰੀ ਉਹ ਆਪਣੀ ਹੋਰ ਲਾਈਨ ਉਹਨੇ ਮਨ ਦੇ ਵਿੱਚ ਰੱਖੀ ਹੁੰਦੀ ਹੈ ਤੇ ਉਹ ਆਪਾਂ ਉਹਨੂੰ ਉਹਦੇ ਤੇ ਪ੍ਰੈਸ਼ਰ ਪਾ ਕੇ ਉਹਨੂੰ ਕਹਿ ਦਿੰਦੇ ਹਾਂ ਵੀ ਨਹੀਂ ਤੂੰ ਤਾਂ ਆਹੀ ਬਣਨਾ
ਤਾਂ ਉੱਥੇ ਫਿਰ ਬੱਚਾ ਡਿਪਰੈਸ਼ਨ ਚ ਹੋਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਉਹ ਕਈ ਵਾਰ ਅੱਗੇ ਜਾ ਕੇ ਫਿਰ ਉਹ ਆਪਣੀ ਪਰਫਾਰਮੈਂਸ ਜਿਹੜੀ ਹੈ ਰਾਈਟ ਪਰਫਾਰਮੈਂਸ ਜਿਹੜੀ ਉਹਦੀ ਹੁੰਦੀ ਹੈ ਸਟੱਡੀ ਦੇ ਵਿੱਚ ਨਹੀਂ ਦੇ ਪਾਉਂਦਾ ਤੇ ਮੁੜ ਕੇ ਉੱਥੋਂ ਫਿਰ ਕੰਮ ਡਿਪਰੈਸ਼ਨ ਦਾ ਸ਼ੁਰੂ ਹੋ ਜਾਂਦਾ ਤੇ ਅੱਗੇ ਜਾ ਕੇ ਨਾ ਤਾਂ ਉਹ ਲਾਈਨ ਚ ਕਾਮਯਾਬ ਹੁੰਦਾ ਤੇ ਦੂਜੀ ਲਾਈਨ ਤੋਂ ਉਹਨੂੰ ਛੁਟਾ ਹੀ ਦਿੱਤੀ ਆਪਾਂ ਸੋ ਇਸ ਲਾਈਨ ਦੇ ਬੱਚਿਆਂ ਤੇ ਜਿਹੜਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਵੀ ਜੋ ਬੱਚੇ ਨੂੰ ਉਹਦਾ ਮਨ ਕਰ ਰਿਹਾ ਉਹਦੇ ਅੰਦਰਲੀ ਫੀਲਿੰਗ ਹੈ ਜੋ ਉਹਦੇ ਵਿੱਚ ਆਪਣਾ ਉਹ ਕੱਲ ਨੂੰ ਆਪਣਾ ਗੋਲ ਅਚੀਵ ਕਰਨਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ ਭਾਵੇਂ ਉਹ ਗੇਮਸ ਵਾਲਾ ਹੈਗਾ ਪਾਰਟ ਭਾਵੇਂ ਉਹ ਸਟੱਡੀ ਵਾਲਾ ਉਹਦੀ ਤੁਸੀਂ ਕੌਂਸਲਿੰਗ ਕਰੋ ਜੇ ਉਹਦੀ ਕੌਂਸਲਿੰਗ ਦੇ ਵਿੱਚ ਉਹ ਮੰਨ ਜੇ ਤਾਂ ਠੀਕ ਹੈ ਨਹੀਂ ਤਾਂ ਉਹਨੂੰ ਕਦੀ ਵੀ ਪ੍ਰੈਸ਼ਰ ਪਾ ਕੇ ਜਿਹੜਾ ਜਾਂ ਉਹਦਾ ਸ਼ੌਂਕ ਹੀ ਸ਼ੁਰੂ ਤੋਂ ਪੈਦਾ ਕਰੋ ਵੀ ਸ਼ੌਂਕ ਸ਼ੁਰੂ ਤੋਂ ਪੈਦਾ ਕਰ ਦੋ ਸਿੱਧੂ ਸਾਹਿਬ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਮੈਨੂੰ ਅੱਠਵੀਂ ਚ ਵੀ ਕੋਈ ਏਟਥ ਗ੍ਰੇਡ ਚ ਪੜ੍ਹਦੇ ਹੋਏ ਮੈਨੂੰ ਕੋਈ ਪੁੱਛਦਾ ਸੀ ਮੈਂ ਕਹਿੰਦਾ ਹੁੰਦਾ ਸੀਗਾ ਟੀਚਰ ਨੂੰ ਮੈਂ ਹੋਮਿਓਪੈਥੀ ਡਾਕਟਰ ਬਣਨਾ ਜੀ ਵੱਡਾ ਹੋ ਕੇ ਕਿਉਂਕਿ ਮੇਰੇ ਫਾਦਰ ਸਾਹਿਬ ਇੱਕ ਜਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਆ ਜੀ ਉਹ ਆਪਦੀ ਕਿਸੇ ਕਾਰਨ ਕਰਕੇ ਉਹ ਡਾਕਟਰ ਹੋਮਿਓਪੈਥੀ ਡਾਕਟਰੀ ਬਣਨਾ ਚਾਹੁੰਦੇ ਸੀ ਉਹ ਨਹੀਂ ਬਣ ਸਕੇ ਤਾਂ ਉਹਨਾਂ ਨੇ ਮੈਨੂੰ ਬਹੁਤ ਵਧੀਆ ਸਕੂਲ ਦਾ ਐਜੂਕੇਸ਼ਨ ਦੇ ਕੇ ਤੇ ਉਹਨਾਂ ਨੇ ਪਹਿਲਾਂ ਹੀ ਮੇਰੇ ਮਨ ਚ ਪਾਇਆ ਹੋਇਆ ਸੀ ਕਿ ਤੂੰ ਇਧਰਲੀ ਲਾਈਨ ਚ ਹੀ ਜਾਣਾ ਕਿਉਂਕਿ ਮੈਂ ਜਿਹੜਾ ਉਹ ਪਹਿਲਾਂ ਹੀ ਮੇਰੇ ਫਾਦਰ ਡਾਕਟਰ ਤਾਂ ਨਹੀਂ ਹੈ ਪਰ ਮੈਂ ਸਟੱਡੀ ਕਰਨੀ ਸ਼ੁਰੂ ਕਰਤੀ ਪਹਿਲਾਂ ਹੀ ਤੇ ਮੇਰੇ ਜਦੋਂ ਮੈਡੀਕਲ ਕਾਲਜ ਐਡਮਿਸ਼ਨ ਹੋਈ ਤਾਂ ਮੇਰੇ ਪ੍ਰੋਫੈਸਰ ਕਹਿੰਦੇ ਹੁੰਦੇ ਵੀ ਤੂੰ ਤੇਰੇ ਫਾਦਰ ਡਾਕਟਰ ਹੈ ਕੋਈ ਫੈਮਿਲੀ ਦੇ ਵਿੱਚ ਮੈਂ ਕਹਿੰਦਾ ਸੀ ਜੀ ਨਹੀਂ ਮੈਂ ਤਾਂ ਪਹਿਲਾਂ ਹੀ ਹੈ ਉਹ ਕਹਿੰਦੇ ਜੀ ਤੈਨੂੰ ਇੰਨਾ ਇੱਧਰ ਕਿਵੇਂ ਹੈਗਾ ਰੁਝਾਨ ਹੈ ਲਗਾਓ ਤੇਰਾ ਮੈਂ ਪਹਿਲਾਂ ਬੁੱਕਸ ਪੜ੍ਹਨੀਆਂ ਸ਼ੁਰੂ ਕਰਤੀਆਂ ਸੀ ਤੇ ਉੱਥੋਂ ਇੱਕ ਬੇਸ ਬਣਨਾ ਸ਼ੁਰੂ ਹੋ ਗਿਆ ਤੇ ਉਹ ਬੇਸ ਦਾ ਹੁਣ ਪਤਾ ਲੱਗ ਰਿਹਾ ਜੀ ਵੀ ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ ਕਿਉਂਕਿ ਬੇਸ ਜਿਹੜਾ ਬੱਚੇ ਦਾ ਆਪਾਂ ਸ਼ੁਰੂ ਤੋਂ ਬਣਾਵਾਂਗੇ ਤਾਂ ਉਹਦੀ ਇੱਕ ਕਹਿ ਲਈਏ ਵੀ ਕੰਮ ਕਰਨ ਦਾ ਜਿਹੜਾ ਤੁਹਾਡੀ ਕੋਈ ਵੀ ਪ੍ਰੋਫੈਸ਼ਨ ਦੇ ਵਿੱਚ ਹੈ ਉਹ ਕਾਮਯਾਬ ਜਿਹੜਾ ਹੋਊਗਾ ਹੀ ਹੋਊਗਾ ਕਿਉਂਕਿ ਜੇ ਆਪਾਂ ਉਹਨੂੰ ਪਹਿਲਾਂ ਹੀ ਡੀਗ੍ਰੇਡ ਕਰਕੇ ਤੇ ਦੂਜੇ ਪ੍ਰੋਫੈਸ਼ਨ ਪਾ ਦਈਏ ਤਾਂ ਜੇ ਤੁਸੀਂ ਚਾਹੁੰਦੇ ਹੋ ਫਿਰ ਇਹਦਾ ਜਦੋਂ ਆਪਾਂ ਗ੍ਰੇਡ ਕਿਹੜੀ ਲਾਈਨ ਚ ਪਾਉਣਾ ਬੱਚੇ ਨੂੰ ਕਿਹੜੀ ਤੁਸੀਂ ਆਪਣਾ ਇੰਜੀਨੀਅਰਿੰਗ ਪਾਉਣਾ ਚਾਹੁੰਦੇ ਹੋ ਜਾਂ ਜੋ ਵੀ ਤੁਸੀਂ ਲਾਉਣਾ ਉਹਨੂੰ ਪਹਿਲਾਂ ਤਿਆਰ ਕਰਨਾ ਸ਼ੁਰੂ ਜਿਹੜੀ ਫੋਰਥ ਫਿਫਥ ਕਲਾਸ ਤੋਂ ਜੀ ਉਦੋਂ ਮਾਹੌਲ ਉਹ ਜਿਹਾ ਮਿਲ ਜਾਵੇ ਤਾਂ ਹੋਰ ਵਧੀਆ ਬਣ ਜਾਂਦੀ ਹੈ ਜੀ ਗੱਲ ਜੀ 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 ਬਿਲਕੁਲ ਕਿਉਂਕਿ ਕਈ ਵਾਰ ਜਦੋਂ ਇੱਦਾਂ ਹੁੰਦਾ ਵੀ ਪਰਿਵਾਰ ਦੇ ਵਿੱਚ ਪਹਿਲਾਂ ਹੀ ਵਕੀਲ ਆ ਜੀ ਸਾਰੇ ਤੋਂ ਬੱਚਿਆਂ ਦਾ ਸ਼ੁਰੂ ਤੋਂ ਰੁਝਾਨ ਬਣ ਜਾਂਦਾ ਜੀ ਵਕੀਲ ਬਣਦਾ ਡਾਕਟਰ ਹੈ ਤਾਂ ਡਾਕਟਰ ਇੰਜੀਨੀਅਰਿੰਗ ਹੈ ਤਾਂ ਉਹਦਾ ਕਈ ਵਾਰੀ ਆਪਾਂ ਅੱਡ ਅੱਡ ਪਰਸਨਲ ਕੰਮ ਕਰ ਰਹੇ ਮਦਰ ਹੋਰ ਚੀਜ਼ ਹੈ ਮਦਰ ਟੀਚਰ ਹੈ ਤੇ ਜਿਹੜਾ ਹਸਬੈਂਡ ਆ ਉਹ ਡਾਕਟਰ ਹੈ ਜਾਂ ਉਹ ਵਕੀਲ ਹੈ ਤਾਂ ਉੱਥੇ ਮਦਰ ਦਾ ਰੁਝਾਨ ਹੋਊਗਾ ਜੀ ਟੀਚਰ ਬਣਾਉਣ ਦਾ ਤੇ ਵਕੀਲ ਦਾ ਤਾਂ ਹੋਊਗਾ ਮੇਰਾ ਬੱਚਾ ਵਕੀਲ ਹੀ ਬਣੇ ਉਹ ਫਿਰ ਉੱਥੇ ਵੀ ਕਈ ਵਾਰੀ ਇਹ ਡਿਫਰੈਂਸ ਪੈਦਾ ਹੋ ਜਾਂਦੇ ਆ ਇਹ ਤੁਸੀਂ ਜੋ ਵੀ ਬੱਚੇ ਨੂੰ ਲਾਈਨ ਚ ਵੀ ਚੂਜ਼ ਕਰਨੀ ਉਹਨੂੰ ਪਹਿਲਾਂ ਤੋਂ ਹੀ ਡਿਸਾਈਡ ਕਰਕੇ ਤੇ ਉਹਦੇ ਤੇ ਉਹਦੇ ਨਾਲ ਗੱਲਾਂ ਹੀ ਇੱਦਾਂ ਦੀਆਂ ਕਰੋ ਫਿਰ ਅੱਗੇ ਜਾ ਕੇ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਜੀ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਜੀ ਵੈਸੇ ਇਹ ਵੀ ਹੈ ਡਾਕਟਰ ਸਾਹਿਬ ਅੱਜ ਕੱਲ ਮੇਰੇ ਖਿਆਲ ਦੇ ਵਿੱਚ ਟੀਚਰ ਤਾਂ ਬਹੁਤ ਘੱਟ ਬੱਚੇ ਪੈਦਾ ਹੁੰਦੇ ਆ ਜੀ ਜਨਮ ਵੇਲੇ ਅਸੀਂ ਡਾਕਟਰ ਬਣਾ ਦਿੰਦੇ ਹਾਂ ਜੇ ਅਸੀਂ 3D ਫਿਲਮ ਦੇਖੀਏ ਤਾਂ ਉਹੋ ਜਿਹੇ ਹਾਲਾਤ ਹੋ ਜਾਂਦੇ ਆ ਆਪਣੇ ਨਾਲ ਇੱਕ ਸਰੋਤੇ ਆ ਜੀ ਮੈਸੇਜ ਉਹਨਾਂ ਦਾ ਆਪਾਂ ਜ਼ਰੂਰ ਹੈਗਾ ਜਿਹੜਾ ਸਮੱਸਿਆ ਉਹਨਾਂ ਨੇ ਮੈਸੇਜ ਦੇ ਜ਼ਰੀਏ ਭੇਜੀ ਹੈ ਭੁੱਲਰ ਸਾਹਿਬ ਇਹ ਪੁੱਛਦੇ ਆ ਕਿ ਮੈਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਰਹਿੰਦੀ ਹੈ ਜੀ ਹਰੇਕ ਸਾਲ ਹੀ ਇੱਕ ਵਾਰ ਪ੍ਰੋਬਲਮ ਹੁੰਦੀ ਹੈ ਹਰੇਕ ਸਾਲ ਤੇ ਕਹਿੰਦੇ ਜੀ ਇੱਕ ਮਹੀਨਾ ਪੈਰਾਂ ਚ ਪੇਨ ਵੀ ਰਹਿੰਦੀ ਹੈ ਸੋਜ ਆਉਂਦੀ ਹੈ ਨਾਲ ਨਾਲ ਜੀ ਇਹ ਹੈ ਜੀ ਜੀ ਹੈਗੀ ਹੈ ਜਿਹੜੀ ਪ੍ਰੋਬਲਮ ਰਿਲੇਟਡ ਟੂ ਕਿਡਨੀ ਜਿਹੜੀ ਬਲੱਡ ਆਪਣਾ ਪਿਓਰ ਕਰਕੇ ਤੇ ਕੱਢਦੀ ਹੈ ਆਪਣੇ ਬੋਡੀ ਚੋਂ ਬੋਡੀ ਨੂੰ ਦਿੰਦੀ ਹੈ ਉਹਦੇ ਵਿੱਚ ਜਿਹੜੇ ਆ ਸਾਰੇ ਪਾਰਟ ਹੁੰਦੇ ਆ ਉਹਦੇ ਵਿੱਚ ਸੋਡੀਅਮ ਕਿੰਨਾ ਹੋਣਾ ਚਾਹੀਦਾ ਪ੍ਰੋਟੀਨ ਕਿੰਨਾ ਹੋਣਾ ਚਾਹੀਦਾ ਐਲਬਿਊਮਿਨ ਕਿੰਨਾ ਹੋਣਾ ਚਾਹੀਦਾ ਉਹ ਜਦੋਂ ਆਪਣੀ ਬੋਡੀ ਨੂੰ ਆਪਣੇ ਬਲੱਡ ਚ ਜ਼ਿਆਦਾ ਦੇਣ ਲੱਗ ਜਾਂਦੀ ਯੂਰਿਕ ਐਸਿਡ ਦੀ ਜਿਹੜੀ ਵੱਧ ਜਾਂਦੀ ਹੈ ਜਦੋਂ ਕਈਆਂ ਨੂੰ ਤਾਂ 6 ਦੀ ਜਿਹੜੀ ਤੋਂ ਉੱਪਰ ਐਮਜੀ ਤੋਂ ਵੱਧ ਜਾਂਦਾ ਤਾਂ ਉੱਥੇ ਪ੍ਰੋਬਲਮ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਈਆਂ ਦੀ ਜਿਨ੍ਹਾਂ ਦੀ ਵਿਲ ਪਾਵਰ ਥੋੜੀ ਸਟਰੋਂਗ ਹੈ ਤਾਂ ਉਹ 7 ਤੱਕ ਵੀ ਪਰ ਇਹਦੇ ਵਿੱਚ ਆਪਾਂ ਨੂੰ ਜਿਹੜਾ ਟੈਂਪਰੇਰੀ ਜਿਹੜੀ ਕਈ ਵਾਰੀ ਦੇ ਦਿੰਦੇ ਆ ਮੈਡੀਸਨ ਜੈਲੋਰਿਕ ਵਗੈਰਾ ਦੀਆਂ ਉਹਨਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਹੈਲਪ ਨਹੀਂ ਲੈਣੀ ਚਾਹੀਦੀ ਕਿਉਂਕਿ ਕਿਡਨੀ ਫੇਲੀਅਰ ਵੱਲ ਚਲੀਆਂ ਜਾਂਦੀਆਂ ਕਿਤੇ ਨਾ ਕਿਤੇ ਜਾ ਕੇ ਅੱਗੇ ਜਾ ਕੇ ਕਿਡਨੀ ਜਾਂ ਬਲੱਡ ਯੂਰੀਆ ਨੂੰ ਇਫੈਕਟ ਕਰਦੀਆਂ ਲਗਾਤਾਰ ਲਈਆਂ ਹੋਈਆਂ ਚਲੋ ਇਹਨਾਂ ਦਾ ਤਾਂ ਸੀਜ਼ਨਲ ਥੋੜੇ ਦਿਨ ਲੈਣੀ ਪੈਂਦੀ ਹੋਊਗੀ ਪਰ ਇਹਦੇ ਵਿੱਚ ਮੈਂ ਇਹਨਾਂ ਨੂੰ ਭੇਜ ਤਾਂ ਦੱਸੂਗਾ ਵੀ ਕਿਸ ਚੀਜ਼ ਦਾ ਪਰਹੇਜ਼ ਰੱਖਣ ਜਿਹਦੇ ਨਾਲ ਨਹੀਂ ਵਧੇ ਤਾਂ ਇੱਕ ਜਿਹੜੇ ਰੈਗੂਲਰ ਜਿਨ੍ਹਾਂ ਦਾ ਵਾਧਾ ਉਹਨੂੰ ਉਹਨਾਂ ਨੂੰ ਲਗਾਤਾਰ ਨਹੀਂ ਲੈਣੀਆਂ ਚਾਹੀਦੀਆਂ ਉਹ ਲੈਂਦੇ ਆ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਅੱਗੇ ਜਾ ਕੇ ਕਿਡਨੀ ਫੇਲੀਅਰ ਜਿਹੜਾ ਉਹ ਕਰਦੀਆਂ ਤੇ ਫਿਰ ਡੈਥ ਤੱਕ ਬੰਦਾ ਪਹੁੰਚ ਜਾਂਦਾ ਤੇ ਉਹਦੇ ਵਿੱਚ ਵੀ ਮੈਂ ਦੱਸਾਂ ਵੀ ਜੇ ਤੁਸੀਂ ਹੋਮਿਓਪੈਥੀ ਦੀ ਹੈਲਪ ਲੈਣਾ ਚਾਹੋ ਤਾਂ ਉਹ ਤੁਸੀਂ ਉਹਦੇ ਤੋਂ ਬਚ ਸਕਦੇ ਹੋ ਹੌਲੀ ਹੌਲੀ ਤੇ ਇਹਦੇ ਵਿੱਚ ਯੂਰਿਕ ਐਸਿਡ ਦੇ ਵਿੱਚ ਇਹ ਹੈ ਵੀ ਯੂਰਿਕ ਐਸਿਡ ਇੱਕ ਕੰਟੈਂਟ ਏਦਾਂ ਦਾ ਜਦੋਂ ਵਧਿਆ ਹੋਇਆ ਤੁਹਾਡੀ ਕਿਡਨੀ ਦੇ ਵਿੱਚ ਸਟੋਨ ਵੀ ਬਣਾ ਸਕਦਾ ਜੀ
ਤੇ ਇਹਨਾਂ ਨੂੰ ਬਚਾਅ ਕਰਨ ਦੀ ਲੋੜ ਹੈ। ਇੱਕ ਤਾਂ ਸਾਬਤ ਦਾਲਾਂ ਨੀ ਖਾਣੀਆਂ, ਇੱਕ ਇਹਨਾਂ ਨੇ ਪ੍ਰੋਟੀਨ ਜਿਹੜਾ ਜਿਆਦਾ ਨੀ ਲੈਣਾ, ਸਾਬਤ ਦਾਲਾਂ ਦੇ ਵਿੱਚ ਪ੍ਰੋਟੀਨ ਬਹੁਤ ਜਿਆਦਾ ਹੈ, ਤੇ ਇੱਕ ਸੋਇਆਬੀਨ ਜਿਹੜੀ ਖਾਸ ਕਰਕੇ ਅਵਾਇਡ ਕਰਨ ਜਦੋਂ ਇਹਨਾਂ ਨੂੰ ਉਹ ਇਹ ਵੱਧ ਹੈ। ਤੇ ਬਾਕੀ ਇਹਦਾ ਜੀ ਬਾਕੀ ਜਿਹੜਾ ਡਿਲਿਊਜ਼ਨ ਹੋਮਪੈਥੀ ਹੁੰਦਾ ਉਹ ਤਾਂ ਸਿਮਟਮਸ ਦੇ ਆਧਾਰ ਤੇ ਹੁੰਦਾ, ਤੇ ਇੱਕ ਮੈਡੀਸਨ ਇਹਨਾਂ ਨੂੰ ਮੈਂ ਦੱਸ ਸਕਦਾ ਵੀ ਜੇ ਜਨਰਲ ਇਹਨਾਂ ਨੂੰ ਵੱਧ ਹੈ ਤਾਂ ਕਦੇ ਕਦਾਈ ਜਦੋਂ ਲੈ ਸਕਦੇ, ਉਹ ਇੱਕ ਟੈਂਪਰੇਰੀ ਇਹਨਾਂ ਨੂੰ ਠੀਕ ਕਰ ਦੂਗੀ, ਪਰ ਇਹ ਹੈ ਵੀ ਉਹਦਾ ਸਾਈਡ ਇਫੈਕਟ ਕੋਈ ਨੀ ਹੈ। ਉਹਦਾ ਮੈਡੀਸਨ ਦਾ ਨਾਂ ਹੈ ਜੀ ਆਰਟਿਕਾ ਯੂਰੀਨਸ ਜੀ, ਆਰਟਿਕਾ ਯੂਰੀਨਸ। ਇਹ ਕਿਉਂ ਪੋਟੈਂਸੀ ਦੇ ਵਿੱਚ ਲੈਣੀ ਹੈ ਜੀ, ਇਹਦੇ 20-20 ਡ੍ਰੋਪਸ ਤੁਸੀਂ 3 ਟਾਈਮ ਲੈ ਸਕਦੇ ਹੋ, ਇਹ ਜਿੰਨੇ ਕੁ ਦਿਨ ਵੱਧਦਾ ਉਨੇ ਕੁ ਦਿਨ ਤੁਸੀਂ ਲਾਓਗੇ ਤਾਂ ਉਹ ਤੁਹਾਡਾ ਨਾਰਮਲ ਆਜੂਗਾ। ਪਰ ਜੇ ਆਪਾਂ ਇਹਨੂੰ ਕਹੀਏ ਵੀ ਅੱਗੇ ਤੋਂ ਤੁਹਾਨੂੰ ਲਾਈਫ ਚ ਕਦੀ ਵੀ ਨਾ ਪ੍ਰੋਬਲਮ ਆਵੇ, ਉਹ ਜਿਹੜੇ ਸਿਮਟਮ ਕਲੀਅਰ ਕਰਕੇ ਜੇ ਆਪਾਂ ਕੋਈ ਮੈਡੀਸਨ ਸਿਲੈਕਟ ਕਰਕੇ ਇੱਦਾਂ ਦੀ ਇਹਨਾਂ ਨੂੰ ਦੇ ਦਈਏ ਤਾਂ ਉਹ ਫਿਰ ਇਹਦੀ ਨਾਲ ਆਪਾਂ ਹੈਲਪ ਤਾਂ ਲੈਣੀ ਹੈ ਆਰਟੀਕਲ ਯੂਨੀਵਰਸਿਟੀ ਦਾ, ਤੇ ਪਰ ਇਹਨਾਂ ਨੂੰ ਫਿਰ ਹਮੇਸ਼ਾ ਲਈ ਅੱਗੇ ਤੋਂ ਜਿਹੜੀ ਹੈ ਉਹ ਇਸ ਪ੍ਰੋਬਲਮ ਤੋਂ ਨਿਜਾਤ ਮਿਲ ਸਕਦੀ ਹੈ ਜੀ। ਸੋ ਬਹੁਤ ਇਹ ਵੀ ਜਿਹੜੀ ਜਾਣਕਾਰੀ ਤੁਹਾਡੀ ਲਾਹੇਵੰਦ ਹੋਊ ਤੁਹਾਡੇ, ਮੈਨੂੰ ਲੱਗਦਾ ਹੈ ਇਕੱਲੇ ਭੁੱਲਰ ਸਾਹਿਬ ਵਾਸਤੇ ਨਹੀਂ, ਹੋਰ ਵੀ ਬਹੁਤ ਸਾਰੇ ਸੱਜਣ ਜਿਹੜੇ ਉਹਨਾਂ ਦੇ ਵਾਸਤੇ ਇਹ ਗੱਲ ਲਾਹੇਵੰਦ ਰਹਿਣੀ। ਤੇ ਜਿਹੜੀ ਮਾਈਗ੍ਰੇਨ ਦੀ, ਕਿਉਂਕਿ ਮੈਨੂੰ ਐਂ ਜਿਹਾ ਲੱਗਦਾ ਕਿ ਉਸ ਦੇ ਉੱਤੇ ਵੀ ਥੋੜੀ ਡਾਕਟਰ ਸਾਹਿਬ ਆਪਾਂ ਗੱਲ ਕਰ ਲਈਏ, ਆਪਣੇ ਕੋਲ ਹੈਗੇ ਨੇ ਹਜੇ 15-20 ਮਿੰਟ। ਬਿਲਕੁਲ ਹਾਂਜੀ। ਉਹ ਕਾਹਤੋਂ ਹੁੰਦੀ ਹੈ ਤੇ ਆਪਾਂ ਠੀਕ ਕਿਵੇਂ ਕਰ ਸਕਦੇ ਜੀ? ਤੁਸੀਂ ਮਾਈਗ੍ਰੇਨ ਜਿਹੜੀ ਹੈ ਉਹ ਕਈ ਵਾਰ ਤਾਂ ਜਿਵੇਂ ਆਪਾਂ ਪਹਿਲੀ ਗੱਲ ਕਰਕੇ ਹਟੇ ਹੈ ਵੀ ਜਿਹੜਾ ਡਿਪਰੈਸ਼ਨ ਹੈ ਉਹਦੇ ਕਰਕੇ ਵੀ ਮਾਈਗ੍ਰੇਨ ਹੋ ਜਾਂਦਾ, ਤੇ ਕਈਆਂ ਨੂੰ ਹੁੰਦਾ ਜੀ ਜ਼ਿਆਦਾ ਧੁੱਪ ਚ ਜਾਣ ਕਰਕੇ, ਕਈਆਂ ਦੀ ਆਈਸਾਈਟ ਜਿਹੜੀ ਹੈ ਉਹਦੇ ਤੇ ਜਦੋਂ ਮਾਇਓਪੀਆ ਹੁੰਦਾ ਆਈਸਾਈਟ ਘੱਟਦੀ ਹੈ ਉਦੋਂ ਹੋ ਜਾਂਦਾ ਜੀ। ਇਹ ਇੱਕ ਫਿਰ ਵੀ ਇਹੋ ਜਿਹੀ ਬਿਮਾਰੀ ਹੈ, ਇਹਦੇ ਨਾਲ ਬੜਾ ਰੈਸਟਲੈਸਨੈਸ ਹੁੰਦੀ ਹੈ, ਜੀ ਕੱਚਾ ਹੁੰਦਾ, ਕਈਆਂ ਨੂੰ ਉਲਟੀ ਵੀ ਆਉਣ ਲੱਗ ਜਾਂਦੀ ਹੈ, ਤੇ ਇਹ ਲੈਫਟ ਰਾਈਟ ਦੋਨਾਂ ਸਾਈਡ ਤੇ ਵੀ ਹੋ ਸਕਦੀ ਹੈ ਤੇ ਇੱਕ ਸਾਈਡ ਤੇ ਵੀ ਹੋ ਸਕਦੀ ਹੈ ਦੋਨਾਂ ਚੋਂ ਜੀ। ਤੇ ਇਹਦੇ ਵਿੱਚ ਪੇਸ਼ੈਂਟ ਨੂੰ ਘਬਰਾਹਟ ਵੀ ਬਹੁਤ ਹੁੰਦੀ ਹੈ, ਨੀਂਦ ਜਿਹੜੀ ਹੈ ਉਹ ਜਿਹੜੀ ਖਰਾਬ ਹੋ ਜਾਂਦੀ ਹੈ, ਤੇ ਪੇਸ਼ੈਂਟ ਨੂੰ ਜਦੋਂ ਕਮਰੇ ਦੇ ਵਿੱਚ ਬੈਠਾ ਉਹਨੂੰ ਲਾਈਟ ਬੜੀ ਬੁਰੀ ਲੱਗਦੀ ਹੈ, ਲਾਈਟ ਬੜੀ ਇਰੀਟੇਟ ਕਰਦੀ ਹੈ। ਸੋ ਇਹ ਜਿਹੜੇ ਇਹਦੇ ਕਾਰਨ ਕੁਛ ਹੋਰ ਵਰਕਲੋਡ ਹੋ ਗਿਆ, ਬੀਪੀ ਹੋ ਗਿਆ ਤੇ ਸਟ੍ਰੈਸ ਹੋ ਗਿਆ, ਕਈ ਵਾਰੀ ਸਿਰ ਦੀ ਇੰਜਰੀ ਹੁੰਦੀ ਹੈ, ਪੁਰਾਣੀ ਸੱਟ ਲੱਗੀ ਹੋਈ ਹੈ, ਹੈਰੀਡਿਟਰੀ ਕਈ ਵਾਰੀ ਹੁੰਦਾ, ਹੈਰੀਡਿਟਰੀ ਜਦੋਂ ਆਪਣਾ ਮਾਤਾ ਪਿਤਾ ਨੂੰ ਕਿਸੇ ਨੂੰ ਉਹਨਾਂ ਤੋਂ ਆ ਸਕਦਾ, ਤੇ ਇਹਦੇ ਵਿੱਚ ਆਪਾਂ ਕਹਿ ਦਈਏ ਵੀ ਕਈ ਵਾਰੀ ਜਦੋਂ ਪੁਰਾਣਾ ਸਿਰ ਦਰਦ ਜਾਂ ਮਾਈਗ੍ਰੇਨ ਦੀ ਹਿਸਟਰੀ ਦੇ ਵਿੱਚ ਕਈ ਵਾਰੀ ਟਿਊਮਰ ਵੀ ਨਿਕਲਦਾ ਜੀ, ਟਿਊਮਰ ਬ੍ਰੇਨ ਟਿਊਮਰ ਕਈ ਵਾਰੀ ਮਾਈਨਰ ਬਣੇ ਹੁੰਦੇ ਆ, ਉਹਦੇ ਵਿੱਚ ਜਦੋਂ ਸਿਟੀ ਸਕੈਨ ਕਰਾਈਦਾ ਕਲੋਟਿੰਗ ਵੀ ਇਹਦੇ ਇਫੈਕਟ ਕਰ ਸਕਦੀ ਹੈ, ਤੇ ਕਈ ਵਾਰ ਕਲੋਟ ਬਣੇ ਹੁੰਦੇ ਜਾਂ ਟਿਊਮਰ ਮਾੜਾ ਮੋਟਾ ਬਣਿਆ ਹੁੰਦਾ, ਸਿਸਟ ਬਣੀ ਹੁੰਦੀ ਹੈ ਉਹ ਵੀ ਇਹਦੇ ਤੇ ਇਫੈਕਟ ਕਰਦੀ ਹੈ, ਤੇ ਇੱਕ ਕਰੋਨਿਕ ਜਿਹੜੀ ਹੈ ਕੌਨਸਟੀਪੇਸ਼ਨ ਉਹ ਵੀ ਇਹਦੇ ਤੇ ਇਫੈਕਟ ਕਰਦੀ ਹੈ। ਕਬਜ਼ ਜਿਵੇਂ ਪੁਰਾਣੀ ਕਬਜ਼ ਹੈ ਜੀ, ਪੁਰਾਣੀ ਕਬਜ਼ ਹੈ ਉਹਦੀਆਂ ਕਬਜ਼ ਦੀਆਂ ਜਦ ਦਵਾਈਆਂ ਲਈ ਜਾਂਦੇ ਆ ਉਹ ਟੈਂਪਰੇਚਰ ਠੀਕ ਹੋਈ ਜਾਂਦੀ ਹੈ, ਤੇ ਉਹ ਕਈ ਵਾਰੀ ਏਦਾਂ ਦੀ ਗੈਸ ਦਿਮਾਗ ਨੂੰ ਚੜਦੀ ਹੈ ਤਾਂ ਉਹ ਅੱਗੇ ਜਾ ਕੇ ਹੌਲੀ ਹੌਲੀ ਮਾਈਗ੍ਰੇਨ ਦਾ ਰੂਪ ਧਾਰਨ ਕਰ ਜਾਂਦੀ ਹੈ ਜੀ। ਸੋ ਇਹਦੇ ਵਾਸਤੇ ਆਪਣਾ ਜਿਹੜਾ ਕੌਜ਼ ਫੈਕਟਰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿ ਜਿਹੜੀਆਂ ਚੀਜ਼ਾਂ ਆਪਾਂ ਦੱਸੀਆਂ ਉਹ ਰੀਜ਼ਨ ਦੂਰ ਕਰੀਏ, ਜੇ ਬੀਪੀ ਘੱਟਦਾ ਵੱਧਦਾ ਉਹ ਰੀਜ਼ਨ ਦੂਰ ਕਰੀਏ ਨਾਲ, ਇਹਦੇ ਤਾਂ ਇਕੱਲੀ ਮਾਈਗ੍ਰੇਨ ਦੀ ਦਵਾਈ ਉੱਥੇ ਕੰਮ ਨਹੀਂ ਕਰੂਗੀ, ਕਿਉਂਕਿ ਮਾਈਗ੍ਰੇਨ ਦੇ ਟੈਂਪਰੇਰੀ ਜਿਹੜੇ ਆਪਾਂ ਪੇਨ ਕਿਲਰ ਲੈਂਦੇ ਹਾਂ ਉਹ ਜਾ ਕੇ ਆਪਣੇ ਲਿਵਰ ਤੇ ਇਫੈਕਟ ਕਰ ਜਾਂਦੇ, ਲਿਵਰ ਦਾ ਮੈਟਾਬੋਲਿਜ਼ਮ ਖਰਾਬ ਕਰ ਦਿੰਦੇ ਆ, ਐਨਜ਼ਾਈਮ ਨੂੰ ਸਹੀ ਵਰਕ ਨਹੀਂ ਕਰਨ ਦਿੰਦੇ, ਤਾਂ ਉਹ ਫਿਰ ਅੱਗੇ ਜੇ ਆਪਣਾ ਲਿਵਰ ਦਾ ਮੈਟਾਬੋਲਿਜ਼ਮ ਖਰਾਬ ਹੋ ਗਿਆ ਫਿਰ ਕਿਡਨੀ ਤੱਕ ਵੀ ਇਫੈਕਟ ਪੈ ਜਾਂਦਾ, ਤੇ ਫਿਰ ਕਦੀ ਨਾ ਕਦੀ ਕੋਲੈਸਟ੍ਰੋਲ ਵੀ ਵਧਣਾ ਸ਼ੁਰੂ ਹੋ ਜਾਂਦਾ। ਤੇ ਇੱਕ ਜਿਹੜਾ ਸਿਰ ਭਾਰਾ ਜਾਂ ਸਿਰ ਦਾ ਰੀਜ਼ਨ ਕਈ ਵਾਰੀ ਚੱਕਰ ਆਉਣ ਲੱਗ ਜਾਂਦੇ ਆ ਜੀ, ਚੱਕਰ ਇਹਦੇ ਵਿੱਚ ਇਕੱਲਾ ਕਾਰਨ ਮਾਈਗ੍ਰੇਨ ਦਾ ਨਾਲ ਨਹੀਂ ਆਉਂਦੇ, ਕਿ ਕਈ ਵਾਰੀ ਸਰਵਾਈਕਲ ਹੋ ਗਈ, ਸਰਵਾਈਕਲ ਕਾਰਨ ਵੀ ਚੱਕਰ ਆਉਂਦੇ ਰਹਿੰਦੇ ਆ, ਤਾਂ ਡਾਕਟਰ ਦਵਾਈ ਗੱਲਾਂ ਮਾਈਗ੍ਰੇਨ ਦਾ ਜਾਂ ਚੱਕਰਾਂ ਦੀ ਦਿੰਦੇ ਰਹਿੰਦੇ ਆ, ਤਾਂ ਉੱਥੇ ਆਪਾਂ ਨੂੰ ਜਿਹੜਾ ਉਹਦਾ ਫੈਕਟਰ ਨਤੀਜੇ ਗਲਤ ਨਿਕਲਦੇ ਆ। ਸੋ ਆਪਾਂ ਨੂੰ ਕੌਜ਼ ਫੈਕਟਰ ਪਹਿਲਾਂ ਲੱਭਣਾ ਚਾਹੀਦਾ, ਜੇ ਆਪਾਂ ਇਹਨਾਂ ਦੇ ਰੀਜ਼ਨ ਲੱਭ ਕੇ ਇਹਨਾਂ ਚੀਜ਼ਾਂ ਦਾ ਆਪਾਂ ਟ੍ਰੀਟਮੈਂਟ ਕਰੀਏ ਤਾਂ ਫੋਰ ਐਵਰ ਜਿਹੜੀ ਹੈ ਕਿਓਰ ਹੋ ਸਕਦਾ ਆਪਣੀ ਬਿਮਾਰੀ ਦਾ। ਔਰ ਜਿਹੜੀਆਂ ਐਲੋਪੈਥੀ ਮੈਡੀਸਨ ਲੈਂਦੇ ਹਾਂ ਜੀ ਆਪਾਂ ਮਾਈਗ੍ਰੇਨ ਦੇ ਚੱਕਰ ਦੇ ਵਿੱਚ, ਉਹ ਤਾਂ ਮੇਰੇ ਖਿਆਲ ਦੇ ਵਿੱਚ ਘਾਤਕ ਸਿੱਧ ਹੁੰਦੀਆਂ ਹੋਣੀਆਂ ਜੀ ਲੌਂਗ ਰਨ ਦੇ ਵਿੱਚ। ਲੌਂਗ ਰਨ ਦੇ ਵਿੱਚ ਜਾ ਕੇ ਉਹ ਕਿਤੇ ਨਾ ਕਿਤੇ ਕਿਡਨੀ ਫੇਲੀਅਰ ਵੀ ਕਰਦੀਆਂ ਜੀ, ਜ਼ਿਆਦਾ ਪੇਨ ਕਿਲਰ, ਜਿਹੜੀਆਂ ਪੇਨ ਕਿਲਰ ਉਹਨਾਂ ਦਾ ਟੋਟਲੀ ਅਵਾਇਡ ਕਰਨਾ ਚਾਹੀਦਾ। ਹੁਣ ਆਪਣੀ ਜਿਹੜੀ ਨਿੱਜੀ ਐਕਸਪੀਰੀਅੰਸ ਡਾਕਟਰ ਸਾਹਿਬ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਸੀ, ਬਹੁਤ ਮੇਰੇ ਖਿਆਲ 4-5 ਸਾਲ ਦੀ ਗੱਲ ਹੈ, ਮਿਸਿਜ ਦੇ ਥੋੜੀ ਜਿਹੀ ਪੇਨ ਹੋਈ, ਅਸੀਂ ਡਾਕਟਰ ਦੇ ਗਏ ਹੋਏ, ਉਹਨੇ ਇੱਕ ਮੈਡੀਸਨ ਦੇ ਕੇ ਲਿਖ ਕੇ ਨਾ ਉਹ ਕਹਿੰਦੇ ਜੀ 2 ਹਫ਼ਤੇ ਖਾਣੀ ਹੈ, ਜੇ ਇਹਦੇ ਨਾਲ ਠੀਕ ਲੱਗਿਆ ਫਿਰ ਇਹਨੂੰ ਰੈਗੂਲਰ ਕਰਾਂਗੇ। ਮੇਰਾ ਦਿਮਾਗ ਹਿੱਲਣ ਵਾਲਾ ਹੋ ਗਿਆ, ਮੈਂ ਕਿਹਾ ਹਜੇ 2 ਹਫ਼ਤਿਆਂ ਚ ਤਾਂ ਅਸੀਂ ਸਿਰਫ ਐਕਸਪੈਰੀਮੈਂਟ ਕਰਨਾ ਇਹਦਾ, ਉਦੋਂ ਬਾਅਦ ਫਿਰ ਇਹਨੂੰ ਰੈਗੂਲਰ ਕਰਾਂਗੇ। ਪਰ ਸਡਨਲੀ ਜਦੋਂ ਕਿਸਮਤ ਸਾਥ ਦਿੰਦੀ ਹੈ
ਕਿਸੇ ਨੇਚਰੋਪੈਥੀ ਵਾਲੇ ਸੱਜਣ ਦਾ ਵੈਸੇ ਹੀ ਫੋਨ ਆਇਆ, ਕਹਿੰਦਾ ਕਿੱਥੇ ਹੋ ਮੈਂ ਹਾਸਪਿਟਲ ਚੋਂ, ਕਹਿੰਦਾ ਇਹੋ ਜਿਹੇ ਕੰਮਾਂ ਵਾਸਤੇ ਵੀ ਸਰਕਾਰੀ ਹਸਪਤਾਲ ਚ ਜਾਈਦਾ ਹੁੰਦਾ ਜਾਂ ਜਿਹੜਾ ਐਲੋਪੈਥੀ ਕੋਲ, ਉਹਨਾਂ ਨੇ ਆਪਣੇ ਤਰੀਕੇ ਨਾਲ ਕੀਤਾ ਜੀ, ਉਹ ਠੀਕ ਹੈ ਜੀ, ਇਹ ਬਹੁਤ ਵਧੀਆ ਤੁਹਾਨੂੰ ਸੁਝਾਅ ਮਿਲਿਆ, ਕਿਉਂਕਿ ਤੁਸੀਂ ਫੋਰ ਐਵਰ ਅੱਗੇ ਅਗਲੀਆਂ ਬਿਮਾਰੀਆਂ ਤੋਂ ਬਚ ਗਏ ਜੀ, ਕਿਉਂਕਿ ਇਹਦੇ ਵਿੱਚ ਏਦਾਂ ਸੀ ਸਾਹਿਬ, ਜਦੋਂ ਆਪਾਂ ਪੇਨ ਕਿਲਰ ਜ਼ਿਆਦਾ ਖਾਂਦੇ ਹਾਂ, ਪੇਨ ਕਿਲਰ ਆਪਣੀ ਕਿਡਨੀ ਚ ਇਫੈਕਟ ਕਰਦੇ ਆ, ਤੇ ਮੁੜ ਕੇ ਕਿਡਨੀ ਦੀ ਦਵਾਈ ਵੀ ਨਾਲ ਲੈਣੀ ਪਊ ਅੱਗੇ ਦੀ ਅੱਗੇ, ਤਾਂ ਉਹ ਤਾਂ ਫਿਰ ਸੱਤ ਅੱਠ ਦਸ ਗੋਲੀਆਂ ਤੱਕ ਪਹੁੰਚੂ ਕੰਮ। ਜਿਵੇਂ ਆਪਾਂ ਨੂੰ ਪਹਿਲਾਂ ਜਿੱਥੇ ਭਾਈ ਸਾਹਿਬ ਨੇ ਪੁੱਛਿਆ ਸੀ, ਆਹ ਜਿਹੜਾ ਆਪਾਂ ਗੱਲ ਕਰਦੇ ਹਾਂ ਵੀ ਐਸਮੇ ਦੀ, ਦਮੇ ਦੀ, ਬਿਲਕੁਲ ਸਹੀ, ਇਹ ਦਮਾ ਕਈ ਵਾਰੀ ਦਮੇ ਦੀ ਦਵਾਈ ਬਹੁਤ ਸਟਰੋਂਗ ਦਿੱਤੀਆਂ ਹੋਈਆਂ, ਜਦੋਂ ਦਮੇ ਨੂੰ ਦਬਾ ਦਿੰਦੀ ਆ ਨਾ ਜੀ, ਤੇ ਇਹ ਸਕਿਨ ਦੇ ਉੱਤੇ ਨਿਕਲ ਆਉਂਦਾ, ਕਈ ਵਾਰੀ ਸਕਿਨ ਦਾ ਐਗਜ਼ੀਮਾ ਜਾਂ ਫ੍ਰੈਕਚਰ ਵੀ ਬਣਾ ਦਿੰਦਾ, ਕਿਉਂਕਿ ਜਿਹੜਾ ਦਮਾ ਦਬਿਆ ਹੋਇਆ, ਦਮੇ ਦਾ ਤੇ ਸਕਿਨ ਦਾ ਸਿੱਧਾ ਰਿਲੇਸ਼ਨ ਹੈ, ਜਾਂ ਕਿਸੇ ਨੂੰ ਐਗਜ਼ੀਮਾ ਹੋਵੇ ਜਾਂ ਫ੍ਰੈਕਚਰ ਹੋਵੇ ਜਾਂ ਸਕਿਨ ਦੀ ਕੋਈ ਹੋਰ ਪ੍ਰੋਬਲਮ ਹੈ, ਤੇ ਜੇ ਸਟਰੋਂਗ ਜਿਹੀਆਂ ਦਵਾਈਆਂ ਲਾ ਲਾ ਕੇ ਉੱਤੇ ਐਂਟੀਬਾਇਓਟਿਕ ਜਾਂ ਐਂਟੀ ਅਲਰਜਿਕ ਕਰੀਮਾਂ ਲਾ ਲਾ ਕੇ ਤੇ ਐਂਟੀ ਅਲਰਜਿਕ ਦਵਾਈਆਂ ਦੇ ਦੇ ਕੇ ਜੇ ਸਕਿਨ ਦਬਾਤੀ, ਤਾਂ ਕਈ ਜਾਂ ਇਹੋ ਜਿਹੇ ਕੇਸ ਨਿਕਲਦੇ, ਤਾਂ ਹੀ ਸਾਨੂੰ ਸਿਮਟਮ ਕਲੀਅਰ ਕਰਨੇ ਪੈਂਦੇ ਜੀ, ਕਿਤੇ ਨਾ ਕਿਤੇ ਬਹਿ ਕੇ ਸੀ ਇਹੋ ਜਿਹੀ ਤਾਂ ਨੀ। ਜੇ ਏਦਾਂ ਵੀ ਹੈ ਸਰੋਤਿਆਂ ਦੇ ਨਾਲ ਵੀ ਆਪਾਂ ਜੁੜ ਜਾਈਏ ਜੀ, ਇਧਰੋਂ ਮੇਰੇ ਖਿਆਲ ਹੌਂਗ ਕੌਂਗ ਤੋਂ ਹੈ ਜੀ ਕਾਲ। ਹਾਂਜੀ ਸਵਾਗਤ, ਹੈਲੋ, ਹਾਂਜੀ ਹਾਂਜੀ ਸਰ, ਔਨ ਏਅਰ ਗੱਲ ਕਰ ਰਹੇ ਸੀ, ਔਨ ਏਅਰ ਹੀ ਗੱਲ ਕਰ ਰਹੇ ਹਾਂ ਜੀ ਆਪਾਂ, ਬੋਲੋ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਪੁੱਛਣਾ ਚਾਹੂੰਗਾ ਕਿ ਸਰ, ਅਗਰ ਕਿਡਨੀ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਅਗਰ ਪੇਸ਼ੈਂਟ ਡਾਇਲਿਸਿਸ ਤੇ ਪੈ ਜਾਂਦਾ, ਤੇ ਸਰ ਡਾਇਲਿਸਿਸ ਕਿੰਨੀ ਕੁ ਵਾਰੀ ਮਤਲਬ ਹੋ ਸਕਦਾ ਕਿ ਉਹ ਪੇਸ਼ੈਂਟ ਸਰਵਾਈਵ ਕਰ ਸਕੇ ਜੀ? ਇਹਦਾ ਤਾਂ ਡਾਇਲਿਸਿਸ ਜਿਹੜਾ, ਇਹਦਾ ਕੋਈ ਪੱਕਾ ਹੱਲ ਨਹੀਂ ਹੈਗਾ, ਡਾਇਲਿਸਿਸ ਤਾਂ ਇੱਕ ਵਾਰੀ ਸ਼ੁਰੂ ਹੋ ਗਏ ਤਾਂ ਵੱਧਦੇ ਜਾਣਗੇ ਜੀ, ਤੇ ਬਹੁਤ ਕਿਤੇ ਕਿਸੇ ਦੀ ਕਿਸਮਤ ਚੰਗੀ ਤਾਂ ਬੰਦ ਹੋ ਸਕਦਾ, ਨਹੀਂ ਤਾਂ ਡਾਇਲਿਸਿਸ ਸ਼ੁਰੂ ਹੋ ਕੇ ਤੇ ਬੰਦ ਹੋਣਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਕਈ ਵਾਰ ਜਿੱਥੇ ਮਾੜਾ ਮੋਟਾ ਟ੍ਰੀਟਮੈਂਟ ਲਾਸਟ ਟਰਮ ਲਾਸਟ ਨੰਬਰ ਕਿੰਨਾ ਡਾਇਲਿਸਿਸ ਦਾ, 200 216 215? ਨਹੀਂ ਇਹ ਤੁਸੀਂ ਬਲੱਡ ਯੂਰੀਆ ਦਾ ਕਹਿ ਰਹੇ ਹੋ ਕਿ ਕ੍ਰੀਟਲਾਈਨ ਦਾ ਕਹਿ ਰਹੇ ਹੋ ਕਿ ਪ੍ਰੋਟੀਨ ਲਾਸ ਦਾ, ਕਿਸ ਬਾਰੇ ਪੁੱਛ ਰਹੇ ਹੋ? ਨਹੀਂ ਨਹੀਂ ਸਰ, ਮੈਂ ਡਾਇਲਿਸਿਸ ਬਾਰੇ ਪੁੱਛ ਰਿਹਾ, ਐਕਚੁਲੀ ਮੇਰੇ ਤਾਇਆ ਜੀ ਸੀਗੇ, ਉਹ ਕਿਡਨੀ ਤੇ ਕਿਡਨੀ ਤੋਂ ਸਫਰ ਸੀਗੇ, ਉਹਨਾਂ ਦਾ ਡਾਇਲਿਸਿਸ ਹੁੰਦਾ ਰਿਹਾ ਜਲੰਧਰ ਦੇ ਵਿੱਚ, ਤੇ ਮੈਂ ਤਾਂ ਇਸ ਕਰਕੇ ਪੁੱਛ ਰਿਹਾ। ਤੁਸੀਂ ਕਿੰਨੀ ਵਾਰ ਪੁੱਛ ਰਹੇ ਹੋ ਡਾਇਲਿਸਿਸ ਹੁਣ ਵੀ? ਇਹ ਤਾਂ ਦੇਖੋ ਜੀ, ਹੁਣ ਏਦਾਂ ਦੇ ਮੇਰੇ ਰਿਲੇਸ਼ਨ ਦਾ ਪੇਸ਼ੈਂਟ ਵੀ ਆਏ ਨੇ ਜਿਹਨਾਂ ਨੂੰ 15-15 ਸਾਲ ਹੋ ਗਏ ਜੀ, 10-10 ਸਾਲ ਹੋ ਗਏ, ਇਹਦੇ ਵਿੱਚ ਨੀ ਆਪਾਂ ਕੁਛ ਕਹਿ ਸਕਦੇ, ਆਪਣੀ ਇਮਿਊਨਿਟੀ ਤੇ ਡਿਪੈਂਡ ਕਰਦਾ ਵੀ ਆਪਣਾ ਸਰੀਰ ਕਿੰਨਾ ਕੁ ਝੱਲਦਾ। ਪਰ ਜੀ ਜੀ ਹਾਂਜੀ ਨਾ, ਮਤਲਬ ਦੋਨੋਂ ਕਿਡਨੀਆਂ ਫੇਲੀਅਰ ਦੇ ਵਿੱਚ ਜੀ, ਮੇਰੇ ਰਾਮ ਦੇ ਰਿਲੇਟਿਵ ਜੀ, ਉਹਨਾਂ ਦੇ ਹੋ ਕੇ ਜਾਂ ਪਿੱਛੇ ਉਹਨਾਂ ਦੀ ਡੈਥ ਹੋਈ, ਅਮੈਰੀਕਾ ਦੇ ਵਿੱਚ ਰਹਿੰਦੇ ਸੀਗੇ ਉਹ, ਤੇ ਉਹ ਬਾਕੀ ਉਹਨਾਂ ਨੂੰ ਹੋਰ ਵੀ ਬਿਮਾਰੀਆਂ ਨਾਲ ਲੱਗ ਗਈਆਂ, ਕਿਉਂਕਿ ਉਹਨਾਂ ਨੂੰ ਇੱਥੋਂ ਤੱਕ ਪਹੁੰਚ ਗਏ ਸੀ, ਅਸੀਂ ਉਹਨਾਂ ਨੂੰ ਠੀਕ ਨਹੀਂ ਕਰ ਸਕਦੇ ਸੀ ਕਿਉਂਕਿ ਬਹੁਤ ਕਰੋਨਿਕ ਹੋ ਚੁੱਕਿਆ ਸੀ ਕੇਸ। ਤੇ ਬੇਸਿਕਲੀ ਕੀ ਹੈ ਵੀ ਇਹਨੂੰ ਜਦੋਂ ਤੁਸੀਂ ਡਾਇਲਿਸਿਸ ਦੇ ਨਾਲ ਨਾਲ ਜਿੱਦਾਂ ਦੀਆਂ ਨੈਚੁਰਲਪੈਥਾਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੀ ਹੈਲਪ ਲਈ ਜਾਵੇ ਤਾਂ ਉਹ ਘੱਟ ਜ਼ਰੂਰ ਸਕਦੇ ਆ, ਜੇ ਹਫ਼ਤੇ ਬਾਅਦ ਹੋ ਰਿਹਾ ਤਾਂ ਹੌਲੀ ਹੌਲੀ 2 ਹਫ਼ਤਿਆਂ ਬਾਅਦ ਹੋਣਾ ਸ਼ੁਰੂ ਹੋ ਜੂਗਾ। ਇੱਕ ਉਹਨਾਂ ਨੂੰ ਮੈਂ ਸਲਾਹ ਦਊਂਗਾ ਉਹਨਾਂ ਵਾਸਤੇ ਵੀ ਨਾਲ ਤੁਸੀਂ ਚਲੋ ਦਵਾਈ ਤਾਂ ਆਪਣੀ ਸਲਾਹ ਨਾਲ ਜਦੋਂ ਸ਼ੁਰੂ ਕਰਨੀ ਅਲੱਗ ਚੀਜ਼ ਹੈ, ਉਹਨਾਂ ਨੂੰ 1-2 ਕਿਲੋ ਪਾਣੀ ਲੈ ਕੇ ਉਹਦੇ ਵਿੱਚ 1 ਗੁੱਛੀ ਧਨੀਏ ਦੀ ਪਾ ਕੇ ਤੇ 50 ਗ੍ਰਾਮ ਉਹਦੇ ਚ ਪੱਖੜਾ ਪਾਉਣਾ ਜੀ, ਸਮਝੀਏ ਜੀ, ਇਹਨੂੰ ਜਦੋਂ ਕਾਢ ਕੇ 1/2 ਕਿਲੋ ਰਹਿ ਜੇ ਤਾਂ ਇਹਨਾਂ ਨੂੰ 20 ml ਦਿਨ ਚ 3 ਵਾਰ ਦੇਣ ਲੱਗ ਜਾਓ, ਤੇ ਕ੍ਰੀਏਟਿਨਾਈਨ ਬਲੱਡ ਯੂਰੀਆ ਨੂੰ ਜਿਹੜਾ ਵਧਣ ਤੋਂ ਜਿਹੜਾ ਹੌਲੀ 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 ਰੋਕਦਾ, ਤੇ ਬਾਕੀ ਤੁਸੀਂ ਜਿੱਦਾਂ ਦੀਆਂ ਨੈਚੁਰਲ ਪੈਥੀਆਂ ਦੀ ਗੱਲ ਕਰ ਰਹੇ ਹਾਂ, ਇਹਨਾਂ ਦੀ ਹੈਲਪ ਲੈ ਕੇ ਤੁਸੀਂ ਹੌਲੀ ਹੌਲੀ ਜਿਹੜਾ ਉਹਦਾ ਫਾਸਲਾ ਜਿਹੜਾ ਆਪਾਂ ਕਹਿ ਦਈਏ ਵੀ ਡਿਊਰੇਸ਼ਨ ਹੈ ਉਹਦੀ, ਉਹ ਆਪਾਂ ਡਾਇਲਿਸਿਸ ਦੀ ਵਧਾ ਸਕਦੇ ਹਾਂ, ਤੇ ਅੱਗੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਜੇ ਕਿਡਨੀ ਵਰਕ ਕਰਨ ਲੱਗ ਗਈਆਂ, ਟੋਟਲੀ ਡੈਮੇਜ ਨਹੀਂ ਹੋਈਆਂ, ਜਿੱਥੇ 10% 20% ਵੀ ਕੰਮ ਕਰ ਰਹੀਆਂ, ਤਾਂ ਹੌਲੀ 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 ਵਰਕ ਵੱਧਦਾ ਵੱਧਦਾ ਉਹ ਟੋਟਲੀ ਵੀ ਠੀਕ ਹੋ ਸਕਦੇ ਆ ਜੀ। ਡਾਕਟਰ ਸਾਹਿਬ ਜਾਂਦੇ ਜਾਂਦੇ ਆਪਾਂ ਪਹਿਲਾਂ ਤੁਸੀਂ ਆਪਦਾ ਜਿਹੜਾ ਟੋਪਿਕ ਸੀ ਉਹ ਵੀ ਪੂਰਾ ਕਰ ਸਕਦੇ ਹੋ, ਤੇ ਨਾਲ ਆਪਣੇ ਕੋਲ 5-4 ਮਿੰਟਾਂ ਦੇ ਵਿੱਚ ਜੇ ਕੋਈ ਹੋਰ ਗੰਭੀਰ ਬਿਮਾਰੀ ਹੈ ਉਸ ਦੇ ਉੱਤੇ ਵੀ ਆਪਾਂ ਚਰਚਾ ਜਿਹੜੀ ਹੈ ਕਰ ਸਕਦੇ ਹਾਂ ਜੀ। ਆਪਾਂ ਜਿਹੜੀ ਮਾਈਗ੍ਰੇਨ ਦੀ ਗੱਲ ਕਰ ਰਹੇ ਸੀ, ਮਾਈਗ੍ਰੇਨ ਆਪਾਂ ਤੇ ਉਹਦੇ ਬੇਸਿਕਲੀ ਜਿਹੜਾ ਆਪਾਂ ਉਹਦੇ ਕੌਜ਼ ਲਏ ਸੀ, ਸਿਰ ਦੀਆਂ ਰਸੌਲੀਆਂ ਜਾਂ ਸਿਰ ਦੇ ਵਿੱਚ ਟਿਊਮਰ ਹੋ ਗਿਆ ਜੀ, ਜਿਹੜਾ ਹੈਮਾਟੋਮਾ ਹੋ ਜਾਂਦਾ ਕਈ ਵਾਰੀ, ਐਂਚਫਲਨ ਹੈਮਾਟੋਮਾ ਹੋ ਜਾਂਦਾ, ਕੱਲਾ ਟਿਊਮਰ ਹੋ ਜਾਂਦਾ, ਸਿਸਟ ਹੋ ਜਾਂਦਾ, ਤਾਂ ਆਪਾਂ ਨੂੰ ਇਹ ਹੁੰਦਾ ਵੀ ਸਰਜਰੀ ਤੋਂ ਬਿਨਾਂ ਠੀਕ ਨਹੀਂ ਹੋ ਸਕਦੇ।
ਇਦਾਂ ਦਾ ਰੁਝਾਨ ਬਿਲਕੁਲ ਗਲਤ ਹੈ ਜੇ ਉਹਦੇ ਵਿੱਚ ਮਲੇਗਨੈਂਸੀ ਪੈਦਾ ਹੋ ਗਈ ਹੈ। ਆਪਾਂ ਜਦੋਂ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਵੀ ਟੈਸਟ ਦੇ ਵਿੱਚ ਜੇ ਮਲੇਗਨੈਂਸੀ ਦਾ ਮਤਲਬ ਜੇ ਕੈਂਸਰ ਹੈ, ਉੱਥੇ ਆਪਾਂ ਕਈ ਵਾਰ ਰਿਸਕ ਨਹੀਂ ਲੈਂਦੇ, ਉੱਥੇ ਤੁਸੀਂ ਕਰਵਾ ਲਓ ਸਰਜਰੀ ਕਰਾਓ ਬਿਲਕੁਲ। ਪਰ ਜਿੱਥੇ ਸਿੰਪਲ ਆਪਣਾ ਬਿਨਾਈਨ ਜਿਹੜੀਆਂ ਰਸੌਲੀਆਂ ਹੁੰਦੀਆਂ ਹੈ ਜਾਂ ਉੱਥੇ ਹੈਮਾਟੋਮਾ ਹੈਗਾ ਉੱਥੇ ਕਲੋਟ ਹੋਇਆ ਹੋਇਆ ਤਾਂ ਉਹਦੇ ਵਿੱਚ ਆਪਾਂ ਨੂੰ ਸਰਜਰੀ ਤੱਕ ਜਾਣ ਦੀ ਲੋੜ ਨਹੀਂ। ਉਹਦੇ ਵਿੱਚ ਹੋਮਿਓਪੈਥੀ ਦੇ ਬਹੁਤ ਹੀ ਵਧੀਆ ਰਿਜ਼ਲਟ ਹੈ ਤਾਂ ਉਹਦੇ ਨਾਲ ਆਪਾਂ ਪੇਸ਼ੈਂਟ ਨੂੰ ਕਈ ਵਾਰੀ ਪੈਰਾਲਾਈਸਿਸ ਵੀ ਹੋਇਆ ਹੁੰਦਾ ਸਿਰ ਦੀ ਰਸੌਲੀ ਕਰਕੇ, ਕਿਉਂਕਿ ਜੇ ਇੰਟਰਨਲ ਕੈਪਸੂਲ ਲੈਫਟ ਦੇ ਵਿੱਚ ਹੈ ਤਾਂ ਉਹਦੀ ਰਾਈਟ ਸਾਈਡ ਡੈਮੇਜ ਹੋ ਜੂ, ਜੇ ਰਾਈਟ ਦੇ ਵਿੱਚ ਹੈ ਤਾਂ ਲੈਫਟ ਮਤਲਬ ਜਿਹੜੀਆਂ ਨਾੜਾਂ ਤੇ ਇਫੈਕਟ ਹੁੰਦਾ। ਹੁਣ ਇੱਦਾਂ ਦੇ ਕੇਸ ਜਦੋਂ ਆਉਂਦੇ ਆ ਤਾਂ ਉਹਦੇ ਵਿੱਚ ਪੈਰਾਲਾਈਸਿਸ ਚ ਵੀ ਹੋਮਿਓਪੈਥੀ ਦਾ ਕਾਫੀ ਵਧੀਆ ਰੋਲ ਹੈਗਾ ਜੇ ਆਪਾਂ ਉਹਦਾ ਕੋਜ਼ ਲੱਭ ਕੇ ਕੋਜ਼ ਨੂੰ ਠੀਕ ਕਰੀਏ, ਬਿਸ਼ਰਤੇ ਵੀ ਉਹਨੂੰ ਆਪਾਂ ਜਿਹੜੀ ਉਹਦੀ ਸਰਜਰੀ ਵੱਲ ਆਪਾਂ ਕਰੀਏ। ਇਹਦੇ ਵਿੱਚ ਵੀ ਇੱਦਾਂ ਵੀ ਜੇ ਤਾਂ ਟੋਟਲੀ ਡੈਮੇਜ ਹੋ ਗਿਆ ਨਾ ਉਦੋਂ ਤਾਂ ਉੱਥੇ ਨਹੀਂ ਚਲਾ ਸਕਦੀ ਕੋਈ ਵੀ ਦਵਾਈ, ਪਰ ਜਿੱਥੇ ਉੱਥੇ ਕੰਮ ਕਰ ਰਹੀਆਂ ਪੰਜ 10% ਵੀ ਕੰਮ ਕਰ ਰਹੀਆਂ ਆਪਣੀਆਂ ਨਾਲ ਤਾਂ ਉਹਨਾਂ ਨੂੰ ਆਪਾਂ ਬੂਸਟ ਕਰ ਸਕਦੇ ਹਾਂ ਦਵਾਈ ਨਾਲ, ਹੌਲੀ ਹੌਲੀ ਨਰਵਸ ਸਿਸਟਮ ਦੀਆਂ ਮੈਡੀਸਨ ਦੇ ਕੇ ਤਾਂ ਉਹ ਨੈਚੁਰਲ ਤਰੀਕੇ ਨਾਲ ਉਹਨਾਂ ਦੀ ਮਾਲਿਸ਼ ਵਗੈਰਾ ਕਰਕੇ ਆਪਾਂ ਜਿੱਦਾਂ ਤੇਲ ਬੜੇ ਹੈਗੇ ਨੇ ਵਧੀਆ ਜੈਤੂਨ ਦਾ ਤੇਲ ਇਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ, ਜਿੱਥੇ ਪੈਰਾਲਾਈਸਿਸ ਹੋ ਜੇ ਉਹਦੀ ਉੱਪਰ ਨੀਚੇ ਨੂੰ ਮਾਲਿਸ਼ ਕਰੋ ਤਾਂ ਨਰਵਸ ਨੂੰ ਬਹੁਤ ਬੂਸਟ ਮਿਲਦਾ, ਮਸਲ ਵੀਕ ਹੋ ਜਾਣ ਤਾਂ ਮਸਲ ਦੇ ਵਿੱਚ ਇਹ ਵਧੀਆ ਹੈਲਪ ਕਰਦਾ। ਸੋ ਇੱਦਾਂ ਦੀਆਂ ਚੀਜ਼ਾਂ ਦੀ ਆਪਾਂ ਹੈਲਪ ਲੈ ਕੇ ਤੇ ਆਪਾਂ ਇਹਨਾਂ ਨੂੰ ਜਿਹੜਾ ਇਹਨਾਂ ਚੀਜ਼ਾਂ ਦਾ ਆਪਾਂ ਕਿਓਰ ਕਰ ਸਕਦੇ ਹਾਂ। ਜੀ ਜੀ ਬਿਲਕੁਲ ਜੀ, ਇਹ ਗੱਲ ਕਾਫੀ ਲਾਹੇਵੰਦ ਆਪਣੇ ਸੋਚਾਂ ਦੇ ਵਾਸਤੇ ਰਹੂਗੀ। ਦੋਸਤੋ ਆਪਣੇ ਕੋਲ 5-7 ਮਿੰਟ ਹੋਰ ਨੇ ਡਾਕਟਰ ਸਾਹਿਬ ਦੇ ਵਾਸਤੇ, ਜੇ ਕੋਈ ਗੱਲਬਾਤ ਤੁਸੀਂ ਕਰਨੀ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਡਾਕਟਰ ਸਾਹਿਬ ਦਾ ਨੰਬਰ ਮੈਂ ਬੇਸ਼ੱਕ ਬਾਅਦ ਵਿੱਚ ਦੱਸਣਾ ਵੀ ਹੈ, ਪਰ ਜੇ ਮੌਕੇ ਦੇ ਉੱਤੇ ਕੋਈ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਤਾਂ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਇੱਕ ਕਾਲਰ ਆਪਣੇ ਨਾਲ ਡਾਕਟਰ ਸਾਹਿਬ ਜੁੜਿਆ ਜੀ, ਆਪਾਂ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰੀਏ। ਹਾਂਜੀ ਸਵਾਗਤ, ਹੈਲੋ ਹੈਲੋ। ਸੋ ਸੱਜਣ ਜੀ ਆਏ ਤਾਂ ਹੈਗੇ ਹੋ, ਬੋਲ ਵੀ ਪਾਓ। ਸੋ ਮੇਰੇ ਖਿਆਲ ਦੇ ਵਿੱਚ ਕੋਈ ਸਮੱਸਿਆ ਡਾਕਟਰ ਸਾਹਿਬ, ਤੇ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਦੇ ਆਪਾਂ ਦਿਮਾਗ ਦੀਆਂ ਖਾਸ ਕਰਕੇ ਡਾਕਟਰ ਸਾਹਿਬ ਆਪਾਂ ਦੋ ਚਾਰ ਡਿਸਕਸ ਕਰ ਸਕੀਏ ਜਿਨ੍ਹਾਂ ਤੇ। ਜੀ ਸਿੱਧੂ ਸਾਹਿਬ, ਇਹਦੇ ਵਿੱਚ ਆਪਾਂ ਮਾਨਸਿਕ ਜਿਹੜੀ ਨਿਡਾਲਤਾ ਹੁੰਦੀ ਹੈ, ਕਈ ਵਾਰੀ ਆਪਾਂ ਨਿਡਾਲ ਹੋ ਜਾਂਦੇ ਹਾਂ ਦਿਮਾਗੀ, ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ, ਉੱਥੇ ਆਪਾਂ ਇਹ ਸੋਚਦੇ ਹਾਂ ਵੀ ਜੇ ਇਹੋ ਜਿਹੀ ਬਿਮਾਰੀ ਕਰ ਕੇ ਵੀ ਅੱਗੇ ਤੋਂ ਠੀਕ ਨਹੀਂ ਹੋ ਸਕਦੀ, ਇਹ ਜੇ ਕਿਸੇ ਨੂੰ ਏਦਾਂ ਦੀ ਪ੍ਰੋਬਲਮ ਹੈ ਤਾਂ ਉਹਨੂੰ ਕਾਉਂਸਲਿੰਗ ਦੀ ਲੋੜ ਹੈ, ਉਹਨੂੰ ਇੱਕ ਘਰੋਂ ਬਾਹਰ ਕੱਢਣ ਦੀ ਲੋੜ ਹੈ, ਉਹਨੂੰ ਇੱਕ ਨਾ ਕਿ ਏਦਾਂ ਦੀਆਂ ਨਸ਼ੇ ਵਾਲੀਆਂ ਦਵਾਈਆਂ ਖਿਲਾ ਦਈਏ ਵੀ ਉਹ ਹੋਰ ਥੱਲੇ ਦੀ ਥੱਲੇ ਬੰਦਾ ਚਲਾ ਜਾਵੇ। ਸੋ ਇਹ ਆਪਾਂ ਨੂੰ ਬਹੁਤ ਖਾਸ ਜਿਹੜਾ ਸੋਚਣ ਦੀ ਲੋੜ ਹੈ ਵੀ ਆਪਾਂ ਇੱਕ ਤਾਂ ਜੋ ਆਪਾਂ ਬੱਚਿਆਂ ਬਾਰੇ ਪਹਿਲਾਂ ਦੱਸਿਆ ਵੀ ਉਹਦੇ ਵਿੱਚ ਹਰੇਕ ਜਿੱਥੇ ਵੀ ਡਿਪਰੈਸ਼ਨ ਦੀ ਆਪਾਂ ਮੈਡੀਸਨ ਲੈਣੀ ਉਹਦੇ ਨਾਲ ਕਾਉਂਸਲਿੰਗ ਦੀ ਵੀ ਬਹੁਤ ਲੋੜ ਹੈ। ਜੇ ਤੁਸੀਂ ਕਾਉਂਸਲਿੰਗ ਵੀ ਉਹਦੀ ਕਰੋਗੇ, ਉਹਨੂੰ ਸਮਝਾਓਗੇ ਵੀ ਇਹ ਤੈਨੂੰ ਕੋਈ ਬਿਮਾਰੀ ਨਹੀਂ ਹੈਗੀ, ਇਹ ਤਾਂ ਸਿੰਪਟਮ ਹੈ ਇਕੱਲੇ, ਜੇ ਆਪਾਂ ਉਹਨੂੰ ਬਿਮਾਰੀ ਦਾ ਨਾਮ ਦੇ ਦਈਏ ਤਾਂ ਪੇਸ਼ੈਂਟ ਹੋਰ ਜਿਹੜਾ ਨਿਡਾਲ ਹੋ ਕੇ ਤੇ ਉਹ ਮੰਜੇ ਤੇ ਪੈਣ ਵਾਲਾ ਕੰਮ ਹੋ ਜਾਂਦਾ ਤੇ ਉਹ ਡਿਪਰੈਸ਼ਨ ਨਾਲ ਬਾਹਰ ਨਹੀਂ ਨਿਕਲਦਾ। ਜਿਹੜਾ ਸਾਂਝ ਪਾਲ ਗਏ ਜੀ ਨਾਲ ਆਪਣੇ ਮੇਰੇ ਹੈਗੇ ਨੇ ਜੁੜੇ ਹੋਏ ਸੱਜਣ, ਹਾਂਜੀ ਸਵਾਗਤ। ਹਾਂਜੀ ਸਿੱਧੂ ਸਾਹਿਬ, ਪਹਿਲਾਂ ਤਾਂ ਦੋਨਾਂ ਸਿੱਧੂਆਂ ਨੂੰ ਭਾਈ ਸਤਿ ਸ੍ਰੀ ਅਕਾਲ। ਸਿੱਧੂ ਜੀ ਸਤਿ ਸ੍ਰੀ ਅਕਾਲ ਜੀ, ਮੈਂ ਇੰਡੀਆਨਾ ਤੋਂ ਪੁਰਸ਼ੋਤਮ ਸਿੰਘ ਬੋਲ ਰਿਹਾ ਜੀ। ਸਤਿ ਸ੍ਰੀ ਅਕਾਲ ਜੀ। ਹੁਣੇ ਮੈਂ ਸੁਣ ਰਿਹਾ ਸੀ ਜੀ ਵੀ ਕਿਡਨੀਆਂ ਦੇ ਪਰ ਜੀ ਜੀ ਕਿਡਨੀਆਂ ਰਾਹੀਂ ਪ੍ਰੋਪਰ ਤੁਹਾਨੂੰ ਪਿਸ਼ਾਬ ਵੀ ਬੰਦ ਹੋ ਜਾਏ, ਤੁਹਾਨੂੰ ਡਾਕਟਰ ਵੀ ਕਹਿੰਦੇ ਕਿ ਤੇਰੀਆਂ ਕਿਡਨੀਆਂ ਚੱਲ ਨਹੀਂ ਸਕਦੀਆਂ, ਖਤਮ ਹੋ ਗਈਆਂ ਜੀ, ਜਾਂ 10-15% ਰਹਿ ਜਾਣ ਜੀ। ਵੇਖੋ ਸਿਆਣੇ ਬੋਲਿਆ ਵਿੱਚ ਤਾਂ ਜੀ ਕਰ ਭਲਾ ਹੋ ਭਲਾ ਅੰਤ ਭਲੇਗਾ ਭਲਾ ਜੀ। ਸੋ ਉਹਦੇ ਲਈ ਕਰਨਾ ਕੀ, ਬਿਲਕੁਲ ਨਾਰਮਲ ਜੀ ਗੱਲ ਹੈ ਜੀ, 3-4 ਮੱਕੀ ਦੀਆਂ ਛੱਲੀਆਂ ਕੱਚੀਆਂ ਹੋਣ ਤੇ ਉਹਨਾਂ ਦੇ ਉਹ ਹਰੇ ਉੱਤੋਂ ਜਿਹੜੇ ਵਿੱਚ ਧਾਗੇ ਜੇ ਜਿਹਨੂੰ ਆਪਾਂ ਵਾਲ ਜੇ ਕਹਿ ਸਕਦੇ ਹਾਂ ਤੇ ਉਹਨਾਂ ਦੇ ਹਰੀ ਦਾਣੇ ਬਾਬੂ ਝੰਡੇ ਜੀ, ਉਹ ਘੱਟੋ ਘੱਟ ਵੀ 2-3 ਕਿਲੋ ਪਾਣੀ ਚ ਪਾ ਦੇ ਜੀ। 2 ਚਮਚੇ ਜਿਵੇਂ ਹੁਣ ਪੱਖੜਾ ਹੈ ਹਰਾ ਪੱਖੜਾ, ਉਹਦੇ ਕੰਡੇ ਕੁੱਟ ਕੇ ਉਹ ਬੀਜ ਜਿਹੜੇ ਨੇ ਜੀ ਉਹ ਕੁੱਟ ਕੇ ਪਾ ਦੇ, ਉਹਨੂੰ ਉਬਾਲੋ ਜੀ। ਜਦੋਂ ਤੁਸੀਂ ਉਬਾਲਣਾ ਹੈ ਉਹਦੇ ਵਿੱਚ ਤੁਸੀਂ 1/2 ਤੋਲਾ ਜੌਂ ਖਾਣ ਜੀ ਤੇ ਕੜਮੀ ਜੇ ਪਾ ਦੇਣਾ। ਸੋ ਜਦੋਂ ਉਹ ਪਾਣੀ ਤੁਹਾਡਾ
ਇੱਕ ਗੈਲਨ ਰਹਿ ਜੇ ਜਿਵੇਂ ਲਾ ਲਓ ਭਾਈ 2 ਲੀਟਰ ਦਾ ਉਹਦੇ ਤੋਂ ਘੱਟ ਜੀ ਉਹਨੂੰ ਤੁਸੀਂ ਥੋੜਾ ਥੋੜਾ ਕਰਕੇ ਪੀਂਦੇ ਰਹੇ ਜਿਵੇਂ ਡਾਕਟਰ ਕਹਿੰਦੇ ਨੇ ਪਾਣੀ ਤੂੰ ਘੱਟ ਪੀਣਾ ਹੈ ਤੇਰੇ ਰੁਕੇਗਾ ਜਾਂ ਕੋਈ ਇਹੀ ਪ੍ਰੋਬਲਮ ਆ ਜਾਂ ਤੇਰੀਆਂ ਕਿਡਨੀਆਂ 15% ਨੇ ਤੈਨੂੰ ਟੈਂਪਰੇਚਰ ਹੋ ਜਾਏਗਾ ਸੋ ਇਥੋਂ ਵੇਖ ਕੇ ਆਪਦੀ ਕੰਡੀਸ਼ਨ ਨੂੰ ਵੇਖ ਕੇ ਥੋੜਾ ਥੋੜਾ ਲਵੋ ਜੀ ਤੇ ਜਿਵੇਂ ਕਹਿੰਦੇ ਨੇ ਜੀ ਹਾਥ ਕੰਗਣ ਕੋ ਆਰਤੀ ਕਿਹਾ ਤੇ ਪੜ੍ਹੇ ਲਿਖੇ ਕੋ ਫਾਰਸੀ ਕਿਹਾ ਜਿਹੜਾ ਕਰੇਗਾ ਭਾਈ ਉਹ ਹੀ ਪਾਰ ਤਾਰਾ ਜਿਹੜਾ ਕਿਡਨੀਆਂ ਬਿਲਕੁਲ ਲੋ ਤੋਂ 0 ਤੋਂ 50 ਜਾਂ 55% ਹੋ ਜਾਣ ਜੀ ਸੋ ਇਹ ਵੀ ਬੜਾ ਵਧੀਆ ਤੁਸੀਂ ਸੁਝਾਅ ਦਿੱਤਾ ਜੀ ਔਰ ਮੇਰੇ ਖਿਆਲ ਦੇ ਵਿੱਚ ਲਾਹੇਵੰਦ ਰਹੂਗਾ ਸਾਡੇ ਅਕਾਲ ਪੁਰਖ ਕੇ ਦੇਣ ਵਾਲੇ ਬੰਦੇ ਨੂੰ ਜੀ ਪਰ ਮਨੁੱਖਤਾ ਦੀ ਸੇਵਾ ਦੇ ਵਿੱਚ ਉਹ ਵੀ ਵਸਦਾ ਇਸ ਹਿੱਤ ਇਸ ਚੀਜ਼ ਨੂੰ ਤੁਹਾਡੀ ਸੁਣ ਕੇ ਤੇ ਦੱਸਿਆ ਵੇਖੋ ਕਿਡਨੀਆਂ ਦੀ ਆਮ ਪ੍ਰੋਬਲਮ ਆ ਬਲੱਡ ਪ੍ਰੈਸ਼ਰ ਹੋ ਗਿਆ ਤਾਂ ਕਿਡਨੀ ਖਰਾਬ ਜੀ ਜੇ ਸ਼ੂਗਰ ਹੋ ਗਈ ਤਾਂ ਕਿਡਨੀ ਖਰਾਬ ਜੀ ਹੋਰ ਹੈ ਜੀ ਪ੍ਰੋਬਲਮ ਆ ਗਈ ਹੈ ਕੋਲੈਸਟ੍ਰੋਲ ਵੀ ਤੁਹਾਡਾ ਕੰਟੀਨਿਊ ਰਹਿੰਦਾ ਤਾਂ ਵੀ ਤੁਹਾਡੀ ਕਿਡਨੀ ਖਰਾਬ ਕਿਉਂ ਬਣਦਾ ਜੀ ਸੋ ਬੜੀ ਵਧੀਆ ਜਿਹੜੀ ਜਾਣਕਾਰੀ ਹੈ ਸਰਦਾਰ ਪੁਰਸ਼ੋਤਮ ਜੀ ਦੇ ਰਹੇ ਨੇ ਹੈਲੋ ਜੀ ਡਾਕਟਰ ਸਾਹਿਬ ਜੀ ਜੀ ਸੋ ਮਾਫੀ ਚਾਹਾਂਗੇ ਲਾਈਨ ਥੋੜੀ ਵਾਲੀ ਡ੍ਰੌਪ ਹੋ ਗਈ ਸੀ ਸੋ ਸਮਾਂ ਆਪਣੇ ਕੋਲ ਦੱਸੀਆਂ ਬਿਲਕੁਲ ਜਿਹੜੀਆਂ ਆਪਣਾ ਕਿਡਨੀ ਵਾਸਤੇ ਜਿਹੜੀ ਬੂਸਟ ਕਰਨ ਵਾਸਤੇ ਬੜੀ ਵਧੀਆ ਚੀਜ਼ ਹੈ ਜੀ ਏਦਾਂ ਦੀਆਂ ਚੀਜ਼ਾਂ ਜੇ ਆਪਾਂ ਜੇ ਮੈਡੀਸਨ ਆਪਾਂ ਜਿਵੇਂ ਨੈਚੁਰਲ ਪੈਥੀਆਂ ਦੀ ਗੱਲ ਕਰ ਰਹੇ ਉਹਨੂੰ ਨਾਲ ਲਈਏ ਤਾਂ ਇਹਨਾਂ ਦੇ ਰਿਜ਼ਲਟ ਡਬਲ ਹੋ ਜਾਂਦੇ ਆ ਜੀ 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 ਤੇ ਡਾਕਟਰ ਸਾਹਿਬ ਮੇਰੇ ਖਿਆਲ ਦੇ ਵਿੱਚ ਹੁਣ ਕਿਉਂਕਿ ਸਮਾਂ ਆਪਣੇ ਕੋਲ ਲਿਮਿਟਡ ਹੀ ਹੈ 1 ਜਾਂ 2 ਮਿੰਟ ਇਸ ਦੇ ਵਿੱਚ ਪਤਾ ਟਿਕਾਣਾ ਦੱਸਿਆ ਜਾ ਸਕਦਾ ਜੀ ਸੰਪਰਕ ਸੂਤਰ ਕੀ ਨੇ ਤੇ ਕਿਵੇਂ ਕਿਵੇਂ ਸਾਂਝਾਂ ਤੁਹਾਡੇ ਨਾਲ ਪਾਈਆਂ ਜਾ ਸਕਦੀਆਂ ਕਿਹੜੇ ਵੇਲੇ ਮਿਲ ਸਕਦੇ ਹੋ ਜੀ ਸਿੱਧੂ ਸਾਹਿਬ ਮੇਰਾ ਫੋਨ ਨੰਬਰ ਹੈ ਜੀ 9815704435 9815070435 ਤੇ ਮੇਰਾ ਕਲੀਨਿਕ ਹੈ ਜੀ ਸਿੱਧੂ ਹੋਮਪੈਥਿਕ ਸੈਂਟਰ ਬਿਲਕੁਲ ਗੁਰਦੁਆਰਾ ਦੁਖਨਿਵਾਰ ਸਾਹਿਬ ਪਟਿਆਲਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸਟੇਸ਼ਨ ਰੋਡ ਉੱਤੇ ਹੈ ਤੇ ਮੇਰੀ ਵੈਬਸਾਈਟ ਹੈ ਜੀ www.sidhuhomeopathy.co.in ਜੀ ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਫੋਨ ਨੰਬਰ ਇੱਕ ਵਾਰੀ ਫੇਰ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਿਓ ਜਾਂ ਵੈਬਸਾਈਟ ਕਿਉਂਕਿ ਕਾਲੀ ਕਾਲੀ ਦੇ ਵਿੱਚ ਕਿਤੇ ਰਹਿ ਜਾਂਦੇ ਲਿਖਣ ਵਾਸਤੇ ਜੀ ਮੇਰਾ ਨੰਬਰ ਹੈ ਜੀ 9815070435 ਤਾਂ ਗੂਗਲ ਤੇ ਜਾ ਕੇ ਤੁਸੀਂ ਗੂਗਲ ਦੇ ਉੱਤੇ ਮੇਰਾ ਨਾਮ ਸਰਚ ਕਰ ਲਓ ਜੀ ਡਾਕਟਰ ਹਰਕੀਰਤ ਸਿੰਘ ਸਿੱਧੂ ਉਹਦੇ ਤੇ ਸਾਰੀ ਡਿਟੇਲ ਆ ਜਾਂਦੀ ਹੈ ਜੀ ਬਿਲਕੁਲ ਜੀ ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਜੁੜਨ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਿੱਧੂ ਸਾਹਿਬ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸੋ ਡਾਕਟਰ ਹਰਕੀਰਤ ਸਿੰਘ ਸਿੱਧੂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਤੁਸੀਂ ਸੁਣ ਰਹੇ ਸੀ ਔਰ ਗੱਲਬਾਤ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਤੇ ਗੱਡੀ ਗੇਅਰ ਦੇ ਵਿੱਚ ਪਾਉਂਦੇ ਹੋਏ ਜ਼ਰੂਰ ਤੁਸੀਂ ਖਿਆਲ ਰੱਖਿਆ ਕਰੋ ਕਿ ਸਿਹਤ ਦੇ ਮਾਮਲੇ ਵਿੱਚ ਸਿਹਤ ਜ਼ਰੂਰੀ ਬਹੁਤ ਹੈ ਡਾਕਟਰ ਸਾਹਿਬ ਜਾਂ ਹੋਰ ਸ਼ਖਸੀਅਤਾਂ ਜਿਹੜੀਆਂ ਜਦੋਂ ਜਦੋਂ ਵੀ ਆਪਣੇ ਕੋਲ ਕੋਈ ਸੁਝਾਅ ਲੈ ਕੇ ਆਉਂਦੀਆਂ ਤਾਂ ਉਹਨਾਂ ਦੇ ਉੱਤੇ ਆਪਾਂ ਅਮਲ ਕਰਦੇ ਹਾਂ ਕਿਉਂਕਿ ਸਿਹਤ ਦੇ ਵਾਸਤੇ ਪੁਰਸ਼ੋਤਮ ਜੀ ਹੋ ਰਿਹਾ ਜਿਵੇਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਬੜੀਆਂ ਲਾਹੇਵੰਦ ਹੁੰਦੀਆਂ ਇਹ ਵੀ ਬੜੀ ਲਾਹੇਵੰਦ ਗੱਲਬਾਤ ਸੀਗੀ